फ्रेंड सर्कल ਚ ਕਿਹਾ ਜਾਂਦਾ ਕਿ ਤੂੰ ਡਰਗਸ ਲੈ ਕੇ ਵੈਨ ਐਵਰ ਯੂ ਐਂਟੀਮੇਟ ਵਿਦ ਯੋਰ ਪਾਰਟਨਰ ਹਨਾ ਤੇ ਤੁਸੀਂ ਉਸ ਚੀਜ਼ ਨੂੰ ਜ਼ਿਆਦਾ ਇੰਜੋਏ ਕਰੋਗੇ ਬੱਚੇ ਉਹ ਲੈਂਦੇ ਨੇ ਸ਼ੁਰੂਆਤ ਕਰਦੇ ਨੇ ਈਵਨ ਉਹਨਾਂ ਨੂੰ ਇਹ ਸੱਚ ਹੀ ਨਹੀਂ ਪਤਾ ਕਿ ਇਹਨੂੰ ਤੁਸੀਂ ਜਦੋਂ ਲਗਾਤਾਰ ਲੈਣਾ ਉਸ ਤੋਂ ਬਾਅਦ 올 ਇਸ ਫਿਨਿਸ਼ 올 ਇਸ ਫਿਨਿਸ਼ ਤੁਹਾਨੂੰ ਅੰਤਮਾਨ ਸਾਹਿਬ ਕੋ ਮੈਂ ਤਾਂ ਤੁਹਾਡੇ ਚੈਨਲ ਲਈ ਕੈਰੀ ਸ਼ਾ ਸੁਣ ਵੀ ਲੈਂ ਤਾਂ ਕੋਈ ਚੱਕਰ ਨਹੀਂ ਹੈਗਾ ਰੋਜ਼ ਹਜ਼ਾਰਾਂ ਚਿੱਠੀਆਂ ਆਉਂਦੀਆਂ ਨੇ ਸੈਂਟਰ ਗਵਰਨਮੈਂਟ ਦੀਆਂ ਉਹ ਨਿਗਲੈਕਟ ਕੀਤੀਆਂ ਜਾਂਦੀਆਂ ਪਰਟੀਕੂਲਰ ਸਿੱਧੂ ਮੂਸੇ ਵਾਲੇ ਦੀ ਫੈਮਿਲੀ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਉਹਨਾਂ ਨੇ ਪੇਜ ਦਿੱਤਾ ਉੱਥੇ ਜਾ ਕੇ ਲੜਕੀ ਦਾ ਪਾਸਪੋਰਟ ਲੈ ਲਿਆ ਉਹਨਾਂ ਨੇ ਅੱਗੇ ਜਾ ਕੇ ਕਿਸੇ ਸ਼ੇਖ ਨੂੰ ਵੇਚ ਦਿੱਤੀ ਅੱਛਾ ਔਰ ਉਹਨੂੰ ਇੰਨਾ ਟਾਰਚਰ ਉੱਥੇ ਕੀਤਾ ਗਿਆ ਫਿਜ਼ੀਕਲੀ ਸੈਕਸ਼ੂਅਲੀ ਮਤਲਬ ਬਹੁਤ ਬੁਰਾ ਹਾਲ ਉਸ ਬੱਚੇ ਦਾ ਕੀਤਾ ਗਿਆ ਉਹ ਲੜਕੇ ਨੇ ਉਹਨੂੰ ਵੀਡੀਓ ਕਾਲ ਕਰਨੀਆਂ ਸ਼ੁਰੂ ਕੀਤੀਆਂ ਕਿ ਮੇਰਾ ਫਰੈਂਡ ਹੈ ਮੇਰਾ ਦੋਸਤ ਹੈ ਇਹਦੇ ਸਾਹਮਣੇ ਤੂੰ ਸਾਰੇ ਕੱਪੜੇ ਉਤਾਰ ਅਦਰ ਨਹੀਂ ਬਲੈਕਮੇਲਿੰਗ ਨਹੀਂ ਉਤਾਰेंगी ਤੇ ਮੈਂ ਤੇਰੀਆਂ ਵੀਡੀਓਜ਼ ਵਾਇਰਲ ਕਰ ਰਿਆਂ ਤੂੰ ਮੈਨੂੰ ਇੰਨੇ ਪੈਸੇ ਪੇਜ ਨਹੀਂ ਤੇ ਮੈਂ ਇਹ ਕਰ ਰਿਆਂ ਹਨੀ ਸਸਵੀ ਗਾਲੀ ਵੈਲਕਮ ਬੈਕ ਟੂ ਦੀ ਚੈਨਲ ਤੇ ਅੱਜ ਤੁਸੀਂ ਹਾਈਲਾਈਟਸ ਦੇਖ ਲਏ ਨੇ ਡਾਕਟਰ ਜਸਵਿੰਦਰ ਗੌਰ ਸੋਕਲ ਜੀ ਨੇ ਸਾਡੇ ਨਾਲ ਤੇ ਮੇਰੇ ਲਈ ਬਹੁਤ ਖਾਸ ਦਿਨ ਨਾ ਕਿਉਂਕਿ ਤੁਸੀਂ ਦੇਖਿਆ ਉਹਨਾਂ ਲਾਸਟ ਐਪੀਸੋਡ ਜਿੰਨੇ ਵੀ ਆਏ ਐਂਟਰਟੇਨਮੈਂਟ ਰਿਗਾਰਡਿੰਗ ਆ ਗਏ ਸਿੰਗਰ ਆ ਗਏ ਆਪਣੇ ਕੋਲ ਆਰਟਿਸਟ ਆ ਗਏ ਲੇਕਿਨ ਇਹ ਜਿਹੇ ਪੋਡਕਾਸਟ ਵੀ ਬਹੁਤ ਜ਼ਰੂਰੀ ਹੁੰਦੇ ਨੇ ਮੈਂ ਖੁਦ ਵੀ ਸਿੱਖਦਾ ਬਟ ਨਾਲ ਨਾਲ ਇੱਕ ਚੰਗੀ ਨਸੀਹਤ ਯੂਥ ਨੂੰ ਜਾਣੀ ਚਾਹੀਦੀ ਆ ਤੇ ਮੈਂ ਥੋੜਾ ਜਿਹਾ ਇੰਟਰੋਡਕਸ਼ਨ ਦੇਦਾ ਕਿ ਡਾਕਟਰ ਜਸਵਿੰਦਰ ਜੀ ਐਨ ਜੀਓਜ਼ ਵੀ ਰਨ ਕਰਦੇ ਨੇ ਤੇ ਉਸ ਤੋਂ ਬਾਅਦ ਹਿਊਮਨ ਐਕਟਿਵਿਸਟ ਨੇ ਲੋਕ ਅਦਾਲਤ ਵਿੱਚ ਵੀ ਬੈਠਦੇ ਨੇ ਤਾਂ ਨਾਲ-ਨਾਲ ਇਹ ਪੋਲਿਟੀਕਲ ਵਿੱਚ ਵੀ ਇਹਨਾਂ ਦਾ ਦਬਦਬਾ ਥੋੜਾ ਹੈਗਾ ਤੇ ਬਹੁਤ ਵਧੀਆ ਬੋਲਦੇ ਨੇ ਮੈਂ ਨਾ ਕੈਮਰੇ ਤੋਂ ਬਾਹਰ ਗੱਲ ਕਰ ਰਿਹਾ ਸੀ ਕਿਉਂਕਿ ਇਹਨਾਂ ਦਾ ਹੋਰ ਹੈ ਇਦਾਂ ਮੈਂ ਕਿਹਾ ਮੈਂ ਪੁੱਛਾਂ ਤਾਂ ਸਹੀ ਵੀ ਕਿੱਦਾਂ ਮੈਂ ਗੱਲ ਕਰ ਸਕਦਾ ਕਿੱਥੇ ਤੱਕ ਗੱਲ ਕਹਿੰਦੇ ਆਮਨ ਕੁਛ ਨਹੀਂ ਤੂੰ ਆਰਾਮ ਨਾਲ ਜਿਸ ਲੈਵਲ ਤੇ ਗੱਲ ਕਰਦੀ ਕਰ ਆਪਾਂ ਸਾਰੇ ਮੁੱਦਿਆਂ ਤੇ ਜੋ ਵੀ ਚੱਲਦਾ ਪਿਆ ਵਾ ਆਪਾਂ ਮੈਂ ਉਹ ਹਾਈ ਲੈਵਲ ਤੇ ਲੋ ਲੈਵਲ ਤੇ ਗਰਾਊਂਡ ਲੈਵਲ ਤੇ ਆਪਾਂ ਸਾਰੀਆਂ ਗੱਲਾਂ ਕਰਾਂਗੇ ਸੋ ਅੱਜ ਮੈਨੂੰ ਮੌਕਾ ਮਿਲਿਆ ਤੇ ਮੈਂ ਕੋਸ਼ਿਸ਼ ਕਰ ਡਾਕਟਰ ਸਾਹਿਬ ਕੋਲ ਜਾਂ ਮੈਮ ਕੋਲ ਨੌਲੇਜ ਆ ਉਹਦੇ ਵਿੱਚੋਂ ਆਪਾਂ ਨੌਲੇਜ ਵੀ ਜਿੱਥੇ ਤੱਕ ਪਹੁੰਚਾ ਪਾਈਏ ਕਿਉਂਕਿ ਇੰਟਰਨੈਟ ਇਹ ਜਾ ਮਾਧਿਅਮ ਹੈਗਾ ਜਿਦਾਂ ਆਈ ਆਪਾਂ ਵਰਡ ਵਿੱਚ ਆਪਣੀ ਸਪੀਚ ਰੱਖ ਸਕਦੇ ਆ ਤੇ ਮੈਨੂੰ ਬਹੁਤ ਸਟਰੋਂਗੇਸਟ ਲੱਗਦੀ ਆ ਇੰਟਰਨੈਟ ਦੀ ਦੁਨੀਆ ਜੇ ਨੂੰ ਸਹੀ ਇਸਤੇਮਾਲ ਕੀਤਾ ਜਾਵੇ ਵੈਸੇ ਤੁਸੀਂ ਦੇਖਿਆ 네ਗੇਟਿਵ ਚੀਜ਼ ਕਿੰਨੀ ਜਲਦੀ ਵਾਇਰਲ ਹੁੰਦੀ ਆ ਬਟ ਮੈਂ ਚਾਹੁੰਨਾ ਯਾਰ ਹੱਥ ਜੋੜ ਕੇ ਕੀ ਪੋਜ਼ਿਟਿਵ ਚੀਜ਼ਾਂ ਵੀ ਤੁਸੀਂ ਉਸ ਹੱਬ ਨਾਲ ਸੁਣਿਆ ਕਰੋ ਦੇਖਿਆ ਕਰੋ ਤੇ ਮੈਮ ਸਵਾਗਤ ਹੈ ਤੁਹਾਡਾ ਜੋਜ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਅਮਨ ਜੀ ਤੁਹਾਡੇ ਚੈਨਲ ਰਾਹੀਂ ਅੱ ਸ਼ਾਇਦ ਮੈਂ ਆਪਣੀ ਜਿਹੜੀ ਵਿਚਾਰ ਤੁਹਾਡੇ ਰਾਹੀਂ ਲੋਕਾਂ ਤੱਕ ਪਹੁੰਚਾ ਸਕਾਂ ਥੈਂਕ ਯੂ so much ਮੈਮ ਜੀ ਤੇ ਮੈਮ ਮੈਂ ਬਿਲਕੁਲ ਵੀ ਪੋਲਿਟੀਕਲ ਪਰਸਨ ਨਹੀਂ ਹੈਗਾ ਮੈਂ ਸਟਾਰਟ ਹੀ ਇੱਥੋਂ ਕਰਦਾ ਮੈਂ ਬੜਾ ਨਾਰਮਲ ਜਿਹਾ ਇਨਸਾਨ ਆ ਨਾਰਮਲ ਜੀ ਸਾਡੀ ਆਡੀਅנס ਆ ਜੀ ਠੀਕ ਹੈ ਤਾਂ ਮੇਰੇ ਸਵਾਲ ਬਈ ਅਲੱਗ-ਅਲੱਗ ਤੁਹਾਨੂੰ ਐ ਵੀ ਲੱਗ ਸਕਦਾ ਹੈ ਕਿਹੜਾ ਸਵਾਲ ਪੁੱਛੀ ਜਾਂਦਾ ਯਾਰ ਵੀ ਮੈਨੂੰ ਐਸਾ ਕੁਝ ਨਹੀਂ ਲੱਗੇਗਾ ਤੁਸੀਂ ਬਿੰਦਾਸ ਜੋ ਪੁੱਛਣਾ ਪੁੱਛ ਸਕਦੇ ਹੋ ਓਕੇ ਸਟਾਰਟ ਤੁਹਾਡੇ ਤੋਂ ਹੀ ਕਰਦੇ ਆ ਮੈਮ ਜੀ ਸਭ ਤੋਂ ਪਹਿਲਾਂ ਮੇਰੇ ਨਾਲ ਸਵਾਲ ਇਹ ਆਇਆ ਵੀ ਕਿੱਦਾਂ ਮੈਨੇਜ ਹੁੰਦਾ ਤੇ ਕਿੱਦਾਂ ਤੁਸੀਂ ਰਨ ਕਰਦੇ ਹੋ ਸਾਰਾ ਕੁਝ ਅ ਅਮਨ ਜੀ ਗੱਲ ਹੀ ਮੈਂ ਐ ਕਿ ਦੇਖੋ ਮੈਨੂੰ ਲੱਗਦਾ ਇੱਕ ਤਾਂ ਤੁਹਾਡੇ ਵਿੱਚ ਕੰਮ ਕਰਨ ਦਾ ਜਨੂਨ ਹੋਣਾ ਚਾਹੀਦਾ ਹਨਾ ਬਿਨਾਂ ਜਨੂਨ ਤੋਂ ਤੁਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਐ ਕਿਸੇ ਵੀ ਆਪਾ ਫੀਲਡ ਦੀ ਗੱਲ ਕਰ ਲਈ ਹੁਣ ਤੁਹਾਡਾ ਜਿਵੇਂ ਆਪਣਾ ਇੱਕ ਫੀਲਡ ਹੈ ਤੁਹਾਡੇ ਕੋਲ ਜੇ ਜਨੂਨ ਹੈ ਤੁਸੀਂ ਪੈਸ਼ਨ ਨਾਲ ਕੰਮ ਕਰ ਸਕਦੇ ਹੋ ਇਵੇਂ ਹੀ ਮੇਰੇ ਅੰਦਰ ਇੱਕ ਜਨੂਨ ਹੈ ਕੰਮ ਕਰਨ ਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਦੈਲੀ ਅਦਰ ਉੱਠਦੇ ਆ ਇੱਕ ਦਿਨ ਵੀ ਅਗਰ ਮੈਂ ਕੰਮ ਨਹੀਂ ਕਰਦੀ ਆ ਮੈਨੂੰ ਲੱਗਦਾ ਕਿ ਅੱਜ ਦਾ ਦਿਨ ਮੇਰਾ ਵੇਸਟ ਗਿਆ ਹੈ ਬਿਲਕੁਲ ਇੱਕ ਇੱਕ ਮਿੰਟ ਜੋ ਹੈ ਬਹੁਤ ਪ੍ਰੀਸ਼ੀਅਸ ਹੈ ਔਰ ਕੰਮ ਕਰਨਾ ਜਿਹਨੂੰ ਮੈਂ ਕਹਿੰਦੀ ਕਿ ਮੇਰੀ ਰੂਹ ਦੀ ਖੁਰਾਕ ਹੈ ਮੈਨੂੰ ਬਹੁਤ ਲੋਕ ਬੋਲਦੇ ਇਵਨ ਕਿ ਬਹੁਤ ਲੇਡੀਜ਼ ਕਹਿੰਦੇ ਹੋਈ ਤੁਸੀਂ ਇੰਨੀ ਮਿਹਨਤ ਕਰਦੇ ਹੋ ਇੰਨਾ ਕੰਮ ਕਰਦੇ ਹੋ ਸਾਰਾ ਦਿਨ ਭਾਜ ਨਾਟ ਬਟ ਨੋ ਮੈਨੂੰ ਇਹ ਚੰਗਾ ਲੱਗਦਾ ਹੈ ਮੇਰੀ ਇਹ ਰੂਹ ਨੂੰ ਸਕੂਨ ਦਿੰਦਾ ਹੈ ਕਿ ਕੰਮ ਕਰਨਾ ਔਰ ਜਿਹੜੇ ਲੋਕ ਮੇਰੇ ਤੋਂ ਉਮੀਦ ਰੱਖਦੇ ਆ ਮੈਂ ਐਨੀ ਗਿੰਦੀ ਕਿ ਮੈਂ ਕਰਦੀ ਆ ਕਿਉਂਕਿ ਹਮੇਸ਼ਾ ਮੈਂ ਕਹਾਂ ਕਿ ਜਿੱਥੇ ਮੈਂ ਆਂਦੀ ਉੱਥੇ ਕਦੀ ਵੀ ਕੋਈ ਚੀਜ਼ ਬਾਕੀ ਨਹੀਂ ਰਹਿੰਦੀ ਮੈਂ ਤੋਂ ਬਾਅਦ ਅੰਤ ਹੁੰਦਾ ਇਨਸਾਨ ਦਾ ਮੈਂ ਵਾਹਿਗੁਰੂ ਜੀ ਦਾ ਤਰਸ ਸਮਝਦੀ ਇਸ ਚੀਜ਼ ਨੂੰ ਕਿ ਮੈਨੂੰ ਉਹਨਾਂ ਨੇ ਇਸ ਕਾਬਿਲ ਬਣਾਇਆ ਮੈਨੂੰ ਇਹ ਲਾਈਨ ਦਿੱਤੀ ਤਾਂ ਕਿ ਮੈਂ ਜਿਹੜੇ ਜ਼ਰੂਰਤਮੰਦ ਲੋਕ ਨੇ ਜੋ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਮੇਰੀ ਜ਼ਰੂਰਤ ਹੈ ਤੇ ਮੈਂ ਉਹਨਾਂ ਲਈ ਕੁਝ ਕਰ ਪਾ ਰਹੀ ਆ ਮੈਂ ਬਹੁਤ ਛੋਟਾ ਜਿਹਾ ਹਿੱਸਾ ਵਾਂ ਕਰਨ ਵਾਲੇ ਪ੍ਰਮਾਤਮਾ ਹੈ ਲੇਕਿਨ ਮੈਂ ਜਰੀਆ ਵਾਂ ਉਸ ਵਾਹਿਗੁਰੂ ਦਾ ਭੇਜਿਆ ਹੋਇਆ ਜਿਹਨੂੰ ਉਹ ਕਹਿੰਦੇ ਕਿ ਬਾਈ ਇਹ ਡਿਊਟੀ ਤੁਹਾਡੀ ਇਹਨੂੰ ਫੁੱ ਸੋ ਮੈਨੂੰ ਲੱਗਦਾ ਕਿ ਉਹ ਤਾਕਤ ਇੱਕ ਉਪਰੋਂ ਵੀ ਮਿਲਦੀ ਹੈ ਤੁਹਾਨੂੰ ਹਾਂ ਦੂਸਰੀ ਉਸ ਤੋਂ ਬਾਅਦ ਆ ਜਾਂਦਾ ਕਿ ਤੁਹਾਡੀ ਫੈਮਿਲੀ ਹਾਂਜੀ ਅਗਰ ਤੁਹਾਡੀ ਫੈਮਿਲੀ سپورਟਿਵ ਹੈ ਤਾਂ ਮੇਰੇ ਖਿਆਲ ਨਾਲ ਕਿ ਤੁਸੀਂ ਦੁੱਗਣੀ ਪੋਟੈਂਸ਼ੀਅਲ ਦੇ ਨਾਲ ਕੰਮ ਕਰਦੇ ਹੋ ਤੁਹਾਡੇ ਅੰਦਰ ਇੱਕ ਹੋਰ ਡਬਲ ਪਾਵਰ ਹੁੰਦੀ ਹੈ ਕਿ ਵੀ ਮੈਨੂੰ ਐਪਰੀਸ਼ੀਏਟ ਕਰ ਰਹੇ ਨੇ ਮੇਰੇ ਘਰ ਦੇ ਜਾਂ ਕਈ ਵਾਰੀ ਹੁੰਦਾ ਕਿ ਤੁਹਾਡੀ ਫੈਮਿਲੀ ਦੇ ਵਿੱਚ ਹਸਬੰਡ ਹੈ ਉਹ ਤੁਹਾਨੂੰ ਰੋਕਣੀਆਂ ਤੁਹਾਡੇ ਇਨ-ਲॉज ਤੁਹਾਨੂੰ ਰੋਕਣ ਤਾਂ ਤੁਸੀਂ ਅੱਗੇ ਨਹੀਂ ਵੱਧ ਸਕਦੇ ਤੁਸੀਂ ਉੱਥੇ ਰੁਕ ਜਾਂਦੇ ਹੋ ਔਰ ਹਰ ਲੜਕੀ ਦੇ ਡ੍ਰੀਮਸ ਹੁੰਦੇ ਆ ਕੁਝ ਨਾ ਕੁਝ ਕਰਨ ਦੇ ਅੱਗੇ ਵਧਣ ਦੇ ਹਰ ਇੱਕ ਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਮੇਰੇ ਲਈ ਮੇਰਾ ਤਾਕਤ ਜਿਹੜੀ ਮੇਰਾ ਪਰਿਵਾਰ ਵੀ ਹੈ ਤੇ ਇਸ ਕਰਕੇ ਮੈਂ ਵੱਧ ਤੋਂ ਵੱਧ ਕੰਮ ਕਰ ਪਾ ਰਹੀ ਆ ਤੁਹਾਡੇ ਜਿਹੜੇ ਡ੍ਰੀਮ ਸੀਗੇ ਉਹ ਜਿੰਨੇ ਸੀਗੇ ਸਾਰੇ ਫੁੱਲਫਿਲ ਹੋ ਗਏ ਜੀ ਮੇਰੀ ਸਟੋਰੀ ਤਾਂ ਬਿਲਕੁਲ ਹੀ ਅਲੱਗ ਹੈ ਅੱਜ ਦੇ ਸਮਾਜ ਤੋਂ ਸੀਰੀਅਸਲੀ ਦੱਸਾਂ ਮੈਂ ਤੁਹਾਨੂੰ ਅਮਨ ਜੀ ਜਿਵੇਂ ਲੜਕੀਆਂ ਆਜ ਕੱਲ ਆਪਾਂ ਸੀਰੀਅਲਸ ਦੇਖਦੇ ਆ ਰਾਈਟ ਸੀਰੀਅਲਸ ਦੇ ਅੰਦਰ ਇੱਕ ਮਦਰ ਇਨ ਲਾ ਦੀ ਜਿਹੜੀ ਇੱਕ ਇਮੇਜ ਦਿਖਾ ਰਹੇ ਨੇ ਕਿ ਉਹ ਤਾਂ ਬਿਲਕੁਲ ਜਿਉਂ ਚੂੜੇ ਲਾਈ ਕੇ ਉਹ ਬਹੁਤ ਕੁਝ ਦੱਸਦੇ ਆ ਮਤਲਬ ਮਾਰ ਰਹੀ ਐ ਸਾਸ਼ਕ ਕਰ ਰਹੀ ਐ ਮਤਲਬ ਡੇਲੀ ਇੱਕ ਕੀ ਕਹਿੰਦੇ ਡੇਲੀ ਸੋਪ ਆਂਦਾ ਹੈ ਤੁਸੀਂ ਟੀਵੀ ਤੇ ਦੇਖ ਰਹੇ ਹੋ ਉਹਦੇ ਵਿੱਚ ਸਿਰਫ 네ਗੇਟਿਵ ਰੂਲਸ ਅਜਿਹਾ ਦਿਖਾਇਆ ਜਾਂਦਾ ਐ ਐਕਚੁਅਲੀ ਮੈਂ ਆਰਮੀ ਬੈਕਗਰਾਉਂਡ ਤੋਂ ਆ ਮੇਰੇ ਫਾਦਰ ਆਰਮੀ ਚ ਸੀ ਹੀ ਵਾਸ ਰਿਟਾਇਰਡ ਕਰਨਲ ਤੇ ਸੋ ਜਿਹੜੀ ਸਾਡੀ ਪਹਿਲੇ ਅਪਬ੍ਰਿੰਗਿੰਗ ਸੀ ਉਹ ਬੜੀ ਪੋਲਾਈਟ ਉਹਦੇ ਕੋਲ ਮਾਹੌਲ ਚ ਸੀ ਵੀ ਬੇਟੀ ਬੇਟੇ ਚ ਕੋਈ ਫਰਕ ਨਹੀਂ ਐ ਬਿੰਦਾਜ਼ ਜ਼ਿੰਦਗੀ ਤਾਂ ਉਸ ਤੋਂ ਬਾਅਦ ਮੇਰੀ ਸਾਰੀ ਜੋ ਐਜੂਕੇਸ਼ਨ ਔਰ ਸਾਰਾ ਮੈਰਟ ਤੋਂ ਐ ਮੈਂ ਯੂਪੀ ਤੋਂ ਆ ਜਦੋਂ ਉੱਥੇ ਮੈਨੂੰ ਕੋਈ ਕਹਿੰਦਾ ਸੀ ਕਿ ਪੰਜਾਬ 'ਚ ਕਿਉਂਕਿ ਸਾਡੇ ਇੱਥੇ ਰਿਲੇਟਿਵ ਸੀ ਕਿ ਪੰਜਾਬ 'ਚ ਆਪਾਂ ਕੋਈ ਰਿਸ਼ਤਾ ਦੇਖ ਰਹੇ ਹਾਂ ਉੱਥੇ ਕਰ ਦੇਣਾ ਤਾਂ ਮੈਨੂੰ ਬਹੁਤ ਡਰ ਲੱਗਦਾ ਸੀ ਪੰਜਾਬ 'ਚ ਮੈਂ ਤਾਂ ਨਹੀਂ ਜਾਣਾ ਬਾਈ ਮੈਂ ਤਾਂ ਦਿੱਲੀ ਜਾਂ ਕਿਤੇ ਕਿਸੇ ਅੱਛੀ ਮੈਟਰੋ ਸਿਟੀ ਤੋਂ ਉੱਥੇ ਹਨਾ ਜੋ ਮੇਰਾ ਸੁਪਨਾ ਸੀ ਕਿ ਵੀ ਮੈਂ ਪੰਜਾਬ 'ਚ ਨਹੀਂ ਆਵਾਂਗੀ ਮੈਂ ਇੱਥੇ ਮੈਰਿਡ ਨਹੀਂ ਹੋਣਾ ਕਿ ਇਥੇ ਜਿਹੜਾ ਲੋਕ ਹੈ ਜੋ ਮੈਨੂੰ ਲੱਗਦਾ ਸੀ ਜੋ ਸੁਣਦੀ ਸੁਣਾਈ ਸੀ ਵੀ 12 26 ਵੀ ਪੰਜਾਬ ਇਦਾਂ ਬੜੀ ਛੋਟੀ ਸੋਚ ਹੈ ਬੜੀ ਕੰਜਸਟਡ ਜਿਹਾ ਮਾਹੌਲ ਹੈ ਕਿਵੇਂ ਅਡਜਸਟ ਹੋਵਾਂਗੇ ਕਿਉਂਕਿ ਸ਼ੁਰੂ ਤੋਂ ਇਹੋ ਜਿਹਾ ਮਾਹੌਲ ਚ ਪਹਿਲੇ ਬਰ்தੇ ਨਹੀਂ ਸੀ ਹੋਏ ਚਲੋ ਬਾਕੀ ਕੀ ਕਹਿੰਦੇ ਹੁੰਦੇ ਕਹਿੰਦੇ ਜਿੱਥੇ ਤੁਹਾਡੇ ਸੰਜੋਗ ਹੁੰਦੇ ਆ ਲਾਈਕ ਰਿਸ਼ਤਾ ਵੀ ਪੰਜਾਬ 'ਚ ਹੋ ਗਿਆ ਵਿਆਹ ਵੀ ਪੰਜਾਬ 'ਚ ਹੋ ਗਿਆ ਪਰ ਮੈਂ ਜਦੋਂ ਆਪਣੇ ਇਨ-ਲੌਸ ਫੈਮਿਲੀ 'ਚ ਆਈ ਆਮ ਟੋਟਲੀ ਸ਼ੌਕ ਕਿ ਇਹ ਤਾਂ ਮਾਹੌਲ ਹੀ ਬਿਲਕੁਲ ਅਲੱਗ ਸੀ ਮੇਰੀਆਂ ਤਿੰਨ ਸਿਸਟਰ ਇਨ ਲਾਜ਼ ਨੇ ਸਾਰੇ ਮੇਰੇ ਤੋਂ ਵੱਡੇ ਨੇ ਅਸੀਂ ਸਭ ਤੋਂ ਛੋਟਿਆਂ ਕਰਦੇ ਵਿੱਚ ਪਰ ਸਾਰਿਆਂ ਨੇ ਮੈਨੂੰ ਇੰਨਾ ਕੁ ਪਿਆਰ ਦਿੱਤਾ ਬੱਚਿਆਂ ਵਾਂਗ ਔਰ ਜਿਹੜੇ ਮਦਰ ਇਨ ਲਾ ਮੇਰੇ ਕਿਉਂਕਿ ਟੂ ਬੀ ਵੈਰੀ ਫਰੈਂਕ ਕਿ ਮੈਨੂੰ ਕੋਈ ਖਾਸ ਕੁਕਿੰਗ ਵਗੈਰਾ ਦਾ ਕੋਈ ਐਕਸਪੀਰੀਅੰਸ ਨਹੀਂ ਸੀ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਤੁਹਾਡੇ ਪੇਰੈਂਟਸ ਫੈਮਲੀ ਦੇ ਅੰਦਰ ਤੁਸੀਂ ਘਰਾਂ ਦੇ ਮਾਹੌਲ ਹੁੰਦੇ ਹਨ ਜਿਆਦਾ ਸਰਵੈਂਟ ਹੈ ਤੁਸੀਂ ਕੰਮ ਵੀ ਨਹੀਂ ਕਰ ਰਹੇ ਕੁਕਿੰਗ ਵੀ ਨਹੀਂ ਕਰ ਰਹੇ ਪਰ ਹਾਂ ਵਿਆਹ ਵਾਲੀ ਦਿਨ ਮੇਰੇ ਮਦਰ ਜਿਹੜੇ ਸੀ ਉਹਨਾਂ ਨੂੰ ਬੜਾ ਫਿਕਰ ਸੀ ਕਿ ਅਗਲੇ ਘਰ ਜਾ ਕੇ ਇਹਨੂੰ ਕੋਟੀ ਨਾ ਪਵੇ ਕਿ ਇਹਨੂੰ ਕੁਕਿੰਗ ਨਹੀਂ ਆਉਂਦੀ ਤੇ ਮੇਰੇ ਮਦਰ ਨੇ ਮੈਨੂੰ ਕਿਹਾ ਕਿ ਵੀ ਤੁਸੀਂ ਜਾ ਕੇ ਇਹ ਨਹੀਂ ਗੱਲ ਕਹਿਣੀ ਕਿ ਮੈਨੂੰ ਆਉਂਦਾ ਨਹੀਂ ਕੁਝ ਤੁਸੀਂ ਕਹਿਣਾ ਜੀ ਮੈਂ ਕਰ ਸਕਦੀ ਹਾਂ ਮੈਨੂੰ ਦੱਸ ਦਿਓ ਠੀਕ ਮੈਂ ਉਹਨਾਂ ਦੀ ਇਹ ਗੱਲ ਨਾ ਆਪਣੇ ਪੱਲੇ ਨਾਲ ਕੱਸ ਕੇ ਮੰਨ ਲਈ ਕਿ ਬਿਲਕੁਲ ਠੀਕ ਹੈ ਮੇਰੇ ਮਮਾ ਨੇ ਮੇਰੇ ਮਦਰ ਇਨ ਲਾਓ ਚਲੋ ਅਸੀਂ ਗਏ ਫਸਟ ਡੇ ਜਿਹੜਾ ਲੜਕੀ ਲਈ ਹੁੰਦਾ ਕਿ ਤੁਸੀਂ ਉਹ ਕਿਚਨ ਵਗੈਰਾ ਚ ਐਂਟਰੀ ਕਰਵਾਉਂਦੇ ਕੁਝ ਬਣਾਣਾ ਹੁੰਦਾ ਚੌਂਕੇ ਚੜਨਾ ਚੌਂਕੇ ਚੜਨਾ ਯਾ ਤੇ ਉਹ ਪ੍ਰਸ਼ਾਦ ਬਣਾਉਣਾ ਸੀ ਹਾਂਜੀ ਮੇਰੇ ਵੱਡੇ ਜਠਾਨੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਹੋਲੀ ਜੀ ਮੈਂ ਕਿਹਾ ਕਿ ਭਾਬੀ ਜੀ ਮੈਨੂੰ ਤਾਂ ਆਂਦਾ ਨਹੀਂ ਉਹ ਵੀ ਇੰਨੀ ਜ਼ਿਆਦਾ ਅੱਛੇ ਸਾਰੇ ਉਹ ਮੈਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਮੈਂ ਬਣਾਵਾਂਗੀ ਤੁਸੀਂ ਜਸਟ ਬਸ ਇਦਾਂ ਟੱਚ ਕਰ ਦਿਓ ਮੈਂ ਕਿਹਾ ਓਕੇ ਉਹ ਹੋ ਗਿਆ ਫਿਰ ਮੇਰੇ ਮਦਰ ਇਨ ਲਾ ਨੂੰ ਇਹ ਚੀਜ਼ ਪਤਾ ਲੱਗ ਗਈ ਕਿ ਵੀ ਐ ਜਿਹੜੀ ਬੀਬੀ ਐ ਇਹਨੂੰ ਕੁਝ ਆਂਦਾ ਨਹੀਂ ਹੈਗਾ ਇਹ ਮੈਨੂੰ ਸਿਖਾਉਣਾ ਪੈਣਾ ਹੈ ਸੋ রাইਟ ਤੇ ਮੇਰੀ ਮਦਰ ਇਨ ਲਾਉ ਇਵਨ ਕਿ ਐਜੂਕੇਸ਼ਨ ਡਿਪਾਰਟਮੈਂਟ ਤੋਂ ਸੀ ਰਿਟਾਇਰਡ ਬਲੌਕ ਅਫੀਸਰ ਨੇ ਖੁਦ ਵੀ ਵਰਕਿੰਗ ਊਮਨ ਰਹੇ ਨੇ ਪਰ ਲੇਕਿਨ ਉਹਨਾਂ ਨੇ ਮੈਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਬਹੁਤ ਕੁਝ ਸਿਖਾਇਆ ਮੈਂ ਅਮਨ ਸੀਰੀਅਸਲੀ ਕਿ ਮੈਨੂੰ ਪਹਿਲੀ ਤਾਂ ਮੈਂ ਤੁਹਾਨੂੰ ਇਹ ਦੱਸਾਂ ਬੜੀ ਇੱਕ ਫਨੀ ਗੱਲ ਆ ਕੀ ਘਰ ਦੇ ਵਿੱਚ ਜਦੋਂ ਅਸੀਂ ਸਾਗ ਬਣਾਉਂਦੇ ਆ ਰਾਈਟ ਸਾਗ ਦੇ ਵਿੱਚ ਕਿਹਾ ਜਾਂਦਾ ਕਿ ਉਹ ਤੁਸੀਂ ਜਿਹੜਾ ਹੁੰਦਾ ਸਾਗ ਦੇ ਪੱਤੇ ਥਰੋ ਕਰ ਦੋ ਪਿੱਛੇ ਗੰਦਲਾ ਰੱਖਦੇ ਆ ਸਾਗੀਆਂ ਐਹੀ ਹੁੰਦਾ ਕਿ ਸਾਗ ਬਹੁਤ ਅੱਛਾ ਬਣਦਾ ਹੈ ਹੁਣ ਮੈਨੂੰ ਸਿਰਫ ਇੰਨਾ ਕੁ ਪਤਾ ਸੀ ਸਾਗ ਦਾ ਮੈਥਡ ਕਿ ਐ ਹੁੰਦਾ ਵਨਡੇ ਮੇਰੇ ਮਦਰ ਇਨ-ਲਾ ਕਹਿੰਦੇ ਕਿ ਵੀ ਤੁਸੀਂ ਇਦਾਂ ਕਰਨਾ ਬੇਟਾ ਇਹ ਪਾਲਕ ਰੱਖੀ ਹੈ ਤਾਂ ਉਸ ਦਿਨ ਸਾਡੀ ਮੇਡ ਨਹੀਂ ਸੀ ਆਈ ਕਿ ਐ ਤੁਸੀਂ ਕਰਕੇ ਰੱਖਿਓ ਮੈਂ ਕਿਹਾ ਠੀਕ ਹੈ ਮੰਮਾ ਮੈਂ ਕਰ ਲੂੰਗੀ ਹੁਣ ਮੈਨੂੰ ਇਹ ਪਤਾ ਸੀ ਕਿ ਸਾਗ ਦੀਆਂ ਡੰਡੀਆਂ ਰੱਖਦੇ ਮੈਂ ਪਾਲਕ ਦੇ ਸਾਰੇ ਪੱਤੇ ਸੁੱਟ ਦਿੱਤੇ ਅਰੇ ਦੀਆਂ ਛੋਟੀਆਂ-ਛੋਟੀਆਂ ਡੰਡੀਆਂ ਰੱਖ ਲੀਆਂ ਜਦੋਂ ਆਏ ਉਹ ਦੇਖ ਕੇ ਹੈਰਾਨ ਕਿ ਪੱਤੇ ਤਾਂ ਸਾਰੇ ਚਲੇ ਗਏ ਪਾਲਕ ਦੇਵਿੰਨ ਕਹਿੰਦੀ ਉਹ ਹੋਇਆ ਕੀ ਕੀਤਾ ਮੈਂ ਕਿਹਾ ਜੀ ਉਹ ਸਾਗ ਦੇ ਈਮੇ ਕਰਕੇ ਕਰਦੇ ਆ ਤੇ ਮੈਨੂੰ ਉਸ ਦਿਨ ਪਤਾ ਲੱਗਾ ਕਿ ਪਾਲਕ ਦੇ ਪੱਤੇ ਰੱਖਣੇ ਹੁੰਦੇ ਡੰਡੀਆਂ ਸੁੱਟਣੀਆਂ ਹੁੰਦੀਆਂ ਸੋ ਤੁਸੀਂ ਇਹ ਦੇਖੋ ਕਿ ਛੋਟੀਆਂ-ਛੋਟੀਆਂ ਗੱਲਾਂ ਸੀ ਜਿਨ ਮਤਲਬ ਇਵਨ ਅਗਰ ਉਹ ਚਾਹਦੇ ਤਾਂ ਉਹ ਵੀ ਆਪਣਾ ਓਵਰ ਰੀਐਕਟ ਕਰ ਸਕਦੇ ਸੀ ਬਟ ਨੋ ਉਹਨਾਂ ਨੇ ਮੈਨੂੰ ਬੱਚਿਆਂ ਮੰਗਰ ਔਰ ਹਰ ਚੀਜ਼ ਕੁਕਿੰਗ ਦੀ ਮੈਂ ਆਪਣੇ ਮਦਰ-ਇਨ-ਲੌ ਕੋਲ ਸਿੱਖੀ ਹੈ ਮਤਾ ਮੈਨੂੰ ਕੁਕਿੰਗ ਚ ਪਰਫੈਕਟ ਕਰਨ ਵਾਲੇ ਆ ਜੋਰੀ ਨੇ ਨਾਉ ਸ਼ੀ 85 ਬਟ ਅੱਜ ਵੀ ਜਿਹੜਾ ਉਹਨਾਂ ਦਾ ਔਰ ਮੇਰਾ ਪਿਆਰ ਇਦਾਂ ਦਾ ਹੈ ਕਿ ਮੇਰੇ ਖਿਆਲ ਨਾਲ ਮਾਵਾਂ ਧੀਆਂ ਦਾ ਵੀ ਨਹੀਂ ਹੁੰਦਾ ਟੱਚਪੁਆਇੰਟ ਹੈ ਮੈਂ ਬਹੁਤ ਇਸ ਗੱਲ ਤੋਂ ਖੁਸ਼ ਹਾਂ ਔਰ ਫਿਰ ਦੂਸਰੀ ਗੱਲ ਕੀ ਜਿਹੜੀ ਮੈਂ ਡ੍ਰੀਮਸ ਲੈ ਕੇ ਆਈ ਸੀ ਮੈਨੂੰ ਲੱਗਦਾ ਸੀ ਕਿ ਮੈਂ ਕੁਝ ਕਰਨਾ ਮੈਨੂੰ ਹਮੇਸ਼ਾ ਅੱਗੇ ਵਧਣ ਦੀ ਇੱਛਾ ਰਹੀ ਹੈ ਕਿਉਂਕਿ ਹਰ ਲੜਕੀ ਦਾ ਸੁਪਨਾ ਹੁੰਦਾ ਕੁਝ ਨਾ ਕੁਝ ਕਰਨ ਦਾ ਮੇਰਾ ਸ਼ੁਰੂ ਤੋਂ ਸਮਾਜ ਨਾਲ ਜੁੜੇ ਰਹਿਣ ਦਾ ਬਹੁਤ ਜ਼ਿਆਦਾ ਇੱਕ ਵੱਡਾ ਸੁਪਨਾ ਸੀ ਕਿ ਮੈਂ ਐਨ ਜੀਓਜ਼ ਵੀ ਰਨ ਕਰਨੇ ਆ ਮੈਂ ਅੱਗੇ ਸਮਾਜ ਲਈ ਕੁਝ ਤੇ ਮੇਰੀ ਮਦਰ-ਇਨ-ਲॉ ਨੇ ਇਸ ਦੇ ਵਿੱਚ ਮੇਰੀ ਬਹੁਤ ਹੈਲਪ ਕੀਤੀ। ਈਵਨ ਕਿ ਮੈਂ ਜੋ ਚੀਜ਼ ਨਹੀਂ ਕਰਨਾ ਚਾਹੁੰਦੀ ਸੀ, ਪੜ੍ਹਨਾ ਨਹੀਂ ਸੀ ਚਾਹੁੰਦੀ, ਮੇਰੇ ਹੱਥੋਂ ਸਟੈਂਡ ਚੂੜਾ ਸੀ ਔਰ ਮੇਰੀ ਮਦਰ-ਇਨ-ਲॉ ਮੈਨੂੰ ਖੁਦ ਡ੍ਰੌਪ ਕਰਨ ਜਾਂਦੇ ਸੀ ਯੂਨੀਵਰਸਿਟੀ। ਮਤਲਬ ਬੁੱਕਸ ਲਿਆ ਕੇ ਦੇਣੀ ਆ, ਪੜ੍ਹ ਪੜ ਤੂੰ ਇਹ ਕਰਨਾ ਅੱਗੇ ਉਹ ਕਰਨਾ ਤੇ ਸੋ ਮੇਰੇ ਲਈ ਤੇ ਫਿਰ ਮੈਂ ਕਹਾਂਗੀ ਕਿ ਸਜਦੀ ਸ਼ਵੀ ਇੱਕ ਮਾਂ ਤੋਂ ਵੀ ਜ਼ਿਆਦਾ ਉੱਤੇ ਹੈ। ਮੇਰੇ ਲਈ ਇੱਕ ਮਾਂ ਤੋਂ ਵੀ ਵੱਧ ਮੈਂ ਕਹਿ ਸਕਦੀ ਦਰਜਾ ਉਹਨਾਂ ਦਾ। ਤੁਸੀਂ ਇਹ ਦੇਖੋ ਅੱਜ ਕੱਲ ਤੇ ਕੋਈ ਆਪਣੇ ਬੱਚਿਆਂ ਦੇ ਲਈ ਇੰਨਾ ਖੁਸ਼ ਨਹੀਂ ਹੁੰਦਾ ਮੇਰੀਆਂ ਅੱਜ ਵੀ ਜਦ ਨਿਊਜ਼ਪੇਪਰ ਦੇ ਅੰਦਰ ਕੋਈ ਕਟਿੰਗ ਆਂਦੀ ਹੈ ਕੁਝ ਵੀ ਹੈ ਉਹ ਉਹਨੂੰ ਸੰਭਾਲ ਕੇ ਕੱਟ ਕਰਕੇ ਆਪਣੇ ਕੋਲ ਰੱਖਦੇ ਨੇ ਇੰਨਾ ਖੁਸ਼ ਹੁੰਦੇ ਆ ਮਤਲਬ ਮੇਰੇ ਹਰ ਕੰਮ ਨੂੰ ਐਪਰੀਸ਼ੀਏਟ ਕਰਦੇ ਤੇ ਮੇਰੇ ਲਈ ਮੇਰੀ ਮਾਂ ਆ ਮਾਂ ਤਾਂ ਵੀ ਜਾਤਾ ਮੈਨੂੰ ਇੰਨੀਆਂ ਖੂਬਸੂਰਤ ਲੱਗ ਰਹੀਆਂ ਨਾ ਤੁਹਾਡੀਆਂ ਅਗਰ ਲੱਗੀ ਥੱਲੇ ਕਮੈਂਟਸ ਵੀ ਹੋਣਿਆ ਵੀ ਇਦਾਂ ਦੀਆਂ ਵੀ ਸੱਸਾਂ ਜਾਂ ਮਾਵਾਂ ਹੁੰਦੀਆਂ ਨੇ ਹੁੰਦੀਆਂ ਬਿਲਕੁਲ ਹੁੰਦੀਆਂ ਲੇਕਿਨ ਸਿਰਫ ਰਿਸ਼ਤਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਰਿਸ਼ਤੇ ਬਹੁਤ ਖੂਬਸੂਰਤ ਨੇ ਲੇਕਿਨ ਅਸੀਂ ਅਗਰ ਸਟਾਰਟਿੰਗ ਡੇ ਤੋਂ ਹੀ ਇਹ ਮਨ ਦੇ ਅੰਦਰ ਧਾਰ ਕੇ ਗਏ ਆ ਕਿ ਨਹੀਂ ਉਹ 네ਗੇਟਿਵ ਹੀ ਉੱਥੇ ਹੋਣਾ ਤਾਂ ਫਿਰ ਉਹ ਪੋਸੀਬਲ ਨਹੀਂ ਹੈ ਕਿਉਂਕਿ 네ਗੇਟਿਵਿਟੀ ਦੇ ਨਾਲ 네ਗੇਟਿਵਿਟੀ ਹੀ ਆਏਗੀ ਤੁਸੀਂ ਪੋਜ਼ਿਟਿਵ ਰੱਖੋਗੇ ਤਾਂ ਪੋਜ਼ਿਟਿਵ ਹੋਏਗਾ ਅਗਰ ਅਸੀਂ ਉਹਨਾਂ ਤੋਂ ਉਮੀਦ ਰੱਖਦੇ ਹਾਂ ਕਿ ਉਹ ਮਾਂ ਬਣੇ ਤਾਂ ਸਾਨੂੰ ਖੁਦ ਵੀ ਪਹਿਲੇ ਧੀ ਬੰਨਣਾ ਪੈਣਾ ਹੈ ਛੋਟੀਆਂ ਛੋਟੀਆਂ ਗੱਲਾਂ ਵਾ ਇਹਨਾਂ ਨੂੰ ਸਮਝੋ ਰਿਸ਼ਤੇ ਬਹੁਤ ਖੂਬਸੂਰਤ ਮੈਂ ਤੇ ਹਰ ਲੜਕੀ ਨੂੰ ਆਏ ਕਹਿੰਨੀ ਆ ਹਾਂ ਹੋ ਸਕਦਾ ਹੈ ਕਿ ਸੋਚੋ 2% ਕੁਝ ਲੋਕ ਇਦਾਂ ਦੇ ਹੋਣ ਕਿ ਜਿਨ੍ਹਾਂ ਨਾਲ ਕਦੀ ਇਦਾਂ ਦਾ ਹੁੰਦਾ ਹੈ ਬਟ ਲੇਕਿਨ ਜਿਤੋਂ ਤੱਕ ਮੈਂ ਆਪਣੀ ਲਾਈਫ ਦੇ ਐਕਸਪੀਰੀਅੰਸ ਚ ਦੇਖਦੀ ਆ ਰਹੀ ਆਂ ਜਿਵੇਂ ਐਜ਼ ਏ ਲੋਕ ਅਦਾਲਤ ਚ ਮੈਂ ਬੈਠਦੀ ਆਂ ਹਨਾ ਕਿਉਂਕਿ ਮੈਨੂੰ ਐਜ਼ ਏ ਸੋਸ਼ਲ ਵਰਕਰ ਬਿਠਾਉਂਦੇ ਆ ਜੈਸ ਸਾਹਿਬਾ ਬੈਠੇ ਹੁੰਦੇ ਇੱਕ ਵਕੀਲ ਹੁੰਦਾ ਔਰ ਇੱਕ ਸੋਸ਼ਲ ਵਰਕਰ ਹੁੰਦਾ ਅਸੀਂ ਐਜ਼ ਏ ਸੋਸ਼ਲ ਵਰਕਰ ਬੈਠਦੇ ਆ ਸੀੜਿਓ ਕੇਸਿਸ ਆਂਦੇ ਉਹਨਾਂ ਨੂੰ ਦੇਖਦੇ ਆ ਉਹਦੇ ਚ ਜਿੰਨਾ ਅਸ ਟਿੱਕਰ ਮੈਂ ਐਨਾਲਾਈਜ਼ ਕੀਤਾ ਉਸ ਦੇ ਵਿੱਚ ਕਾਫੀ ਹੱਦ ਟਿੱਕਰ ਮੈਂ ਸੌਰੀ ਟੂ ਸੇ ਕਹਿਣਾ ਨਹੀਂ ਚਾਹੁੰਦੀ ਕਿਉਂਕਿ ਮੈਂ ਵੀ ਇੱਕ ਔਰਤ ਆਂ ਇੱਕ ਲੜਕੀ ਆ ਹਨਾ ਕੁੜੀਆਂ ਦਾ ਜ਼ਿਆਦਾ ਕਸੂਰ ਪਾਇਆ ਜਾਂਦਾ ਲੜਕੀਆਂ ਦਾ ਇਹ ਵੀ ਇੱਕ ਮੋਸਟਲੀ ਕੀ ਹੁੰਦਾ ਕਿ ਕਈ ਵਾਰੀ ਲੋਕੀ ਸੰਪਤੀ ਕਾਰਡ ਖੇਡ ਜਾਂਦੇ ਆ ਕਿ ਮੈਂ ਲੇਡੀਆਂ ਮੈਂ ਲੜਕੀਆਂ ਮੇਰੇ ਹੱਕ ਚ ਕਾਨੂੰਨ ਨੇ ਮੈਂ ਕਰ ਲਾ ਪਰ ਕਿਤੇ ਨਾ ਕਿਤੇ ਉਹ ਲੜਕਾ ਵੀ ਮਜਬੂਰ ਹੋ ਜਾਂਦਾ ਨਾ ਜੀ ਜੀ ਬਹੁਤ ਸਾਰੇ ਐਸੀ ਇਨਸੀਡੈਂਟ ਆ ਮਨ ਅੱਛਾ ਮੈਂ ਹੋਈ ਮੈਨੂੰ ਜਦੋਂ ਤੁਸੀਂ ਗੱਲ ਕਰ ਰਹੇ ਸੀ ਮੈਨੂੰ ਯਾਦ ਆਇਆ ਆਪਣੇ ਕੋਲ ਇੱਕ ਗੈਸਟ ਆਏ ਸੀ ਇੱਥੇ ਤੇ ਉਹਨਾਂ ਦਾ ਬਿਲਕੁਲ ਆਪੋਜ਼ਿਟ ਸੀ ਵੀ ਉਹਨਾਂ ਦੇ ਇਨ-ਲਾਜ਼ ਨੇ ਬਹੁਤ ਤੰਗ ਕੀਤਾ 7 ਸਾਲ ਦੇਖੋ ਤੁਸੀਂ ਉਹੀ ਕਿਹਾ ਨਾ ਵੀ ਮੇਰੇ ਕੋਲ ਐਸਾ ਉਹ ਗੈਸਟ ਆਏ ਉਹਨਾਂ ਨੇ ਆਪਣੀ ਸਪੀਚ ਸਾਰੀ ਰੱਖੀ ਤੇ ਉਸ ਤੋਂ ਬਾਅਦ ਵੀ ਮੈਂ ਕਿਹਾ ਠੀਕ ਆ ਵੀ ਹੋ ਸਕਦਾ ਹੋਇਆ ਹੁਣ ਕਿਉਂਕਿ ਮੈਂ ਵੀ ਫਸਟ ਟਾਈਮ ਮਿਲਿਆ ਸੀ ਉਹਨਾਂ ਨੂੰ ਤੇ ਲੇਕਿਨ ਮੈਂ ਕਮੈਂਟਸ ੱਲੇ ਪੜੇ ਭਾਜੀ ਉਧਰ ਦਾ ਪੱਖ ਵੀ ਦੇਖੋ ਤੁਸੀਂ ਹਸਬੈਂਡ ਨੂੰ ਵੀ ਬੁਲਾਓ ਇਹ ਚੀਜ਼ਾਂ ਤਾਂ ਮਨ ਨੂੰ ਲੱਗਿਆ ਵੀ ਠੀਕ ਆ ਕੁਝ ਜਿੱਦਾਂ ਨਾ ਵੀ 50% ਹੋਈਆਂ ਆਪਾਂ ਨੂੰ 80 ਬਣਾ ਦਿੰਨੇ ਆਂ ਕਈ ਵਾਰ ਰਾਈਟ ਹੁੰਦਾ ਹੁੰਦਾ ਤੇ ਬਹੁਤ ਵਾਰੀ ਹੁੰਦਾ ਕੋਈ ਇਦਾਂ ਦਾ ਕੇਸ ਵੈਸੇ ਤੁਸੀਂ ਵੀ ਸਟਾਰਟਿੰਗ ਤੋਂ ਹੀ ਆਪਾਂ ਇੱਥੋਂ ਸ਼ੁਰੂ ਕਰ ਲਿਆ ਲੇਕਿਨ ਜ਼ਰੂਰੀ ਵੀ ਆ ਚਲੋ ਤੇ ਕੋਈ ਇਦਾਂ ਦਾ ਤੁਹਾਨੂੰ ਕੇਸ ਯਾਦ ਆ ਤੁਸੀਂ ਬਹੁਤ ਸਾਰੇ ਕੇਸਿਸ ਦੇਖੇ ਹੋਣੇ ਆ ਵੀ ਊਮਨਸ ਆਈਆਂ ਸਾਡੇ ਨਾਲੇ ਹੋ ਰਿਹਾ ਧੱਕਾ ਹੋ ਰਿਹਾ ਸਾਨੂੰ ਪੈਸੇ ਦਿਵਾ ਦਿਓ ਜੀ ਦੇਖੋ ਇਹ ਪੈਸੇ ਦਿਵਾਉਣ ਵਾਲਾ ਤਾਂ ਜਿਵੇਂ ਅੱਜਕੱਲ ਟ੍ਰੈਂਡ ਹੀ ਚਲ ਗਿਆ ਤੁਸੀਂ ਵਿਆਹ ਕਰਵਾਉਂਦੇ ਹੋ ਵਿਆਹ ਕਰਵਾਉਣ ਤੋਂ ਬਾਅਦ ਆਈ ਥਿੰਕਸ ਕਿ ਹਾਰਡਲੀ 4 ਜਾਂ 5 ਮਹੀਨੇ ਲੜਕੀਆਂ ਰਹਿੰਦੀਆਂ ਉਸ ਤੋਂ ਬਾਅਦ ਜੀ ਮੈਂ ਡਾਈਵੋਰਸ ਚਾਹਨੀ ਆ ਮੈਨੂੰ ਇਹਦੇ ਕੋਲ ਇਵਨ ਕਿ ਸਾਡੇ ਉੱਤੇ ਜੱਜ ਹੈਗੇ ਮੈਡਮ ਮਨਦੀਪ ਕੌਰ ਫੈਮਿਲੀ ਕੋਰਟ ਚ ਨੇ ਠੀਕ ਹੈ ਜੀ ਉਹ ਵੀ ਇਹ ਚੀਜ਼ਾਂ ਬਹੁਤ ਬਦਰ ਕਰਦੇ ਅਸੀਂ ਕਈ ਵਾਰੀ ਆਪਸ ਵਿੱਚ ਇਹੀ ਡਿਸਕਸ ਕਰਦੇ ਆ ਕਿ ਐ ਨਹੀਂ ਕਿ ਅਸੀ ਔਰਤ ਜਾਂ ਮੈਕ ਲੇਡੀਆਂ ਤਾਂ ਮੈਂ ਕਹੋ ਨਹੀਂ ਔਰਤ ਨਾਲ ਹੀ ਹਮੇਸ਼ਾ ਗਲਤ ਹੁੰਦਾ ਨਹੀਂ ਅਸੀਂ ਤਾਂ ਦੇਖਦੇ ਆ ਨਾ ਆਪਣੇ ਸਾਹਮਣੇ ਕਿ ਕੀ ਹੋ ਰਿਹਾ ਤੇ ਅਸੀਂ ਇਹੀ ਡਿਸਕਸ ਕਰਦੇ ਆ ਕਿ ਨਹੀਂ ਕੁੜੀਆਂ ਕਿੰਨਾ ਧੱਕਾ ਕਰ ਰਹੀਆਂ ਅੱਜਕੱਲ ਕਿ ਜਾਂ ਤਾਂ ਉਹਨਾਂ ਦੀ ਕਹਿਣਾ ਨਹੀਂ ਚਾਹੀਦਾ ਕਿ ਪਰਵਰਿਸ਼ 'ਚ ਕੋਈ ਨਾ ਕੋਈ ਕਮੀ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਸੰਸਕਾਰ ਦਿੱਤੇ ਜਾ ਰਹੇ ਨੇ ਦੇਖੋ ਸਾਨੂੰ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਅਸੀਂ ਇਹ ਦੇਖਣਾ ਪਏਗਾ ਸਮਝਣਾ ਪਏਗਾ ਕਿਸੀਂ ਆਪਣੇ ਬੱਚੇ ਨੂੰ ਗਰੋਅਨ ਅਪ ਕਿਵੇਂ ਕਰ ਰਹੇ ਹਾਂ ਮੈਂ ਜਿਵੇਂ ਕਿਹਾ ਕਿ ਛੋਟੀਆਂ-ਛੋਟੀਆਂ ਗੱਲਾਂ ਵਾ ਜਦੋਂ ਹੁਣ ਅੱਜ ਕੀ ਚੱਲ ਰਿਹਾ ਹੈ ਕਿ ਲੜਕੀਆਂ ਪੜ੍ਹਦੀਆਂ ਨੇ ਠੀਕ ਹੈ ਡਿਗਰੀਜ਼ ਕਰ ਰਹੀਆਂ ਨੇ ਅੱਛੀ ਸਕੂਲਿੰਗ ਵੀ ਹੈ ਯੂਨੀ ਵੀ ਜਾ ਰਹੀਆਂ ਸਭ ਕੁਝ ਹੈ ਪਰ ਬੇਟੀਆਂ ਨੂੰ ਜੋ ਸੰਸਕਾਰ ਦੇ ਨਾਲ-ਨਾਲ ਤੁਹਾਨੂੰ 올 ਰੌਂਡਰ ਬਣਾਉਣ ਦੀ ਜ਼ਰੂਰਤ ਹੈ ਪੜ੍ਹਾਈ ਦੇ ਨਾਲ-ਨਾਲ ਤਾਂ ਕਿ ਕੁਕਿੰਗ 'ਚ ਵੀ ਪਰਫੈਕਟ ਹੋਣ ਹਰ ਚੀਜ਼ 'ਚ ਪਰਫੈਕਟ ਹੋਣ ਹਨਾ ਹੁਣ ਕੀ ਹੁੰਦਾ ਹੈ ਕਿ ਇੱਕ ਸਾਡੇ ਕੋਲ ਇੱਕ ਕੇਸ ਆਇਆ ਉਹਨਾਂ ਦਾ ਡਾਈਵੋਰਸ ਦਾ ਇਸ਼ੂ ਕੀ ਸੀ ਜਸਟ ਬਹੁਤ ਮਾਈਨਰ ਜੀ ਗੱਲ ਕਿ ਲੜਕੀ ਦੇ ਜਿਹੜੇ ਪੇਰੈਂਟ ਸੀ ਲੜਕੀ ਇੰਜੀਨੀਅਰ ਸੀ ਰਾਈਟ ਹੁਣ ਪਹਿਲੇ ਜਦੋਂ ਤੁਸੀਂ ਬੱਚੇ ਨੂੰ ਵਿਆਹ ਰਹੇ ਹੋ ਤੁਸੀਂ ਉਦੋਂ ਵੀ ਤਾਂ ਦੇਖਿਆ ਨਾ ਕਿ ਲੜਕਾ ਕੀ ਕਰ ਰਿਹਾ ਹੈ ਲੜਕਾ ਬਿਜ਼ਨਸਮੈਨ ਹੈ ਪਹਿਲੀ ਗੱਲ ਤਾਂ ਤੁਹਾਡੀ ਲੜਕੀ ਨਾਲ ਕੋਈ ਉਹਦਾ ਮੈਚ ਨਹੀਂ ਹੈ ਕਿ ਲੜਕੀ ਇੰਜੀਨੀਅਰ ਹੈ ਤੁਸੀਂ ਕਿਉਂ ਬਿਜ਼ਨਸਮੈਨ ਨਾਲ ਵਿਆਹ ਰਹੇ ਹੋ ਰਾਈਟ ਜੇ ਤੁਸੀਂ ਹੁਣ ਵਿਆਹ ਕਰ ਦਿੱਤਾ ਹੈ ਤਾਂ ਉਹਨੂੰ ਐਡਜਸਟ ਹੋਣ ਦਿਓ ਮੇਰੀ ਜੋ ਆਪਣੀ ਪਰਸਨਲ ਐ ਸੋਚ ਹੈ ਕਿ ਮੰਨ ਲਓ ਅਸੀਂ ਬੱਚੇ ਨੂੰ 25 ਸਾਲ ਦਾ ਜਾਂ 26 ਸਾਲ ਦਾ ਕਰਕੇ ਬੇਟੀ ਦਾ ਵਿਆਹ ਕਰਦੇ ਆਂ ਹਾਂਜੀ ਅਸੀਂ ਜਦੋਂ 26 ਸਾਲ ਉਹਨੂੰ ਕੋਲ ਰੱਖ ਲਿਆ ਕਿ ਸਾਡਾ ਹਾਲੇ ਢਿੱਡ ਨਹੀਂ ਭਰਿਆ ਉਹਨੂੰ ਸਾਹਮਣੇ ਜਦੋਂ ਉਹ ਬੱਚਾ ਅਗਲੇ ਘਰ ਜਾਂਦਾ ਹੈ ਐਟ ਲੀਸਟ ਉਹਨੂੰ ਇੱਕ ਤੋਂ ਦੋ ਸਾਲ ਲੱਗਦੇ ਅਗਲੇ ਦੇ ਘਰ ਦਾ ਮਾਹੌਲ ਜੋ ਐ ਅਡਾਪਟ ਕਰਦੇ ਆਂ ਯੈਸ ਹੁਣ ਹੁੰਦਾ ਕਿ ਦਿੱਕਤ ਕਿੱਥੇ ਆਂਦੀ ਹੈ ਲੜਕੀ ਵਿਆਹੀ ਗਈ ਮਾਂ ਦਾ ਸਵੇਰੇ ਫੋਨ ਜਾ ਰਿਹਾ ਕੀ ਕਰ ਰਹੀ ਹੈ ਕਿਵੇਂ ਆ ਅੱਛਾ ਲੜਕੀ ਦਾ ਅੱਜ ਬਰਥਡੇ ਤੇਰੀ ਜੁਠਾਣੀ ਨੇ ਕੀ ਦਿੱਤਾ ਤੇਰੀ ਸੱਸ ਨੇ ਕੀ ਦਿੱਤਾ ਬਾਈਓ ਨੂੰ ਸੈੱਟ ਹੋ ਲੈੰਦੋ ਆਪਦੇ ਘਰ ਉਹਦੇ ਅਗਲਾ ਘਰ ਦਾ ਮਾਹੌਲ ਹੈ ਬੋ ਸਹੀ ਗੱਲ ਗਈ ਤੁਸੀਂ ਸੀਰੀਅਸਲੀ ਅਮਨ ਜੋ ਅਸੀਂ ਦੇਖ ਰਹੇ ਆ ਦਿੱਕਤ ਤੁਸੀਂ 올 ਟਾਈਮ ਉਹਨੂੰ ਫੋਨ ਕਰ ਰਹੇ ਹੋ 26 ਸਾਲ ਤੁਸੀਂ ਰੱਖਿਆ ਨਾ ਚਾਹ ਲਾ ਲਿਆ ਹੁਣ ਉਹ ਅਗਲੇ ਘਰ ਅਗਲੇ ਬੱਚੇ ਨੂੰ ਅਜਸਟ ਹੋੰਦੋ ਹੁਣ ਫਿਰ ਕੁੜੀਆਂ ਕੀ ਕਰਦੀਆਂ ਪ੍ਰੈਗਨੈਂਟ ਐ ਸੱਸ ਕੋਲ ਬੈਠੀ ਐ ਸੱਸ ਨੂੰ ਨਹੀਂ ਪੁੱਛਣਾ ਕਿ ਮੰਮਾ ਮੇਰਾ ਆ ਬਣਾਉਣ ਨੂੰ ਜੀ ਕਰਦਾ ਖਾਣ ਨੂੰ ਜੀ ਕਰਦਾ ਉਹਨਾਂ ਸਾਹਮਣੇ ਮਦਰ ਨੂੰ ਫੋਨ ਲਗਾ ਰਹੇ ਮੰਮਾ ਮੇਰਾ ਦਿਲ ਕਰ ਰਿਹਾ ਉਸ ਮਾਂ ਦੇ ਮਨ 'ਚ ਜਿਹਦੇ ਕਿਉਂਕਿ ਦੇਖੋ ਅੱਜ ਕੱਲ ਮੇਰੇ ਖਿਆਲ ਨਾਲ ਬਹੁਤ ਛੋਟੀਆਂ ਫੈਮਿਲੀ ਐ ਕਿ ਇੱਕ ਬ ਉਹ ਜਿਹੜੀ ਮਾਂ ਨੇ ਆਪਣਾ ਬੱਚਾ ਐਡਾ ਵੱਡਾ ਕੀਤਾ ਬੇਟਾ ਵੱਡਾ ਕੀਤਾ ਉਹਨੂੰ ਵੀ ਚਾ ਆਇਆ ਕਿ ਨੋ ਆਵੇ ਮੇਰੇ ਕੋਲ ਪੁੱਛੇ ਜਾਂ ਮੇਰੇ ਨਾਲ ਗੱਲ ਕਰੇ ਹਨਾ ਤੇ ਆ ਇਹ ਹੀ ਨਿੱਕੀਆਂ ਨਿੱਕੀਆਂ ਚੀਜ਼ਾਂ ਐ ਮੈਂ ਜਿਨ੍ਹਾਂ ਨੂੰ ਤੁਹਾਡੇ ਚੈਨਲ ਰਾਹੀਂ ਖਾਸ ਕਰਕੇ ਆਪਣੀਆਂ ਬੇਟੀਆਂ ਨੂੰ ਜਿਹੜੀਆਂ ਸਾਡੀਆਂ ਧੀਆਂ ਨੇ ਅਗਲੇ ਘਰ ਜਾਣਾ ਉਹਨਾਂ ਨੂੰ ਸਮਝਾਉਣਾ ਚਾਹਾਂਗੀ ਕਿ ਰਿਸ਼ਤਿਆਂ ਨੂੰ ਸਮਝੋ ਬਹੁਤ ਜ਼ਰੂਰਤ ਹੈ ਅਸੀਂ ਜਦੋਂ ਨਵੇਂ ਘਰ ਜਾਣਾ ਅਸੀਂ ਕਿਉਂ ਆਪਣੀ ਜ਼ਿੰਦਗੀ ਨੂੰ ਬਾਅਦ ਚ ਜਾ ਕੇ ਨਰਕ ਬਣਾਉਂਨੇ ਆ ਫਿਰ 6 ਮਹੀਨੇ ਬਾਅਦ ਡਾਈਵੋਰਸ کورٹ ਕਚਾਰੀਆਂ ਦੇ ਤੱਕੇ ਰਾਈਟ ਇਹ ਸਾਰਾ ਕੁਝ ਹੁੰਦਾ ਕਿਉਂ ਕਰਨਾ ਜੇ ਅਸੀਂ ਪਹਿਲੇ ਹੀ ਸੰਭਲ ਕੇ ਚੱਲੀਏ ਲਈ ਤੇ ਨਾ ਕਿ ਜਦੋਂ ਤੁਸੀਂ ਰਿਸ਼ਤਿਆਂ ਨੂੰ ਸਮਝ ਲੋਗੇ ਪਿਆਰ ਨਾਲ ਬਤੇ ਬੜੇ ਕੀ ਕਹਿੰਦੇ ਕਮਜ਼ੋਰ ਜਿਹੇ ਧਾਗੇ ਹੁੰਦੇ ਇਹਨਾਂ ਨੂੰ ਹੈਂਡਲ ਵਿਦ ਕੇਅਰ ਸਾਮਕੇ ਰੱਖੋਗੇ ਬੜਾ ਵਧੀਆ ਚੱਲਦੇ ਨੇ ਲੇਕਿਨ ਜੇ ਛੋਟੀਆਂ-ਛੋਟੀਆਂ ਗੱਲਾਂ ਨੂੰ ਅਸੀਂ ਇਦਾਂ ਕਰਾਂਗੇ ਤੇ ਬਹੁਤ ਮਾੜੀ ਗੱਲ ਔਰ ਖਾਸ ਕਰਕੇ ਮਾਪੇਬ ਦੀ ਇੰਟਰਫੀਰੈਂਸ ਬਿਲਕੁਲ ਨਹੀਂ ਹੋਣੀ ਚਾਹੀਦੀ ਸਾਲ ਤੋਂ 2 ਸਾਲ ਆਪਦੇ ਬੱਚੇ ਨੂੰ ਦਵੋ ਅਗਲੇ ਘਰ ਚ ਐਡਜਸਟ ਹੋਵੇ ਹਾਂ ਮੈਂ ਨਹੀਂ ਕਹਿੰਦੀ ਕਿ ਵੀ ਜ਼ੁਲਮ ਕੋਈ ਕਰ ਰਿਹਾ ਤਾਂ ਸਹਿ ਲੋ ਨਹੀਂ ਕਿਤੇ ਵੀ 1% ਹੁੰਦਾ ਵੀ ਹੋਣਾ ਕਿ ਵੀ ਕੋਈ ਬੇਫਜ਼ੂਲ ਮੰਨ ਲਓ ਕਈ ਵਾਰੀ ਹੁੰਦਾ ਕਿ ਲੜਕਾ ਡਰੱਗਸ ਚ ਹੈ ਜਾਂ ਕੁਝ ਹੈ ਨਾ ਉਹ ਉਹ ਹੋ ਗਿਆ ਕਿ ਤੁਹਾਨੂੰ ਮੈਂਟਲੀ ਹਰਾਸ ਹੋ ਰਹੇ ਹੋ ਤੁਸੀਂ ਉੱਥੇ ਮੈਂ ਕਹਾਂਗੀ ਕਿ ਬਿਲਕੁਲ ਨਹੀਂ ਕਿ ਵੀ ਜੇ ਤੁਸੀਂ ਪੂਰੀ ਜ਼ਿੰਦਗੀ ਰੋਣ ਨਾ ਲਓ ਨਾ ਤੁਸੀਂ 2 ਦਿਨ ਰੋ ਕੇ ਖਤਮ ਕਰ ਦਿਓ ਇਸ ਚੀਜ਼ ਨੂੰ ਉਹ 2 ਦਿਨ ਰੋ ਲਓ ਅੱਛਾ ਹੈ ਲੇਕਿਨ ਹਾਂ ਉਹਦੇ ਵਿੱਚ ਇਹ ਵੀ ਤੇ ਹੈਗਾ ਨਾ ਕਿ ਜਿਹੜਾ ਪੋਜ਼ਿਟਿਵ ਹੈ ਉਹ ਖਰਾਬ ਨਾ ਕਰੋ ਸਮ ਟਾਈਮ ਰੀਜ਼ਨ ਹੁੰਦੇ ਆ ਕਿ ਕੁਝ ਐਸਾ ਹੋ ਰਿਹਾ ਹੈ ਉਹਦੇ ਕਰਕੇ ਸਾਨੂੰ ਇਹ ਡਿਸੀਜਨ ਲੈਣਾ ਹੀ ਪੈਣਾ ਹੈ ਤੇ ਉਹ ਲੈ ਲਓ ਲੇਕਿਨ ਅਨਨੇਸੈਸਰੀ ਨਹੀਂ ਜਿਵੇਂ ਕੁੜੀਆਂ ਅੱਜਕੱਲ ਕੱਪੜਿਆਂ ਤੋਂ ਬੜੇ ਇਸ਼ੂਜ਼ ਹੁੰਦੇ ਪਤਾ ਨਹੀਂ ਹੁਣ ਤੁਹਾਡੇ ਚੈਨਲ ਰਾਈਸ ਹੁਣ ਕਿਉਂ ਜ਼ਿਆਦਾ ਮੈਨੂੰ ਗਾਲਾਂ ਵੀ ਕੱਢਣ ਕਿ ਮੈਮ ਕਿੱਦਾਂ ਦੀ ਗੱਲ ਕਰ ਰਹੇ ਨੇ ਨਹੀਂ ਤੁਸੀਂ ਬਹੁਤ ਵਧੀਆ ਓਪਨਲੀ ਬੋਲ ਰਹੇ ਹੋ ਤਾਂ ਮੈਨੂੰ ਵਧੀਆ ਲੱਗ ਰਿਹਾ ਹੈ ਜੀ ਨਹੀਂ ਪਰ ਅਮਨ ਮੈਂ ਆਇਆ ਕਹਿਣਾ ਚਾਹੁੰਦੀ ਦੇਖੋ ਮਾਡਰਨ ਹੋਣਾ ਕੋਈ ਬੁਰਾਈ ਨਹੀਂ ਹੈ ਮੈਂ ਵੀ ਤੁਹਾਨੂੰ ਦੱਸਿਆ ਕਿ ਮੇਰੇ ਫਾਦਰ ਆਰਮੀ ਤੋਂ ਸੀ ਹਨਾ ਅਸੀਂ ਬੜੇ ਖੁੱਲੇ ਡੁੱਲੇ ਮਾਹੌਲ 'ਚ ਪਲੇ ਆ ਸਭ ਕੁਝ ਹੈ ਪਰ ਲੜਕੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੇ ਮੈਂ ਕੀ ਵੇਅਰ ਕਰਨਾ ਹੈ ਹੁਣ ਮੈਂ ਤੁਹਾਡੇ ਕੋ ਵੂਮਨ ਅਗਰ ਕਿੱਦਾਂ ਦੀ ਦਿਖਦੀ ਆ ਉਹ ਇਦਾਂ ਦੇ ਦਿਖਦੇ ਨੇ ਨਾ ਕਿ ਉਹ ਕਟਿੰਗ ਫਟਿੰਗ ਹੈ ਨਾ ਯਾਨੀ ਨਹੀਂ ਮੈਂ ਇਹ ਕਹਿੰਨੀ ਅਗਰ ਅਗਰ ਤੁਹਾਡੀ ਮਨ ਦੀ ਸ਼ੌਂਕ ਹੈ ਤੁਸੀਂ ਕੁਝ ਵੈਸਟਰਨ ਵੇਅਰ ਕਰਨਾ ਚਾਹੁੰਦੇ ਕੋਈ ਪ੍ਰੋਬਲਮ ਨਹੀਂ ਹੈ ਪੜੇ ਲਿਖੇ ਬੱਚੇ ਨੇ ਅੱਜਕੱਲ ਹਸਬੰਡ ਵੀ ਸਭ ਕੁਝ ਐਡਜਸਟਮੈਂਟ ਹੁੰਦੀ ਹੈ ਪਰ ਜ਼ਰੂਰੀ ਨਹੀਂ ਹੈ ਕਿ ਤੰਗ ਕਰਕੇ ਉਹ ਚੀਜ਼ ਕੀਤੀ ਜਾਵੇ ਇੱਕ ਲੜਕੀ ਆਈ ਹੈ ਉਹ ਕਹਿੰਦੀ ਕਿ ਮੈਨੂੰ ਡਾਈਵੋਰਸ ਚਾਹੀਦਾ ਹੈ ਰੀਜ਼ਨ ਪੁੱਛਿਆ ਗਿਆ ਕਿ ਬਾਈ ਰੀਜ਼ਨ ਮੈਂ ਮੈਂ ਸ਼ਾਰਟ ਕਪੜੇ ਪਾਣੇ ਮੇਰਾ ਹਸਬੰਦ ਪੌਨ ਨਹੀਂ ਦਿੰਦਾ ਅੱਛਾ ਮੈਮ ਕੋਈ ਇੱਧਰ ਤੱਕ ਗੈਸ ਤਾਂ ਨਹੀਂ ਆਵੀ ਮੈਨੇ ਇੰਸਟਾਗ੍ਰਾਮ 'ਤੇ ਰੀਲਸ ਬਣਾਨੀ ਹੈ ਇਹ ਮੇਰੇ ਹਸਬੰਦ ਬਣਾਣਾ ਨਹੀਂ ਦਿੰਦਾ ਉਦੋਂ ਦਾ ਵੀ ਸੀ ਹੈਗਾ ਆਏ ਹੋਏ ਨੇ ਮੈਨੇ ਉਹ ਰੈਗਡ ਜੀਨ ਪਹਿਨੀ ਥੀ ਹਸਬੰਦ ਨੇ ਬੋਲਾ ਕਿਉਂ ਬਣਾਈ ਹੈ ਬਸ ਦੇਖੋ ਹੁਣ ਜੇ ਤੁਸੀਂ ਮੈਰਿਡ ਹੋ ਮੈਂ ਉਹੀ ਕਹਿ ਰਹੀ ਆ ਚੀਜ਼ਾਂ ਸਮਝਣ ਦੀ ਜ਼ਰੂਰਤ ਹੈ ਤੇ ਜੱਜ ਕੀ ਲਾਲ ਜੀਨ ਪੌਨ ਕਰਕੇ ਹੋ ਰਿਹਾ ਜੀ ਤਲਾਕ ਨਹੀਂ 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 ਜੱਜ ਤੇ ਉਹ ਸਾਡੇ ਤੋਂ ਉੱਥੇ ਜਿਹੜੇ ਫੈਮਿਲੀ ਜਜੋ ਕੇ ਉਹ ਤੇ ਭਜਾ ਦਿੰਦੇ ਇਦਾਂ ਲੜਕੀ ਆ ਕਹਿੰਦੇ ਜਾਓ ਦੌੜ ਜਾਓ ਇਹ ਕੀ ਰੀਜ਼ਨ ਹੋਇਆ ਬਈ ਕਿ ਤੁਹਾਨੂੰ ਡਾਈਵੋਰਸ ਚਾਹੀਦਾ ਮੈਂ ਉਹਨੂੰ ਕਿਹਾ ਮੈਂ ਕਿ ਤੁਸੀਂ ਆਊਟ ਆਫ ਸਿਟੀ ਜਾਣਾ ਆਊਟ ਆਫ ਕੰਟਰੀ ਜਾਓਗੇ ਜੋ ਦਿਲ ਕਰਦਾ ਪਾ ਲੋ ਜੇ ਤੁਹਾਡੇ ਘਰ ਦਾ ਮਾਹੌਲ ਹੈ ਕਿ ਤੁਸੀਂ ਸੂਟ ਪਾ ਕੇ ਸੋਹਣੇ ਲੱਗਦੇ ਹੋ ਸੂਟ ਪਾਉਣ ਨੂੰ ਕੀ ਪ੍ਰੋਬਲਮ ਹੈ ਇਹ ਤੇ ਡਾਈਵੋਰਸ ਦਾ ਕੋਈ ਰੀਜ਼ਨ ਨਹੀਂ ਮੇਰੇ ਫਰੈਂਡਸ ਆ ਕਹੇ ਰਹੇ ਬਈ ਉਹ ਜਦੋਂ ਫੈਮਿਲੀ ਚ ਹੁੰਦੇ ਆ ਠੀਕ ਕਲੋਥਿੰਗ ਪਾਉਂਦੇ ਆ ਗੋਆ ਗਏ ਘੁੰਮਣਗੇ ਉਦੋਂ ਉਦੋਂ ਵੇਅਰ ਕਰੋ ਯੈਸ ਹੁਣ ਅਸੀਂ ਵੀ ਜਦੋਂ ਆਊਟ ਆਫ ਕੰਟਰੀ ਜਾਂਦੇ ਆ ਵਟ ਏਵਰ ਜੋ ਦਿਲ ਕਰਦਾ ਪਾਈਦਾ ਲੱਗਦਾ ਬਟ ਜ਼ਰੂਰੀ ਨਹੀਂ ਹੁਣ ਮੈਨੂੰ ਪਤਾ ਹੈ ਜੀ ਕਿ ਮ ਕੀ ਚੀਜ਼ ਮੈਨੂੰ ਸੂਟ ਕਰਦੀ ਹੈ ਤਾਂ ਉਹ ਤੁਹਾਨੂੰ ਉਹਨਿਕ ਤਾਕਲ ਹੋਣੀ ਚਾਹੀਦੀ ਹੈ ਕਿ ਤੁਸੀਂ ਮਤਲਬ ਅਟਰੈਕਸ਼ਨ ਦਾ ਪੁਆਇੰਟ ਜ਼ਰੂਰ ਬੰਨਣਾ ਜ਼ਰੂਰੀ ਨਹੀਂ ਹੈ ਜੇ ਅਗਰ ਔਰਤ ਪੂਰੇ ਕੱਪੜਿਆਂ ਚ ਹੋਵੇ ਤਾਂ ਵੀ ਸੋਹਣੀ ਲੱਗਦੀ ਹੈ ਵਾਟ ਹੈ ਵੀ ਕਿਉਂ ਅਗਰ ਉਹਨੇ ਸ਼ਾਰਟਸ ਪਾਨੇ ਤਾਂ ਹੀ ਲੱਗੇਗੀ ਨਾ ਮੈਮ ਤੁਸੀਂ ਵੀ ਬਹੁਤ ਖੂਬਸੂਰਤ ਹੋ ਤੁਸੀਂ ਮੈਂ ਬਾਰ-ਬਾਰ ਮੇਰਾ ਤਾਂ 250 ਆ ਤੇ ਜਾ ਰਿਹਾ ਕਿਦਾਂ ਮਤਲਬ ਮੈਨੂੰ ਲੱਗਦਾ ਕਿ ਜੇ ਵਿਚਾਰ ਖੂਬਸੂਰਤ ਹੋਣ ਪੋਜ਼ਿਟਿਵਿਟੀ ਹੋਵੇ ਨਾ ਉਹ ਚਿਹਰੇ ਤੇ ਵੀ ਲਿਖਦੀ ਹੈ ਚਿਹਰੇ ਤੇ ਇੱਕ ਨੂਰ ਆਉਂਦਾ ਵਾ ਥੈਂਕ ਯੂ ਅਮਨ ਥੈਂਕ ਯੂ ਸੋ ਮੱਚ ਫਾਰ ਯਰ ਬੈਸਟ ਕੰਪਲੀਮੈਂਟ ਫਾਰ ਮੀ ਨਹੀਂ ਕੋਈ ਮਤਲਬ ਸਕਿਨ ਕੇਅਰ ਕਰਦੇ ਨੇ ਮੈਂ ਬੜਾ ਮੇਰੇ ਸਵਾਲ ਬੜੇ ਬੇਚੀਤੇ ਹੋ ਸਕਦੇ ਇਸ ਲਈ ਮੈਂ ਦੱਸਣਾ ਚਾਹਾਂਗੀ ਮੈਂ ਬਹੁਤ ਹੈਲਥ ਕੌਨਸ਼ੀਅਸ ਆ ਠੀਕ ਔਰ ਮੈਨੂੰ ਮੈਂ ਨਾ ਆਪਣੇ ਆਪ ਨੂੰ ਵੀ ਬਹੁਤ ਪਿਆਰ ਕਰਦੀ ਆ ਮੈਨੂੰ ਲੱਗਦਾ ਇਨਸਾਨ ਨੂੰ ਆਪਣੇ ਆਪ ਨੂੰ ਜ਼ਰੂਰ ਪਿਆਰ ਕਰਨਾ ਚਾਹੀਦਾ ਤੁਸੀਂ ਰੋਜ਼ ਉੱਠ ਕੇ ਮਤਲਬ ਏਜ ਇਸ ਜਸਟ ਅ ਨੰਬਰ ਜੋ ਮੇਰੀ ਫੀਲਿੰਗ ਹੈ ਉਹ ਤਾਂ ਹਰ ਸਾਲ ਵਧਣਾ ਹੀ ਵਧਣਾ ਕੋਈ ਚੱਕਰ ਨਹੀਂ ਹੈਗਾ ਤੁਸੀਂ ਅੱਜ 30 ਦੇ ਹੋ 35 ਦੇ 40 ਦੇ ਹੋਣੇ ਹੋਣੇ ਆ ਲekin ਤੁਸੀਂ ਰੋਜ਼ ਇੱਕ ਆਪਣੇ ਆਪ ਨੂੰ ਦੇਖੋਗੀ ਤੁਹਾਡੀ ਖੂਬਸੂਰਤੀ 'ਚ ਕਿਤੇ ਕੋਈ ਕਮੀ ਆ ਰਹੀ ਹੈ ਤੁਹਾਨੂੰ ਰੱਬ ਨੇ ਜੋ ਦਿੱਤਾ ਉਹਨੂੰ ਸੰਭਾਲ ਕੇ ਰੱਖੋ ரைਟ ਜੋ ਮੇਰਾ ਵਿਸ਼ਵਾਸ ਹੈ ਤੇ ਸੋ ਸਾਨੂੰ ਆਪਣਾ ਪੂਰਾ ਧਿਆਨ ਰੱਖਣਾ ਚਾਹੀਦਾ ਕਈ ਲੋਕ ਮੈਂ ਦੇਖਿਆ ਉਹ ਬਸ ਇਨੀਆਂ ਕਾ ਪ੍ਰੋਬਲਮਸ 'ਤੇ ਔਨ ਕਰਕੇ ਫਿਰ ਨਾ ਲਾਣਾ ਪਾਣਾ ਛੱਡ ਦਨਗੇ ਜਾਂ ਆਪਣੀ ਕੇਅਰ ਕਰਨੀ ਛੱਡ ਦਨਗੇ ਕਿਉਂ ਇਹ ਸਾਨੂੰ ਰੱਬ ਦੀ ਦਿੱਤੀ ਹੋਈਆਂ ਬਹੁਤ ਬਹਾਮੁੱਲੀਆਂ ਚੀਜ਼ਾਂ ਹੈ ਵੈਰੀ ਅਪਰੀਸ਼ੀਅਸ ਤੁਸੀਂ ਉਹਨੂੰ ਸੰਭਾਲ ਕੇ ਰੱਖੋ ਆਪਣੇ ਹੈਲਥ ਦਾ ਧਿਆਨ ਰੱਖੋ ਤੁਹਾਨੂੰ ਕੀ ਖਾਣਾ ਹੈ ਕਿ ਨਹੀਂ ਖਾਣਾ ਲੋਕ ਜਿਮ ਜਾਈ ਜਾਂਦੇ ਆ ਬਹੁਤ ਕੁਝ ਕਰਦੇ ਆ ਮੇਰੇ ਕੋਲ ਚਲੋ ਇਨਾ ਟਾਈਮ ਨਹੀਂ ਹੁੰਦਾ ਮੈਂ ਵਾਕਿੰਗ ਦਾ ਜ਼ਰੂਰ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਭ ਤੋਂ ਬੈਸਟ ਐਕਸਰਸਾਈਜ਼ ਜਿਹੜੀ ਹੈ ਵਾਕ ਹੈ ਕਿ ਤੁਹਾਡੀ ਪੂਰੀ ਬਾਡੀ ਜੋ ਹੈ ਵਰਕ ਕਰਦੀ ਹੈ ਬਟ ਲੇਕਿਨ ਉਹਦੇ ਨਾਲ ਜਿਹੜਾ ਹੁੰਦਾ ਹੈ ਕਿ ਤੁਹਾਨੂੰ ਡਾਈਟ ਮੈਨੇਜ ਕਰਨੀ ਆਣੀ ਚਾਹੀਦੀ ਹੈ ਕਿ ਤੁਸੀਂ ਕੈਲੋਰੀਜ਼ ਕਿੰਨੀਆਂ ਖਾ ਰਹੇ ਹੋ ਕਿੰਨੀਆਂ ਬਰਨ ਕਰਨੀਆਂ ਹੈ ਤਾਂ ਜੋ ਮਰਜੀ ਖਾਓ ਬਿੰਦਸ ਸਭ ਕੁਝ ਓਕੇ ਹੈ ਮੈਮ ਹਰ ਵਰਗ ਦੀ ਨੋਲੇਜ ਹੈ ਦਾ ਮੈਂ ਮੈਂ ਬਿਲਕੁਲ 올 ਰੌਂਡਰ ਹਾਂ ਜੀ ਮਤਲਬ ਇੱਕ ਬਹੁਤ ਚੰਗੀ ਚੀਜ਼ ਹੈ ਤੇ ਮੈਮ ਦਾ ઓરા ਇੱਕ ਬਹੁਤ ਪੋਜ਼ਿਟਿਵ ਤੇ ਅਸੀਂ ਖੁਦ ਸੁਸਤੋ ਜੰਨੇ ਯਾਰ ਆਪਾਂ ਕਦੇ ਨਾ ਵੀ ਯਾਰ ਦਿਲ ਨਹੀਂ ਹੈਗਾ ਮੈਮ ਨੂੰ ਦੇਖ ਕੇ ਆ ਕਰਦਾ ਯਾਰ ਅਜੇ ਵੀ ਹੋਰ એનર્ਜੀ ਲਿਆਉ ਉਹ ਆਪਣੇ ਤੇ ਮੈਮ ਇੱਕ ਇੱਕ ਟਾਪਿਕ ਹੁਣ ਚੱਲਦਾ ਪਿਆ ਵਾ ਮੈਨੂੰ ਲੱਗਦਾ ਵੀ ਉਹਦੇ ਬਾਰੇ ਵੀ ਤੁਸੀਂ ਵਧੀਆ ਬਰੀਫ ਕਰ ਸਕਦੇ ਹੋ ਆਈ ਵੀ ਐਫ ਤੁਸੀਂ ਸੁਣਿਆ ਹੋਣਾ ਰਾਈਟ ਸਿੱਧੂ ਮੂਸੇ ਵਾਲਾ ਬਈ ਜਿਹੜੇ ਫਾਦਰ ਨੇ ਬਲਕੌਰ ਸਿੰਘ ਉਹਨਾਂ ਦੇ ਘਰ ਇੱਕ ਹਨਾ ਨਵੀਂ ਜਾਨ ਆਈ ਹੈ ਨਵੀਂ ਰੂਹ ਆਈ ਹੈ ਚਲੋ ਵਾਹਿਗੁਰੂ ਉਸ ਰੂਹ ਨੂੰ ਤੰਦਰੁਸਤੀ ਬਖਸ਼ੇ ਜੀ ਬਿਲਕੁਲ ਬਟ ਪ੍ਰੋਬਲਮਸ ਵੀ ਆ ਰਹੀਆਂ ਮੈਂ ਸਵਾਲ ਕਰਦਾ ਪੂਰਾ ਵੀ ਪ੍ਰੋਬਲਮਸ ਇਹ ਆ ਰਹੀਆਂ ਕਿ ਆਪਾਂ ਜੇ ਐਜ਼ ਅ ਹਿਊਮਨ ਦੇਖੀਏ ਕਿਸ ਅਧਿਕਾਰ ਬੱਚਾ ਹੋਇਆ ਯਾਰ ਖੁਸ਼ੀਆਂ ਮਨਾ ਲੰਦੂ ਬਿਲਕੁਲ ਬਿਲਕੁਲ ਲੇਕਿਨ ਲਾ ਜਾਂ ਉਹਦੇ ਅਕੋਰਡਿੰਗ ਕਹਿੰਦੇ ਵੀ ਆਈਵੀਐਫ ਜਿਹੜਾ 58 ইয়ার্স ইন্ডিয়ান ল ਦੇ ਅਕੋਰਡਿੰਗ ਵੀ ਨਹੀਂ ਕਰ ਸਕਦੇ ਹੋ ਠੋਡੀ ਕੀ ਓਪੀਨੀਅਨ ਬਰੀਫਲੀ ਦੱਸਿਓ ਪਹਿਨੇ ਤਾਂ ਜੀ ਤੁਹਾਡੇ ਚੈਨਲ ਰਹੀ ਮੈਂ ਬਾਪੂ ਜੀ ਨੂੰ ਤੇ ਮਾਤਾ ਚਰਨ ਕੌਰ ਜੀ ਨੂੰ ਬਤਾਇਆ ਦੇਣਾ ਚਾਹਾਂਗੀ ਹਨਾ ਕਿਉਂਕਿ ਦੇਖੋ ਜੋ ਮੇਰੀ ਮੇਰੀ ਐਮਐਕੀ ਦਾ ਇੱਕ इमोशनल 파ਟ ਹੈ ਇੱਕ ਲਾਅ ਦਾ 파ਟ ਹੈ ਰਾਈਟ ਲਾਅ ਦੇ ਵਿੱਚ ਅਸੀਂ ਅਸੀਂ ਅੱਜ ਗੱਲ ਕਰੀਏ ਤਾਂ ਸਾਡੇ ਇਧਰ ਕਈ ਜਿਹੜੇ ਵਕੀਲ ਨੇ ਉਹਨਾਂ ਨੇ ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਵਿੱਚ ਇਸ ਗੱਲ ਦੀ ਰਿੱਟ ਕੀਤੀ ਹੋਈ ਹੈ ਕਿ ਅਬਾ 50 ਵੀ ਆਈਵੀਐਫ ਦੀ anumati ਹੋਣੀ ਚਾਹੀਦੀ ਪਰਮਿਸ਼ਨ ਹੋਣੀ ਚਾਹੀਦੀ ਕਿਉਂਕਿ ਪਹਿਲੀ ਗੱਲ ਤਾਂ ਆਇਆ ਕਿ ਆਈਵੀਐਫ ਕੋਈ ਆਪਣੇ ਖੁਸ਼ੀ ਨਾਲ ਨਹੀਂ ਕਰਵਾਉਂਦਾ ਕਿਸੇ ਦੀ ਕੋਈ ਮਜਬੂਰੀ ਹੋਏਗੀ ਤੇ ਆਈਵੀਐਫ ਹੁੰਦਾ ਇੱਕ ART ਜਿਹੜਾ ਇਹਨਾਂ ਦਾ ਬਣਿਆ ਹੋਇਆ ਐਕਟ ਹੈ ਉਹਦੇ ਅਕੋਰਡਿੰਗ ਹੈਗਾ ਕਿ 21 ਤੋਂ ਲੈ ਕੇ 50 ਤੱਕ ਤੁਸੀਂ IVF ਕਰਵਾ ਸਕਦੇ ਹੋ ਅਗਰ ਪੇਰੈਂਟਸ ਫਿਟ ਹੈ ਤਿੰਨੋਂ ਪ੍ਰੋਬਲਮ 58 ਤੱਕ ਵੀ IVF ਹੁੰਦਾ ਹੁਣ ਇੱਥੇ ਕੀ ਸੀ ਕਿ ਚਰਨਜੀਤ ਕੌਰ ਜਿਹੜੇ ਮਾਤਾ ਜੀ ਨੇ ਉਹਨਾਂ ਦਾ ਟ੍ਰੀਟਮੈਂਟ ਹੋਇਆ ਬਾਹਰੋਂ ਰਾਈਟ ਤਾਂ ਬਾਏ ਇੰਡੀਅਨ ਲਾਅ ਇਹ ਚੀਜ਼ ਦਾ ਹੈਗਾ ਕਿ ਤੁਸੀਂ ਕੋਰਟ ਨੂੰ ਕਿਉਂ ਨਹੀਂ ਦੱਸਿਆ ਕੋਰਟ ਕੋ ਪਰਮਿਸ਼ਨ ਕਿਉਂ ਨਹੀਂ ਲਈ ਕਿ ਤੁਸੀਂ IVF ਕਰਵਾ ਰਹੇ ਹੋ ਕਿਉਂਕਿ ਬੇਬੀ ਨੇ ਇੰਡੀਆ ਚ ਬਰਥ ਲਿਆ ਨਾ ਪੰਜਾਬ ਚ ਲਿਆ ਸੋ ਮੈਨੂੰ ਲੱਗਦਾ ਹੈ ਕਿ ਦੇਖੋ ਇਦਾਂ ਤਾਂ ਹਜ਼ਾਰਾਂ ਲੋਕ ਪੰਜਾਬ ਵਿੱਚ ਰੋਜ਼ ਆਈਵੀਐਫ ਕਰਵਾ ਰਹੇ ਨੇ ਹੋ ਰਹੇ ਨੇ ਪਰਟੀਕੂਲਰ ਉਸ ਫੈਮਿਲੀ ਨੂੰ ਟਾਰਗੇਟ ਕਰਨਾ ਗਵਰਨਮੈਂਟਸ ਵੱਲੋਂ ਚਾਹੇ ਕੋਈ ਵੀ ਗਵਰਨਮੈਂਟ ਹੋਵੇ ਐਨੀ ਜੇ ਮੰਨ ਲਓ ਹੁਣ ਆਪਾਂ ਕਹੀਏ ਸੈਂਟਰ ਤੋਂ ਇੱਕ ਲੈਟਰ ਆਈ ਹੈ ਇਹਨਾਂ ਨੂੰ ਸੈਂਟਰ ਦੀ ਲੈਟਰ ਨੇ ਕਿਹਾ ਗਿਆ ਹੈ ਕਿ ਪੰਜਾਬ ਗਵਰਨਮੈਂਟ ਨੂੰ ਕਹੀ ਦਿੱਤੇ ਐਕਸ਼ਨ ਲਿੱਤਾ ਜਾਵੇ ਪੁੱਛਿਆ ਜਾਵੇ ਚਲੋ ਸੈਂਟਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਚਿੱਠੀਆਂ ਆਉਂਦੀਆਂ ਪੰਜਾਬ ਗਵਰਨਮੈਂਟ ਕਿੰਨੀਆਂ ਕੋ ਫਾਲੋ ਕਰਦੀ ਸਭ ਨੂੰ ਪਤਾ ਠੀਕ ਹੈ ਨਾ ਇਹ ਕੋਈ ਇਹਨਾਂ ਦੀ ਰੁਟੀਨ ਦੇ ਵਿੱਚ ਇੱਕ ਚਿੱਠੀ ਨਹੀਂ ਆਈ ਹੈ ਪਰ ਤੁਮਨ ਸਾਹਿਬ ਕੋ ਮੈਂ ਤੇ ਤੁਹਾਡੇ ਚੈਨਲ ਲਈ ਕਹਿ ਰਹੀ ਸ਼ਾ ਸੋਨਮੀ ਲੰਨ ਤਾਂ ਕੋਈ ਚੱਕਰ ਨਹੀਂ ਹੈਗਾ ਰੋਜ਼ ਹਜ਼ਾਰਾਂ ਚਿੱਠੀਆਂ ਆਉਂਦੀਆਂ ਨੇ ਸੈਂਟਰ ਗਵਰਨਮੈਂਟ ਦੀਆਂ ਉਹ ਨੈਗਲੈਕਟ ਕੀਤੀਆਂ ਜਾਂਦੀਆਂ ਪਰਟੀਕੂਲਰ ਸਿੱਧੂ ਮੂਸੇਵਾਲੇ ਵਾਲੇ ਦੀ ਫੈਮਿਲੀ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਸਪੋਜ਼ ਕਿ ਤੁਸੀਂ ਉਹਦੇ ਤੇ ਕੁਝ ਕਰਨਾ ਵੀ ਚਾਹੁੰਦੇ ਹੋ ਪੁੱਛਣਾ ਵੀ ਚਾਹੁੰਦੇ ਹੋ ਤੇ ਬੜੀ ਹਲੇਮੀ ਨਾਲ ਠਹਿਰ ਕੇ ਸਹਿਜ ਬਾਣਾ ਪੁੱਛਿਆ ਜਾ ਸਕਦਾ ਸੀ ਕਿ ਇੱਡਾ ਤਾਂ ਕੋਈ ਤੂਫਾਨ ਨਹੀਂ ਆਇਆ ਕਿ ਬੱਚਾ ਹਸਪਤਾਲ ਪਿਆ ਹੈ ਔਰ ਜਿਹੜੇ ਉਹਦੇ ਮਦਰ ਨੇ ਉਹ ਵਿਚਾਰੇ ਹੱਲੇ ਮਤਲਬ ਪ੍ਰੋਪਰ ਠੀਕ ਵੀ ਨਹੀਂ ਉਹਨਾਂ ਦਾ ਹੈਲਥ ਵੀ ਠੀਕ ਨਹੀਂ ਹੈਗਾ ਤੇ ਤੁਸੀਂ ਕਿਸੇ ਨੂੰ ਵਿਸ਼ ਕਰਨ ਦੀ ਬਜਾਏ ਕੋਈ ਇੱਕ ਟਵੀਟ ਨਹੀਂ ਪੰਜਾਬ ਗਵਰਨਮੈਂਟ ਵੱਲੋਂ ਗਿਆ ਕਿਸੇ ਇਹਨਾਂ ਦੇ ਨਮਾਇंदे ਵੱਲੋਂ ਗਿਆ ਕਿ ਕੋਈ ਕਿਸੇ ਨੇ ਕਿਹਾ ਹੋਏ ਕੋਈ ਵਧਾਈ ਦਿੱਤੀ ਹੋਵੇ ਇਵਨ ਮੇਰੇ ਖਲ ਹੋਰ ਪਾਰਟੀਆਂ ਦੇ ਲੋਕਾਂ ਨੇ ਬਹੁਤ ਸਾਰਾ ਕੀਤਾ ਜਿਵੇਂ ਬੀਬੀ ਪਰਨੀਤ ਕੌਰ ਵੱਲੋਂ ਵੀ ਗਿਆ ਕੈਪਟਨ ਸਾਹਵ ਵੱਲੋਂ ਵੀ ਗਿਆ ਰਾਜਾ ਵਰਿੰਗ ਵੱਲੋਂ ਵੀ ਗਿਆ ਬਹੁਤ ਵੀ ਬਹੁਤ ਲੋਕਾਂ ਨੇ ਉਹਨਾਂ ਨੂੰ ਟਵੀਟ ਕੀਤਾ ਖੁਸ਼ ਵਿਸ਼ੇਸ ਦਿੱਤੀਆਂ ਨਹੀਂ ਗਿਆ ਪੰਜਾਬ ਗਵਰਨਮੈਂਟ ਵੱਲੋਂ ਨਹੀਂ ਗਿਆ ਬਈ ਦੇਖੋ ਇੱਕ ਤਾਂ 2 ਸਾਲ ਹੋ ਗਏ ਉਹਨਾਂ ਦੇ ਬੱਚੇ ਦਾ ਇਨਸਾਫ ਨਹੀਂ ਮਿਲਿਆ ਵਿਚਾਰੇ ਵਿਧਾਨ ਸਭਾ ਦੇ ਬਾਹਰ ਜਾ ਜਾ ਕੇ ਤਰਨੇ ਲਾ ਕੇ ਦੇਖ ਲੇ ਕੋਈ ਇਨਸਾਫ ਨਹੀਂ ਮਿਲਿਆ ਮਤਲਬ ਅੱਜ ਸਿਚੁਏਸ਼ਨ ਐ ਹੈ ਕਿ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗੀ ਰਾਈਟ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਹੈ ਬਹੁਤ ਨੀਚਲੇ ਸਤਰ ਤੇ ਆ ਗਈ ਹੈ ਉਸ ਦੇ ਵਿੱਚ ਤੁਸੀਂ ਪਰਸਨਲ ਜਿਹੜੇ ਲੋਕਾਂ ਤੇ ਅਟੈਕ ਕਰ ਰਹੇ ਹੋ ਉਹ ਨਹੀਂ ਹੋਣੇ ਚਾਹੀਦੇ ਕਿਉਂਕਿ ਇਹੀ ਜਨਤਾ ਤੁਹਾਨੂੰ ਜਿਹੜੀ ਹੈ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਪਹੁੰਚਾਉਂਦੀ ਹੈ ਤੇ ਮੇਰੇ ਖਿਆਲ ਨਾਲ ਅਰਸ਼ ਤੋਂ ਫਰਸ਼ ਤੇ ਲਿਉਣ ਲੱਗਿਆਂ ਵੀ ਟਾਈਮ ਨਹੀਂ ਲਾਉਂਦੀ। ਖੂਬਸੋ ਮੈਂ ਕਹਿਣਾ ਚਾਹਾਂਗੀ ਜਿੰਨੇ ਵੀ ਸਿਆਸਤਦਾਨ ਨੇ ਕਿ ਭਾਈ 20 ਅਵੇਅਰ ਪੰਜਾਬ ਦੇ ਲੋਕ ਜਾਗ ਚੁੱਕੇ ਨੇ ਆਪ ਦੀ ਵੋਟ ਦਾ ਅਧਿਕਾਰ ਪਹਿਚਾਨ ਚੁੱਕੇ ਨੇ ਤੇ ਕੋਈ ਵੀ ਸਿਆਸਤਦਾਨ ਹੋਵੇ ਹੁਣ ਇਹ ਸੋਚ ਕੇ ਸਿਆਸਤ ਦੇ ਮੈਦਾਨ 'ਚ ਆਵੇ ਕਿ ਜੇ ਤਾਂ ਅਸੀਂ ਇਹਨਾਂ ਦੇ ਵਿੱਚ ਰਹਿ ਕੇ ਇਹਨਾਂ ਦੇ ਨਾਲ ਵਿਚਰਾਂਗੇ ਤਾਂ ਇਹ ਸਾਡੇ ਬਣਨਗੇ ਅਦਰਵਾਇਜ਼ ਇਹ ਸਾਨੂੰ ਬਾਹਰ ਦਾ ਰਸਤਾ ਦਿਖਾਉਣਗੇ। ਜੀ। ਬਹੁਤ ਖੂਬ ਮੈਮ ਕਿਉਂਕਿ ਕੋਈ ਐਨਾ ਵੀ ਟਰਾਂਸਪੇਰੈਂਟ ਹੋ ਕੇ ਕੋਈ ਨਹੀਂ ਬੋਲਦਾ ਤੇ ਦੂਸਰਾ ਮੈਂ ਮੈਂ ਦੇਖਦਾ ਜਿੱਦਾਂ ਪਹਿਲਾਂ ਨਾ ਸਰਦਾਰ ਬਲਗੌਰ ਸਿੰਘ ਸਿੱਧੂ ਮੁਸਲੇ ਦੇ ਫਾਦਰ ਨੇ ਉਹਨਾਂ ਦੀ ਪਹਿਲਾਂ ਨਾ ਨਿਊਜ਼ ਨਿਊਜ਼ ਤੇ ਇੰਟਰਵਿਊਜ਼ ਆਉਂਦੀਆਂ ਸੀ ਮੈਂ ਇੱਕਦਮ ਦੇਖਿਆ ਉਹਨਾਂ ਦੀ ਨਾ ਚੈਨਲਸ ਤੇ ਕਿਤੇ ਸ਼ਾਇਦ ਬੈਨ ਹੀ ਲਾਤਾ ਵੀ ਇਹਦੀ ਇੰਟਰਵਿਊ ਨਹੀਂ ਕਰਨੀ ਬੰਦੇ রাইਟ রাইਟ ਤੇ ਉਹ ਮੈਨੂੰ ਦਿਖਦੇ ਆ ਉਹਨ ਵੀ ਜਾਂ ਇੰਟਰਨੈਟ ਤੇ ਉਹਨਾਂ ਦੀ ਵੀਡੀਓਜ਼ ਫੇਸਬੁੱਕ ਤੇ ਮੈਂ ਕਿਹਾ ਯਾਰ ਵੀ ਮੀਡੀਆ ਕਵਰੇਜ ਨਹੀਂ ਕਰ ਰਹੇ ਪੋਲਿਟੀਕਲ ਸਪੋਰਟ ਨਹੀਂ ਹੈਗੀ ਉਹ ਫਾਦਰ ਇੱਕ ਕੱਲਾ ਵਿਚਾਰਾ ਘੁੰਮ ਹੀ ਜਾਂਦਾ ਕਦੇ ਇੱਧਰ ਚੱਲ ਜਾਂਦੇ ਕਦੇ ਉੱਧਰ ਇਹਦਾ ਰਿਜ਼ਲਟ ਕੁਝ ਕੀ ਨਿਕਲੂਗਾ ਜਿੱਦਾਂ ਕਹਿੰਦੇ ਜਸਟਿਸ ਫॉर ਸਿੱਧੂ ਮੂਸੇਵਾਲਾ ਤਾਂ ਜਸਟਿਸ ਕਿਵੇਂ ਕੀ ਹੈਗਾ ਇਹਦਾ ਆਨਸਰ ਕੀ ਹੈ ਜਸਟਿਸ ਦਾ ਮੈਂ ਕਹੂੰਗੀ ਕਿ ਅਸੀਂ ਇਹ ਸਮਝੀਏ ਕਿ ਪੰਜਾਬ ਦੇ ਲੋਕ ਬਹੁਤ ਬਦਕਿਸਮਤ ਨੇ ਜਿਨ੍ਹਾਂ ਨੇ ਕੀ ਵੀ ਦੇਖੋ ਮੈਂ ਕਹਿਣ ਲੱਗਿਆ ਇਸ ਚੀਜ਼ ਲਈ ਵੀ ਗੁਰੇਜ਼ ਨਹੀਂ ਕਰਾਂਗੀ ਕਿ ਅਸੀਂ ਬਦਲਾਅ ਦੇ ਚਾਹ ਦੇ ਵਿੱਚ ਫੋਰ ਚੇਂਜ ਦੇ ਚਾਹ ਦੇ ਵਿੱਚ ਉਹਨਾਂ ਲੋਕਾਂ ਦਾ ਚੋਣ ਕੀਤਾ ਜਿਨ੍ਹਾਂ ਤੋਂ ਅਸੀਂ ਜਸਟਿਸ ਦੀ ਉਮੀਦ ਵੀ ਰੱਖ ਸਕਦੇ ਦੇਖੋ ਆਪਾਂ ਅਗਰ ਪੋਲਿਟਿਕਸ ਦੇਖਣੀ ਹੈ ਤਾਂ ਫੋਰਨ ਕੰਟਰੀਜ਼ 'ਚ ਜਾ ਕੇ ਦੇਖੀਏ ਅਗਰ ਉਹ ਲੋਕ ਕਹਿੰਦੇ ਕਿ ਅਸੀਂ ਪਬਲਿਕ ਸਰਵੈਂਟ ਆ ਰਾਈਟ ਕਿਉਂਕਿ ਸੋਸ਼ਲ ਵਰਕਰ ਔਰ ਇੱਕ ਜਿਹਨੂੰ ਕਹਿੰਦੇ ਆ ਪੋਲੀਟੀਕਲ ਬੰਦਾ ਲੀਡਰ ਦੋਨੋਂ ਸੇਮ ਹੀ ਹੁੰਦੇ ਆ ਅਗਰ ਰੀਅਲ ਮਾਇਨੇ ਚ ਦੇਖੋ ਸੋਸ਼ਲ ਵਰਕਰ ਦਾ ਸੈਕੰਡ ਫੇਸ ਪੋਲੀਟੀਕਲੀ ਹੈ ਰਾਈਟ ਕਿਉਂਕਿ ਉਹ ਵੀ ਸੇਵਾ ਕਰਦੇ ਉਹ ਵੀ ਸਮਾਜ ਲਈ ਸੇਵਾ ਕਰਦੇ ਆ ਬਟ ਇੱਥੇ ਕੀ ਹੁੰਦਾ ਹੈ ਡਿਊਰਿੰਗ ਇਲੈਕਸ਼ਨਸ ਪੀਰੀਅਡ ਨਾਰੇ ਲੱਗਦੇ ਆ ਰਾਜ ਨਹੀਂ ਸੇਵਾ ਰਾਜ ਨਹੀਂ ਸੇਵਾ ਜਦੋਂ ਤੁਸੀਂ ਰਾਜ ਕਰਨ ਲਈ ਕੁਰਸੀ ਤੇ ਬੈਠਦੇ ਹੋ ਉਸ ਟਾਈਮ ਸੇਵਾ ਭੁੱਲ ਜਾਂਦੇ ਹੋ ਰਾਜ ਹੀ ਚੱਲਦਾ ਫਿਰ ਰਾਜ ਹੀ ਚੱਲਦਾ ਹੈ ਔਰ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਕੀਤੀਆਂ ਜਿਨ੍ਹਾਂ ਦੀ ਕੀਮਤੀ ਵੋਟਾਂ ਕਰਕੇ ਤੁਸੀਂ ਅੱਜ ਕੁਰਸੀ ਤੇ ਬੈਠੇ ਹੋ ਉਹ ਵਿਚਾਰੇ ਲਾਈਨਾਂ 'ਚ ਕੰਟਾ ਖੜੇ ਰਹਿੰਦੇ ਆ ਲੇਕਿਨ ਉਹਨਾਂ ਨੂੰ ਫਿਰ ਵੀ ਮੌਕਾ ਨਹੀਂ ਮਿਲਦਾ ਕਿ ਆਪਣੇ ਲੀਡਰ ਨਾਲ ਗੱਲ ਕਰ ਲੈਣ ਸੋ ਕਿੱਥੇ ਤੇ ਫਿਰ ਮੈਂ ਤਾਂ ਲੋਕਾਂ ਨੂੰ ਇਹ ਕਹਿਣਾ ਚਾਹਾਂਗੀ ਕਿਉਂ बार-बार ਮੂਰਖ ਬਣਦੇ ਹੋ ਤੁਹਾਡਾ ਮਤਦਾਨ ਹੈ ਦਿਮਾਗ ਨਾਲ ਦਾਨ ਕਰੋ ਤੁਹਾਡੀ ਵੋਟ ਹੈ ਅਧਿਕਾਰ ਦੀ ਵੋਟ ਹੈ ਅਧਿਕਾਰ ਨਾਲ ਪਾਓ ਕਿਸੇ ਵੀ ਚੱਕਰ ਦੇ ਵਿੱਚ ਕਹਿਣ ਤੇ ਕਿ ਵੀ ਇੱਕ ਬੋਤਲ ਤੇ ਜਾਂ ਆਟੇ ਦੀ ਬੋਰੀ ਤੇ ਵੋਟ ਨਾ ਆਪਣੀ ਖਰਾਬ ਕਰੋ ਇਹਨਾਂ ਕੋਲੇ ਹੱਕ ਨਾਲ ਆਪਣੀ ਕੰਮ ਕਰਵਾਓ ਅੱਜ ਵੋਟ ਪਾਓ ਹੱਕ ਨਾ ਪਾਓ ਅਗਲੇ ਦਿਨ ਖੜ ਕੇ ਕੰਮ ਕਰਾਓਗੇ ਭਾਈ ਕੰਮ ਕਰੋ ਤੁਹਾਨੂੰ ਵੋਟ ਪਾਈ ਸੀ ਕਿਉਂ ਨਹੀਂ ਕਰੋਗੇ ਜੇ ਅਗਲੀ ਵਾਰ ਕੋਈ ਨਹੀਂ ਕਰਦਾ ਅਗਲੀ ਵਾਰ ਉਸ ਨੂੰ ਵੜਨ ਵੀ ਨਾ ਦਿਓ ਚਾਹੇ ਕੋਈ ਵੀ ਹੋਵੇ ਐਨੀ ਲੀਡਰ ਮੈਂ ਪਰਟੀਕੂਲਰ ਉਥੇ ਕਿਸੇ ਇੱਕ ਦੀ ਗੱਲ ਨਹੀਂ ਕਰ ਰਹੀ ਮੈਂ ਸਾਰਿਆਂ ਦੀ ਗੱਲ ਕਰ ਰਹੀ ਹਾਂ ਤਾਹੀਂ ਪੋਲਿਟਿਕਸ ਦੇ ਵਿੱਚ ਸੁਧਾਰ ਆ ਸਕਦਾ ਤੇ ਅਸੀਂ ਹੀ ਇਹਨਾਂ ਨੂੰ ਪ੍ਰਿਤ ਪਾਈ ਇਹਨਾਂ ਜਿਹੜੇ ਲੀਡਰਸ ਲੋਗ ਨੇ ਸਿਆਸਤਦਾਨਾਂ ਨੂੰ ਕਿ ਜਦੋਂ ਸਾਡੇ ਤਾਂ ਇੱਥੇ ਇਦਾਂ ਹੁੰਦਾ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਆਉਂਦੀਆਂ ਜਿਵੇਂ ਵਿਆਹ ਰਚਿਆ ਸ਼ਰਾਬ ਦੀਆਂ ਬੋਤਲਾਂ ਆਟੇ ਦੀਆਂ ਬੋਰੀਆਂ ਸੂ ਅੱਛਾ ਰੀਅਲ ਰੀਅਲ ਇਦਾਂ ਹੀ ਚੱਲਦਾ ਨਾ ਰੀਅਲ ਇਦਾਂ ਚੱਲਦਾ ਹੈ ਰੀਅਲ ਇਦਾਂ ਚੱਲਦਾ ਹੈ ਕਿਉਂਕਿ ਇੱਥੇ ਲੋਕਾਂ ਨੂੰ ਨਾ ਜਿਵੇਂ ਆਦਤ ਜੀ ਪੈ ਗਈ ਹੈ ਕਿ ਨਹੀਂ ਉਹ ਫਲਾਨੀ ਪਾਰਟੀ ਕੀ ਦੇ ਰਹੀ ਹੈ ਉਹ 500 ਦੇ ਰਹੀ ਹੈ ਨਹੀਂ ਨਹੀਂ ਹਜ਼ਾਰ ਦੇਣਾ ਚਾਹੀਦਾ ਸੀ ਉਹਨੂੰ ਇਦਾਂ ਕਰਦੇ ਲੋਕ ਹਨਾ ਇਸੋ ਨਾ ਤਾਂ ਜਿਹੜੇ ਵੋਟ ਖਰੀਦਦੇ ਨੇ ਜਾਂ ਖਰੀਦ ਕੇ ਵੋਟ ਪਾਉਂਦੇ ਉਹਨਾਂ ਕੋਲ ਵੀ ਵੋਟ ਕਰਵਾਓ ਮੇਰੇ ਨਾਲ ਇੱਕ ਇਦਾਂ ਦਾ ਇਨਸੀਡੈਂਟ ਹੋਇਆ ਸੀ ਮੈਂ ਤੁਹਾਨੂੰ ਸੁਣਾ ਸਕਦੀ ਹਾਂ ਸ਼ੇਅਰ ਕਰੋ ਮੈਂ ਹਾਂਜੀ ਅ ਪਿੱਛੇ ਜਦੋਂ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਹਾਂਜੀ ਉਦੋਂ ਦੀ ਗੱਲ ਆ ਤੇ ਇੱਕ ਮੈਨੂੰ ਕਿਸੇ ਦਾ ਕਾਲ ਆਇਆ ਕੋਈ ਕਾਮਨ ਪਰਸਨ ਦਾ ਕਿ ਮੈਮ ਸਾਨੂੰ ਤਾਂ ਨਾ 5-5000 ਰੁਪਏ ਇੱਕ ਵੋਟ ਦਾ ਮਿਲ ਰਿਹਾ ਮੇਰੀਆਂ 25 ਵੋਟਾਂ ਨੇ ਤੁਸੀਂ ਲੋਕ ਕੀ ਦੋਗੇ ਰਾਈਟ ਜੀ ਵੋਟਾਂ ਤੇ 5-5000 ਹਾਂਜੀ 5-5000 ਮਿਲ ਰਿਹਾ 25 ਵੋਟਾਂ ਨੇ ਹੁਣ ਮੈਨੂੰ ਇਹ ਲੱਗਾ ਕਿ ਕਿਉਂਕਿ ਮੈਂ ਦੇਖੋ ਅਮਨ ਟੂ ਬੀ ਵੈਰੀ ਫ੍ਰੈਂਕ ਮੈਂ ਬਿਲਕੁਲ ਕਲੀਅਰ ਆ ਰਾਜਨੀਤੀ ਦੇ ਮਾਮਲੇ 'ਚ ਵੀ ਕਿਉਂਕਿ ਅਗਰ ਮੈਂ ਕੰਮ ਕਰ ਰਹੀ ਆ ਮੈਂ ਉਹਨਾਂ ਲਈ ਕਰ ਰਹੀ ਆ ਜੋ ਮੇਰੇ ਨਾਲ ਗਰਾਊਂਡ ਤੇ ਜੁੜੇ ਆ ਇਹਦੇ ਵਿੱਚ ਮੈਂ ਨਾ ਆਸਤਿਕਰ ਕਿਸੇ ਕੋਲ ਇੱਕ ਪੈਸੇ ਦੀ ਰਵਾਦਾar ਆ ਨਾ ਮੈਂ ਕਦੀ ਕੋਈ ਵੀ ਕੰਮ ਕਿਸੇ ਦਾ ਵੀ ਕਰਾਇਆ ਹੋ ਮੈਨੂੰ ਪੂਰੇ ਪੰਜਾਬ 'ਚ ਤੁਹਾਡੇ ਚੈਨਲ ਲਈ ਲੋਕ ਸੁਣ ਰਹੇ ਆ ਆਸਤਿਕਰ ਕਹਿਦਣ ਕਿ ਮੈਮ ਨੇ ਕਦੀ ਕਿਸੇ ਕੋਲ ਕੁਝ ਵੀ ਕੋਈ ਕੀਤਾ ਜਿੰਨਾ ਕ ਵੈਗੁਰ ਜੀ ਨੇ ਮੈਨੂੰ ਬਲ ਬਖਸ਼ਿਆ ਮੈਂ ਆਪਦੇ ਕੋਲੋਂ ਪੈਟਰੋਲ ਲਗਾ ਕੇ ਆਪਦੇ ਕੋਲੋਂ ਹਰ ਤਰੀਕੇ ਨਾਲ ਮਦਦ ਕੀਤੀ ਜਿੰਨੀ ਮੈਂ ਕਰ ਸਕਦੀ ਆ ਅੱਛਾ ਹੁਣ ਗੱਲ ਕੀ ਸੀ ਉਹ ਮੇਰੇ ਕੋਲ ਆਇਆ ਮੈਨੂੰ ਤੇ ਗੁੱਸਾ ਵਾਦ ਸੀ ਉਹਦੇ ਫੋਨ ਦੇ ਉੱਤੇ ਮੈਂ ਕਿਹਾ ਤੇ ਆਪਣੀ ਵੋਟ ਵੇਚ ਰਿਹਾ 5-5000 ਦੇ ਵਿੱਚ ਮੈਂ ਉਹਨੂੰ ਕਿਹਾ ਕਿ ਠੀਕ ਹੈ ਬਾਈ ਜੀ ਇੱਦਾਂ ਕਰਦੇ ਆ ਤੁਸੀਂ ਨਾ ਪੌਣਿਕ 5 ਵਜੇ ਮੇਰੇ ਕੋਲ ਪਹੁੰਚ ਜਾਓ ਉੱਥੇ ਤੇ ਦੱਸੋ ਕੀ ਲੈਣਾ ਕਹਿੰਦਾ ਮੈਂ ਤੁਸੀ ਕੀ ਦੋਗੇ ਮੈਂ ਕਿਹਾ ਸੀ ਇੱਕ ਵੋਟ ਦਾ 10-10000 ਰੁਪਏ ਦਵਾਂਗੇ ਪਹੁੰਚ ਜਾਓ ਉੱਥੇ ਕਹਿੰਦਾ ਠੀਕ ਹੈ ਉਹ ਹੁਣ ਬੜਾ ਖੁਸ਼ ਕਿ ਵੀ 5 ਤੋਂ 10 ਹੋ ਗਿਆ ਇੱਕ ਵੋਟ ਦਾ ਔਰ ਕੋ ਉਹ ਨਾ ਮੈਨੂੰ ਫੋਨ ਕਰਨਾ ਸ਼ੁਰੂ ਹੋ ਗਿਆ 4:30 ਤੋਂ ਹੀ ਮੈਮ ਕਿੱਥ ਕਿ ਮੈਂ ਆਧਾਰ ਕਾਰਡ ਫੜ ਲਏ ਸਾਰਿਆਂ ਦੇ ਕਿੱਥੇ ਪਹੁੰਚਣਾ ਮੈਂ ਕਿਹਾ 10 ਮਿੰਟ ਵੇਟ ਕਰੋ ਮੈਂ ਕਰ ਰਹੀ ਹਾਂ ਫੋਨ ਅੱਛਾ ਮੈਂ ਉਹਦਾ ਸਾਰਾ ਟਾਈਮ ਜਿਹੜਾ ਸੀ ਉਹਨਾਂ ਨੂੰ ਕਲਵਾ ਦਿੱਤਾ ਜਿਹੜਾ ਉਹਨੇ VOTING ਟਾਈਮ ਸੀ ਉਹਦਾ ਉਹਨੇ VOT ਕਰਨੀ ਸੀ ਉਹਦੇ ਬਾਅਦ ਉਹ ਖਾਲ ਆਈ ਮੈਂ ਕਿਹਾ ਕਿ ਬਾਈ ਜੇ ਤੁਸੀਂ 5000 ਚ VOT ਵੇਚ ਰਹੇ ਸੀ ਤੁਸੀਂ 10000 ਚ ਵੇਚ ਰਹੇ ਸੀ ਤੇ ਕੀ ਯਕੀਨ ਕੀਤਾ ਜਾ ਸਕਦਾ ਕਿ ਤੁਸੀਂ VOT 10000 ਵਾਲੇ ਨੂੰ ਪਾ ਰਹੇ ਹੋ ਕਿ 5000 ਵਾਲੇ ਨੂੰ ਪਾ ਰਹੇ ਹੋ ਰਾਈਟ ਜਿਹੜਾ ਬੰਦਾ ਬੇਈਮਾਨ ਹੈ ਉਹ ਬੇਈਮਾਨ ਰਹੇਗਾ ਤੁਸੀਂ ਆਪਣੀ VOT ਹੀ ਵੇਚਣ ਤੇ ਆ ਗਏ ਹੋ ਤੁਸੀਂ ਕੀ ਕਰੋਗੇ ਕਿਵੇਂ ਪੰਜਾਬ ਦਾ ਵਿਕਾਸ ਹੋਏਗਾ ਜਿਵੇਂ ਵੋਟਾਂ ਹੀ ਵੇਚ ਲਾਂਗੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਕਿਉਂ ਵੇਚਣੀਆਂ ਵੋਟਾਂ ਵੋਟ ਜਿਹੜੀ ਸਹੀ ਪਰਸਨ ਨੂੰ ਪਾਓ ਜਿਹੜਾ ਤੁਹਾਡੇ ਨਾਲ ਖੜੇ ਚਾਹੇ ਕੋਈ ਵੀ ਉਹ ਦੇ ਪਿੱਛੇ ਚੋਣ ਨਿਸ਼ਾਨ ਹੋਵੇ ਲੇਕਿਨ ਪਰਸਨ ਟੂ ਪਰਸਨ ਤਾਂ ਦੇਖੋ ਵੋਟ ਕਿਉਂ ਵੇਚੋ ਇਸੇ ਲਈ ਅਸੀਂ ਪਿੱਛੇ ਆ ਇਸੇ ਲਈ ਅੱਜ ਪੰਜਾਬ ਦੇ ਵਿੱਚ ਇੰਨੇ ਸਾਰੇ ਇਸ਼ੂਜ਼ ਨੇ ਉਹਨਾਂ ਦਾ ਹੱਲ ਨਹੀਂ ਹੋ ਰਿਹਾ ਅਸੀਂ ਇਹ ਦੇਖਦੇ ਹਾਂ ਮੇਰਾ ਕੰਮ ਹੋ ਰਿਹਾ ਹੈ ਮਤਲਬ ਉਹ ਕਹਿੰਦੇ ਨਾ ਮੇਰਾ ਕੰਮ ਬੰਤਾ ਬਾੜ ਮੇ ਜਾਏ ਜਨਤਾ ਉਹ ਹਿਸਾਬ ਹੈਗਾ ਜੀ ਮੇਰੀ ਚੱਲ ਰਹੀ ਹੈ ਮੇਰੀ 2-4 ਲੀਡਰਾਂ ਨਾਲ ਬੰਨਦੀ ਹੈ ਓਕੇ ਹੈ ਬਾਕੀ ਜਿਹੜੇ ਵਿਚਾਰੇ ਸਲਾਮ ਮੀਰੀਅਸ ਦੇ ਵਿੱਚ ਧੱਕੇ ਖਾਓ ਮੈਨੂੰ ਸਭ ਤੋਂ ਜ਼ਿਆਦਾ ਦਿੱਕਤ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਉਹਨਾਂ ਲਈ ਹੈ ਜਿਨ੍ਹਾਂ ਨੂੰ ਅਸੀਂ ਕਹਿੰਦੇ ਆਂ ਜੀ ਜ਼ਰੂਰਤਮੰਦ ਹੈ ਨੇਤਾ ਜਦੋਂ ਸਪੀਚ ਕਰਦੇ ਲੀਡਰਸ ਡਿਊਰਿੰਗ ਇਲੈਕਸ਼ਨਸ ਵੀ ਕਿ ਵੀ ਅਸੀਂ ਇਹਨਾਂ ਲਈ ਕਰਾਂਗੇ ਉਹਨਾਂ ਲਈ ਕੋਈ ਨਹੀਂ ਕਰਦਾ ਜਿਹੜੀ ਮਰਜ਼ੀ ਸਰਕਾਰ ਆਵੇ ਫਿਰ ਉਹ ਉਦਾਂ ਦੇ ਉਦਾਂ ਹੀ ਰਹੰਦੇ ਹਾਂ ਇਲੈਕਸ਼ਨਸ ਤੋਂ ਪਹਿਲੇ ਜਾ ਕੇ ਉਹਨਾਂ ਨਾਲ ਆਪਾਂ ਬੂਰੀਆਂ ਤੇ ਵੀ ਬੈਠਦੇ ਆਂ ਉਹਨਾਂ ਦੇ ਘਰਾਂ ਦੇ ਵਿੱਚ ਰੋਟੀਆਂ ਵੀ ਖਾਂਦੇ ਆਂ ਸਭ ਕੁਝ ਕਰਦੇ ਆਂ ਪਰ 5 ਸਾਲ ਤੱਕ ਅਸੀਂ ਪੁੱਛਦੇ ਵੀ ਨਹੀਂ ਕਿ ਤੁਹਾਨੂੰ ਕੀ ਹੋਇਆ ਇਹ ਹਮੇਸ਼ਾ ਲੂਪ ਚੱਲਦਾ ਰਹਿੰਦਾ ਹੈ ਪਰ ਉਹੀ ਤਾਂ ਕਹਿ ਰਹੀਆਂ ਉਹਦੇ ਲਈ ਜਾਗਣਾ ਪੈਣਾ ਲੋਕਾਂ ਨੂੰ ਆਪਣੇ ਅਧਿਕਾਰ ਸਮਝੋ ਆਪਣੀ ਵੋਟ ਦਾ ਅਧਿਕਾਰ ਸਮਝੋ ਕਿਉਂ ਐਸੇ ਲੋਕਾਂ ਨੂੰ ਤੁਸੀਂ ਮੌਕਾ ਦਿੰਦੇ ਹੋ ਡਰਾਪ ਕਰੋ ਐਸੇ ਲੋਕ ਜਿਹੜੇ ਤੁਹਾਡੇ ਨਾਲ ਖੜਦੇ ਤੁਹਾਨੂੰ ਹੀ ਪਤਾ ਹੁੰਦਾ ਕੌਣ ਸਾਡੇ ਨਾਲ ਖੜ ਸਕਦਾ ਕੌਣ ਨਹੀਂ ਖੜ ਸਕਦਾ ਤੁਸੀਂ ਇਹ ਦੇਖੋ ਨਾ ਕਿ ਦੇ ਅੰਦਰ ਇਨੀ ਗੜਸ ਹੈ ਕਿ ਸਰਕਾਰ ਨਾ ਹੁੰਦੇ ਆਏ ਤੁਹਾਡੇ ਕੰਮ ਕਰਵਾ ਕੇ ਦਵੇ ਅਗਲਾ ਇਹ ਸਾਡੀ ਸਾਰੀ ਰਾਈਟਸ ਨੇ ਮਨ ਹਿਊਮਨ ਰਾਈਟਸ ਤੇ ਕੰਮ ਕਰ ਰਹੀ ਐ এডੂਕੇਸ਼ਨ ਸਾਡੇ ਰਾਈਟ ਐ ਮੈਡੀਕਲ ਫੈਸਿਲਿਟੀ ਸਾਡੇ ਰਾਈਟਸ ਨੇ ਕੋਈ ਵੀ ਕਿਤੇ ਵੀ ਸਾਡੇ ਰਾਈਟਸ ਨੇ ਰਾਈਟ ਕਿੰਨੇ ਸਾਰੇ ਐਕਟ ਨੇ ਐਕਟ ਨੰਬਰ 7 ਫ੍ਰੀडम ਸਾਡਾ ਹੱਕ ਐ ਐਕਟ ਨੰਬਰ 10 ਕੁਝ ਵੀ ਅਸੀਂ ਬੋਲ ਸਕਦੇ ਆ ਬਿੰਦਾਸ ਉਹ ਵੀ ਸਾਡਾ ਹੱਕ ਐ ਤੇ ਇੱਥੇ ਤਾਂ ਜਗਾ ਜਗਾ ਪੈਰ ਪੈਰ ਤੇ ਹਿਊਮਨ ਰਾਈਟ ਵਾਇਲੇਸ਼ਨ ਬਹੁਤ ਸਾਰੇ ਪੰਜਾਬ ਚ ਮੁੱਦੇ ਐ ਜਿੱਤੇ ਤੁਹਾਡੇ ਰੋਜ਼ ਹੀ ਮਨੁੱਖੀ ਹੱਕਾਂ ਦੇ ਘਾਣ ਹੋ ਰਹੇ ਤੇ ਸੋ ਜਾਗਣਾ ਪੈਗਾ ਲੋਕਾਂ ਨੂੰ ਜੇ ਤੁਸੀਂ ਸੋਹਣੀ ਇੱਕ ਆਪਣਾ ਸਮਾਜ ਨੂੰ ਬਣਾਉਣਾ ਚਾਹੁੰਦੇ ਹੋ ਸੋਣਾ ਜਿਹਨੂੰ ਅਸੀਂ ਭਗਵੰਤ ਮਾਨ ਸਾਹਿਬ ਦਾ ਹੀ ਮੈਂ ਡਾਇਲੋਗ ਬੋਲਾਂਗੀ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੇਂਜ ਕਰਨਾ ਪੈਗਾ ਪੰਜਾਬ ਦਾ ਮਾਹੌਲ ਤੇ ਉਹ ਖੁਦ ਤੁਸੀਂ ਕਰੋਗੇ ਕੋਈ ਲੀਡਰ ਤੁਹਾਡੇ ਪੰਜਾਬ ਦਾ ਮਾਹੌਲ ਨਹੀਂ ਚੇਂਜ ਕਰ ਸਕਦਾ ਕੋਈ ਵੀ ਆ ਜਾਏ ਇਹ ਸਾਨੂੰ ਤੁਹਾਨੂੰ ਉੱਠ ਕੇ ਸਾਰਾ ਸਾਂਭਣਾ ਪੈਣਾ ਸਾਨੂੰ ਆਪਣੀਆਂ ਔਨ ਵਾਲੀਆਂ ਜਨਰੇਸ਼ਨਸ ਨੂੰ ਸਾਂਭਣਾ ਪੈਣਾ ਅਸੀਂ ਤਾਂ ਸਰਵਾਈਵ ਕਰ ਗਏ ਇਦਾਂ ਦੇ ਮਾਹੌਲ 'ਚ ਅਸੀਂ ਮੰਨ ਲਓ ਮੀਡੀਆ ਦੇ ਲਾਗੇ ਵੀ ਆ ਗਏ ਆ ਜਾਂ ਆਉਣਾ ਵਾ ਅਸੀਂ ਤਾਂ ਹੋ ਜਾਏਗਾ ਨਾ ਦੇਖੋ ਹੋਰ ਜਿੰਨੇ ਕੁ ਵਾਹਿਗੁਰੂ ਜੀ ਨੇ ਸਾਥ ਦਿੱਤੇ ਹੋਣਗੇ ਪੂਰੇ ਕਰ ਲੈਣਾ ਪਰ ਜਿਹੜੀਆਂ ਨਵੀਂ ਜਿਹੜੀ ਪਨੀਰੀ ਉੱਠਣੀ ਆ ਨਵੀਂ ਜਿਹੜੀ ਜਨਰੇਸ਼ਨ ਆ ਉਹਦੇ ਲਈ ਅਸੀਂ ਕੀ ਇੱਥੇ ਸਰਵ ਕਰਕੇ ਜਾ ਰਹੇ ਆ ਕੀ ਅਸੀਂ ਪਰੋਸ ਰਹੇ ਆ ਲੋ ਐਂਡ ਆਰਡਰਸ ਜ਼ੀਰੋ ਦਿਨ ਦਿਹਾੜੇ ਕਤਲ ਦਿਨ ਦਿਹਾੜੇ ਗੋਲੀਆਂ ਠੀਕ ਹੈ ਸਨੇਚਿੰਗ ਔਰ ਕਿਸੇ ਵੀ ਉੱਤੇ ਕੋਈ ਹੱਕ ਨਹੀਂ ਜਿਹੜਾ ਕੁਝ ਬੋਲਦਾ ਉਹਨੂੰ ਦੱਬ ਲੋ মিডিਆ ਬੋਲਦਾ মিডিਆ ਦੱਬ ਲੋ ਚੈਨਲ ਬੰਦ ਕਰਾ ਦਿਓ ਪੱਤਰਕਾਰੀ ਦੇ ਉੱਤੇ ਕਬਜ਼ਾ ਹਰ ਚੀਜ਼ ਦੇ ਉੱਤੇ ਫਿਰ ਤੁਸੀਂ ਦੇਖੋ ਕੀ ਮਾਹੌਲ ਰਹਿ ਗਿਆ ਪੰਜਾਬ ਦਾ ਬਹੁਤ ਖਰਾਬ ਮਾਹੌਲ ਹੈ ਇਹਨੂੰ ਸਾਨੂੰ ਹੀ ਸੁਧਾਰਨਾ ਪੈਣਾ ਜੀ ਬਹੁਤ ਖੂਬ ਮੈਮ ਮਤਲਬ ਕੋਈ ਟ੍ਰਾਂਸਪੇਰੈਂਟ ਹੋ ਕੇ ਨਹੀਂ ਬੋਲਦਾ ਤਾਂ ਤੁਸੀਂ ਬੋਲਿਓ ਬਹੁਤ ਵਧੀਆ ਗੱਲ ਆ ਕੋਈ ਇਸ ਮੁੱਦੇ ਤੇ ਗੱਲ ਵੀ ਨਹੀਂ ਕਰਦਾ ਜਦੋਂ ਮੈਂ ਕਿਹਾ ਸੀ ਸਿੱਧੂ ਮੂਸੇ ਵਾਲੇ ਕੇ ਅਸੀਂ ਜਾਂ ਇੱਧਰ ਤਾਂ ਬਹੁਤ ਵਧੀਆ ਲੱਗਿਆ ਮੈਨੂੰ ਬੋਲਣਾ ਇਸ ਲਈ ਚਾਹਨੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਤੁਹਾਡੇ ਚੈਨਲ 'ਤੇ ਬਹੁਤ ਲੋਕ ਸੁਣ ਰਹੇ ਹੋਣਗੇ ਔਰ ਮੈਂ ਚਾਹਨੀ ਹੈ ਕਿ ਹਕੀਕਤ ਸਮਝਣ ਮੈਂ ਚਾਹੁੰਦੀ ਆ ਕਿ ਉਸ ਚੀਜ਼ ਦੇ ਉੱਤੇ ਇੰਪਲੀਮੈਂਟ ਕਰਨ ਤਾਂ ਕਿ ਅਸੀਂ ਰੋਜ਼ ਕਹਿੰਨੇ ਕਿ ਪੰਜਾਬ ਚ ਹੈ ਪੰਜਾਬ ਚ ਉਹ ਲੇਕਿਨ ਪੰਜਾਬ ਨੂੰ ਅਸੀਂ ਰਲ ਕੇ ਸੋਨਾ ਬਣਾਈਏ ਮੈਂ ਇਸ ਲਈ ਐ ਕਲੀਅਰ ਬੋਲਣਾ ਚਾਹੁੰਦੀ ਕਿਉਂਕਿ ਮੈਂ ਮੇਰਾ ਮਕਸਦ ਹੀ ਹੈ ਮੈਂ ਆਪਣੀ ਲਾਈਫ ਦੇ ਵਿੱਚ ਕਿਸੇ ਚੀਜ਼ ਤੋਂ ਨਹੀਂ ਡਰਦੀ ਸਿਵਾਏ ਵਾਇਗਰਜੀ ਤੋਂ ਮੈਂ ਬਾਬਾ ਜੀ ਦੀ ਓਟ ਲੈ ਕੇ ਚੱਲਦੀ ਆ ਮੈਨੂੰ ਹੋਰ ਬਿੰਦਾਸ ਕੋਈ ਡਰ ਨਹੀਂ ਹੈ ਕਿਸੇ ਦਾ ਮੈਨੂੰ ਕੋਈ ਕਹੇ ਕਿ ਮੈਂ ਤੁਹਾਨੂੰ ਗੋਲੀ ਮਾਰ ਦੂੰਗਾ ਓਕੇ ਆ ਡਨ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਸੱਚ ਬੋਲਣਾ ਸੱਚ ਦੀ ਆਵਾਜ਼ ਤੇ ਚੱਲਣਾ ਸੱਚ ਨਾਲ ਖੜਨਾ ਮੇਰੀ ਜ਼ਿੰਦਗੀ ਦੇ ਪ੍ਰਿੰਸੀਪਲ ਹੈ ਓਕੇ ਅੱਛਾ ਮੈਮ ਜਦੋਂ ਮੈਂ ਸੁਰਤ ਸੰਭਾਲੀ ਪਹਿਲਾਂ ਮੈਨੂੰ ਪਤਾ ਨਹੀਂ ਸੀ ਪੰਜਾਬ ਚ ਕਿਵੇਂ ਬਾਅਦ ਵਿੱਚ ਜਦੋਂ ਮੈਂ ਨਾ ਕੋਈ ਬਾਲੀਵੁੱਡ ਮੂਵੀ ਦੇਖਣੀ ਡਰੱਗਸ ਇਨ ਪੰਜਾਬ ਫਿਰ ਮੈਂ ਦੇਖਿਆ ਵੀ ਕੁਝ ਹੋਰ ਚੀਜ਼ ਪੰਜਾਬ ਚ ਚਿੱਟਾ ਅੱਛਾ ਫਿਰ ਮੈਨੂੰ ਪਤਾ ਲੱਗਿਆ ਅੱਛਾ ਪੰਜਾਬ ਚ ਇਹ ਚੱਲ ਰਿਹਾ ਡਰੱਗ ਦੇ ਰਿਲੇਟਡ ਤੁਹਾਡੇ ਕੀ ਵਿਚਾਰ ਨੇ ਵੀ ਇਹ ਸਿਰਫ ਮੀਡੀਆ ਜਿਹਨੂੰ ਵਧਾਇਆ ਜਾ ਰਿਹਾ ਕਿ ਐਕਚੁਅਲ ਪੰਜਾਬ ਚ ਮਾਹੌਲ ਹੈ ਅ ਅਮਨ ਐਕਚੁਅਲ ਪੰਜਾਬ ਚ ਮਾਹੌਲ ਹੈ ਠੀਕ ਹੈ ਨਾ ਮੀਡੀਆ ਦੇ ਵਿੱਚ ਤਾਂ ਸੋ ਕੋ ਮੈਂ ਕਹਾਂਗੀ ਕੀ ਰੋਜ਼ ਜਿਹੜੀ ਗਵਰਨਮੈਂਟ ਇੱਥੇ ਰੂਲਿੰਗ ਹੁੰਦੀ ਆ ਰਾਈਟ ਉਹ ਕੀ ਦੱਸਦੇ ਆ ਕਿ ਰੋਜ਼ ਟੀਵੀ ਦੇ ਅੰਦਰ ਤੁਸੀਂ ਨਿਊਜ਼ ਚੈਨਲ 'ਚ ਸ਼ਾਇਦ ਨਿਊਜ਼ ਹੁੰਦੇ ਹੋਗੇ ਗਵਰਨਮੈਂਟ ਨੇ ਆਪਣਾ ਦੱਸਣਾ ਆਪਣੇ ਅੰਕੜੇ ਗਿਣਾਨੇ ਆ ਅਸੀਂ ਅੱਜ ਇੱਥੇ ਇੰਨਾ ਡਰਗ ਫੜ ਲਿਆ ਅਸੀਂ ਫਲਾਣਾ ਬੰਦਾ ਕਾਬੂ ਕਰ ਲਿਆ ਪਰ ਤੁਹਾਨੂੰ ਲੱਗਦਾ ਹੈ ਕਿ ਲਗਾਤਾਰ ਅਸੀਂ ਇਹਨਾਂ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਡਰੱਗਸ ਤੇ ਕੋਈ ਕਾਬੂ ਹੈਗਾ ਈਵਨ ਕਿ ਨਾਓ ਦੈਟ ਟਾਈਮ ਕਿ 10 ਗੁਣਾ ਪੰਜਾਬ 'ਚ ਨਸ਼ਾ ਵੱਧ ਚੁੱਕਾ ਹੈ ਮੈਂ ਹੁਣ ਬਾਕੀ ਪੂਰੇ ਪੰਜਾਬ ਦੀ ਗੱਲ ਨਹੀਂ ਕਰਾਂਗੀ ਲੇਕਿਨ ਸ੍ਰੀ ਅੰਮ੍ਰਿਤਸਰ ਸਾਹਿਬ ਜਿਹਨੂੰ ਗੁਰੂ ਨਗਰੀ ਅਸੀਂ ਕਹਿੰਦੇ ਆ ਅੱਜ ਉਥੇ ਹਰ ਦੂਜੇ ਘਰ ਦੇ ਵਿੱਚ ਚਿੱਟਾ ਗਿਆ ਹੋਇਆ ਰਾਈਟ ਔਰ ਹੋਮ ਡਿਲੀਵਰੀ ਹੋ ਰਹੀ ਹੈ ਲੜਕੀਆਂ ਡਰੋਗਸ ਲੈ ਰਹੀਆਂ ਪਿੱਛੇ ਜੰਡਿਆਲਾ ਗੁਰੂ ਤੋਂ ਮੇਰੇ ਨਾਲ ਕੋਈ ਸੀਓ ਮੈਨੂੰ ਦੱਸ ਰੇ ਸੀ ਕਿ ਭੈਣ ਜੀ ਬੇਟੀਆਂ ਵੀ ਇੰਜੈਕਸ਼ਨ ਲਗਾ ਰਹੀਆਂ ਤੁਸੀਂ ਦੇਖੋ ਕਿ ਅੱਜ ਉਹ ਸਿਸਟਮ ਆ ਗਿਆ ਕਿੱਥੇ ਇਹਨਾਂ ਨਹੀਂ ਸੀ ਲੇਕਿਨ ਅੱਜ ਕੀ ਹੋਇਆ ਔਰ ਗਵਰਨਮੈਂਟਸ ਦਾ ਫਿਰ ਗੱਲ ਕਰੀਏ ਕਿਉਂਕਿ ਬਾਰ-ਬਾਰ ਰਾਜਨੀਤੀ ਦੀ ਘੁੰਮ ਕੇ ਗੱਲ ਆ ਜਾਂਦੀ ਗੱਲ ਇਸ ਲਈ ਆਉਂਦੀ ਕਿਉਂਕਿ ਬਹੁਤ ਵੱਡਾ ਜਿਹੜਾ ਹੱਥ ਹੈ ਨਾ ਇਹ ਜਿਹੜੇ ਸਿਆਸਤਦਾਨਾਂ ਦਾ ਇਸ ਗੱਲ ਦੇ ਵਿੱਚ ਕਿ ਕੈਪਟਨ ਸਾਹਿਬ ਗੁੱਟਕਾ ਸਾਹਿਬ ਚੁੱਕ ਕੇ ਸੌਂ ਖਾ ਲੰਦੇ ਪੰਜਾਬ ਨਸ਼ਾ ਮੁਕਤ ਕਰ ਦਾਂਗੇ ਵੋਟ ਪਾ ਦਿਓ ਪੰਜਾਬ ਦੇ ਭੋਲੇ ਲੋਕ ਠੱਗੇ ਜਾਂਦੇ ਕਿ ਹਾਂ ਜੀ ਕਿਉਂਕਿ ਮਾਵਾਂ ਰੋਂਦੀਆਂ ਨਾ ਜਿਨ੍ਹਾਂ ਦੇ ਪੁੱਤ ਮਰਦੇ ਐ ਉਹ ਉਹ ਫਿਰ ਵੋਟ ਪਾ ਦਿੰਦੇ ਐ ਫਿਰ ਦੂਸਰੇ ਆਂਦੇ ਐ ਜੀ ਅਸੀਂ ਪੰਜਾਬ ਨੂੰ 2 ਮਹੀਨੇ ਚ ਨਸ਼ਾ ਮੁਕਤ ਕਰ ਦਾਂਗੇ ਵੋਟ ਪਾ ਦਿਓ ਪੰਜਾਬ ਦੇ ਲੋਕ ਫੇਰ ਠੱਗੇ ਜਾਂਦੇ ਕਿ ਵੀ ਨਹੀਂ ਸ਼ਾਇਦ ਮਾਵਾਂ ਦੇ ਪੁੱਤ ਬਚ ਜਾਣ ਪਰ ਨਹੀਂ ਉਹ ਮਾਵਾਂ ਅੱਜ ਵੀ ਰੋ ਰਹੀਆਂ ਭੈਣਾਂ ਰੋ ਰਹੀਆਂ ਜਿਹੜੀਆਂ ਵਾਈਫ ਵਿਧਵਾ ਹੋ ਰਹੀਆਂ ਠੀਕ ਹੈ ਤੇ ਇਹ ਸਾਰੀਆਂ ਚੀਜ਼ਾਂ ਅੱਜ ਪੰਜਾਬ ਦੇ ਮਾਹੌਲ ਦੇ ਵਿੱਚ ਨਸ਼ਾ ਇੰਨਾ ਜ਼ਿਆਦਾ ਹੈ ਕੋਈ ਨਸ਼ੇ ਇਹੀ ਠਲਤਾ ਇਦਾਂ ਪੈ ਸਕਦੀ ਹੈ ਕਿ ਮੈਂ ਨਹੀਂ ਕਹਿਣਾ ਚਾਹਵਾਂਗੀ ਦੇਖੋ ਪੰਜੇ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ ਲੇਕਿਨ ਇਹਦੇ ਵਿੱਚ ਪ੍ਰਸ਼ਾਸਨ ਦਾ ਵੀ ਹੱਥ ਹੈਗਾ ਅਸੀਂ ਬੜੇ ਲੋਕ ਇਦਾਂ ਦੇ ਮੈਂ ਦੇਖੇ ਹੁਣ ਮੈਂ ਨਾਮ ਕਿਸੇ ਦਾ ਮੈਂਸ਼ਨ ਨਹੀਂ ਕਰੂੰਗੀ ਕਿਉਂਕਿ ਮੇਰੇ ਭਰਾ ਜੌਬ ਤੇ ਹੈਗੇ ਕਈ ਲੋਕ ਮੈਂ ਇਦਾਂ ਦੇ ਦੇਖੇ ਆਪਣੇ ਅੱਖੀ ਦੇਖੇ ਹੈ ਕਿਤੇ ਡਰੱਗਸ ਫੜਿਆ ਗਿਆ ਹਾਂਜੀ 10-20 ਲੱਖ ਰੁਪਇਆ ਲਿਆ ਉਹ ਡਰੱਗ ਛੱਡ ਦਿੱਤਾ ਹੁਣ ਜਿਹੜਾ ਤੁਸੀਂ ਛੱਡ ਦਿੱਤਾ ਤੁਸੀਂ ਤਾਂ 20 ਲੱਖ ਪਾ ਲਿਆ ਤੁਸੀਂ ਤਾਂ ਬਿਜ਼ਨਸ ਬਣਾਤਾ ਹੈ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲੇਕਿਨ ਜਿਹੜਾ ਉਹ ਤੁਹਾਡਾ ਡਰੱਗਸ ਛੱਡਿਆ ਹੋਇਆ ਕਿੰਨਿਆਂ ਦੀ ਜ਼ਿੰਦਗੀ ਉਹ ਕਿੰਨਿਆਂ ਘਰਾਂ ਤਿੱਕਰ ਪਹੁੰਚੂਗਾ ਜੇ ਤੁਸੀਂ ਉਹ 10-20 ਲੱਖ ਨਾ ਆਪਣੀ ਜੇਬ ਚ ਪਾ ਕੇ ਉਸ ਜਿਹੜਾ ਚਿੱਟਾ ਆਇਆ ਸੀ ਉਹਨੂੰ ਬਰਬਾਦ ਕੀਤਾ ਹੁੰਦਾ ਉਹ ਬੰਦੇ ਫੜੇ ਹੁੰਦੇ ਉਹਦੀ ਜੜ ਤਿੱਕਰ ਗਏ ਹੁੰਦੇ ਤਾਂ ਸ਼ਾਇਦ 1% ਤੁਸੀਂ ਕੋਈ ਯੋਗਦਾਨ ਪਾਉਂਦੇ ਕਿ ਅਸੀਂ ਕਹੀਏ ਕਿ ਪੰਜਾਬ ਚ ਅਸੀਂ ਨਸ਼ਾ ਰੋਕਣ ਦੀ ਗੱਲ ਕੀਤੀ ਹੈ ਬਟ ਨੋ ਹਕੀਕਤ ਜ਼ਮੀਨੀ ਇਹੀ ਹੈ ਗਰਾਊਂਡ ਲੈਵਲ ਤੇ ਕਿ ਨਸ਼ਾ ਫੜਨ ਦਾ ਕੋਈ ਵੀ ਜਿਹਨੂੰ ਅਸੀਂ ਕਹਿੰਦੇ ਯਤਨ ਹੋ ਹੀ ਨਹੀਂ ਰਿਹਾ ਇਹ ਬਿਜ਼ਨਸ ਬਣ ਕੇ ਰਹਿ ਗਿਆ ਵੱਡੀ ਮਛਲੀ ਤੋਂ ਛੋਟੀ-ਛੋਟੀ ਤੋਂ ਇਦਾਂ 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 ਇੱਥਾ ਫਿਰ ਇਹਦੇ ਚ ਸਭ ਤੋਂ ਜ਼ਿਆਦਾ ਫਸ ਰਿਹਾ ਜਿਹੜਾ ਸਲਮ ਮੀਰੀਆ ਇੱਕ ਜਿਹਦੀ ਮਾਂ ਲੇਬਰ ਕਲਾਸ ਹੈ ਠੀਕ ਹੈ ਬਰਤਨ ਸਾਫ ਕਰਨ ਕਿਸੇ ਦੇ ਘਰ ਜਾਂਦੀ ਹੈ ਉਹ ਦਿਹਾੜੀ ਦਾ 100 ਜਾਂ 200 ਕਮਾਉਂਦੀ ਹੈ ਉਸਦੇ ਬੱਚੇ ਨੂੰ ਫੜਿਆ ਜਾਂਦਾ ਛੋਟੇ ਬੱਚੇ ਨੂੰ ਜਿਹਦੀ ਕਿ ਸਕੂਲ ਜਾਣ ਦੀ ਏਜ ਹੈ ਉਹਨੂੰ ਪੁੜੀਆਂ ਦਿੱਤੀਆਂ ਜਾਂਦੀਆਂ ਕਿ ਇਹ ਜਿਹੜੇ ਚਿੱਟੇ ਦੀ ਪੁੜੀ ਤੂੰ ਸੇਲ ਕਰਕੇ ਤੈਨੂੰ 500 ਮਿਲੇਗਾ ਉਹ ਵਿਚਾਰਾ ਦਿਨ ਦੇ ਵਿੱਚ ਸੇਲ ਕਰਦਾ 500 ਮਿਲਦਾ ਉਹਦੀ ਮਾਂ ਲਈ 500 ਵੀ ਬਹੁਤ ਹੁੰਦਾ ਜਿਹੜੀ 100 ਰੁਪਿਆ ਕਮਾਈ ਹੈ ਹੌਲੀ ਹੌਲੀ ਉਹ ਬੱਚਾ ਮਤਲਬ ਵੇਚਣ ਦੇ ਨਾਲ ਨਾਲ ਡਰਗਸ ਟ੍ਰੀ ਹੋ ਜਾਂਦਾ ਪੀਣ ਵੀ ਲੱਗ ਜਾਂਦਾ ਫਿਰ ਉਸ ਤੋਂ ਬਾਅਦ ਜਿਹੜੇ ਡਰਗ ਸਪਲਾਈਅਰ ਨੇ ਉਹ ਕੀ ਕਰਦੇ ਆ ਕਿ ਜਦੋਂ ਉਹਨਾਂ ਉਹਨਾਂ ਤੇ ਛਾਪਾ ਪੈਂਦਾ ਫੜੇ ਜਾਂਦੇ ਆ ਫਿਰ ਉਹ ਗਰੀਬ ਮਾਂ ਦਾ ਬੱਚਾ ਜੇਲ੍ਹ ਦੇ ਅੰਦਰ ਜਾਂਦਾ 6 ਮਹੀਨੇ ਉਹ ਰਹਿੰਦਾ ਉਹ ਨਹੀਂ ਰਹਿੰਦਾ ਜਿਹੜੀ ਵੱਡੀ ਮੱਛਲੀ ਆ ਉਹ ਬਿੰਦਾਸ ਨਸ਼ਾ ਵੇਚ ਰਿਆ ਸਪਲਾਈਅਰ ਆ ਐਸ਼ ਕਰ ਰਿਆ ਕੋਟੀਆਂ ਬਣਾ ਰਿਆ ਪੈਸੇ ਜੇਬ ਚ ਪਾ ਰਿਆ ਉਹ ਫਿਰ 6 ਮਹੀਨੇ ਉਸ ਮਾਂ ਦਾ ਪੁੱਤ ਅੰਦਰ ਗਿਆ ਮਾਂ ਫਿਰ ਭਾਂਡੇ ਮਾਂਜ ਵਾਜ ਕੇ ਕਰਜ਼ਾ ਚੁੱਕ ਕੇ ਉੱਥੇ ਵਕੀਲਾਂ ਨੂੰ ਪੈਸੇ ਦੇ ਰਹੀ ਆਪਣੇ ਪੁੱਤ ਦੀ ਜਮਾਨਤਾਂ ਭਰ ਰਹੀ ਐ ਲੋਕਾਂ ਦੇ ਤਰਲੇ ਕੱਢ ਰਹੀ ਐ ਕੌਣ ਮਰਿਆ ਫਿਰ ਗਰੀਬ ਮਰਿਆ ਇਹ ਸਾਰਾ ਸਿਸਟਮ ਇੰਨਾ ਕੁ ਜ਼ਿਆਦਾ ਅਗਰ ਤੁਸੀਂ ਇਹਨੂੰ ਗਰਾਊਂਡ ਲੈਵਲ ਤੇ ਦੇਖੋ ਤੇ ਡਰਾਵਨਾ ਵੀ ਹੈ ਔਰ ਚਿੰਤਾ ਦਾ ਵਿਸ਼ਾ ਵੀ ਹੈ ਸਾਡੇ ਪੰਜਾਬ ਲਈ ਕਿਉਂਕਿ ਜੇ ਗਰੀਬ ਦਾ ਬੱਚਾ ਵੀ ਮਰ ਰਿਹਾ ਤੇ ਅਮੀਰ ਸ਼ੌਂਕ ਚ ਨਸ਼ਾ ਲਾਈ ਜਾ ਰਹੇ ਪੈਸਾ ਬਰਬਾਦ ਹੋ ਰਿਹਾ ਮੈਂ ਐਸੀ ਐਸੀ ਫੈਮਲੀਆਂ ਦੇਖੀਆਂ ਵਾਂ ਕਿ ਮਤਲਬ ਕਿੰਨੀਆਂ ਕਹਿ ਲੋ ਕਿ ਜ਼ਮੀਨਾਂ ਕਿੰਨੇ ਕਿੰਨੇ ਕਿਲੇ ਵੇਚ ਕੇ ਖਾ ਗਏ ਤੁਸੀਂ ਦੇਖੋ ਪੰਜਾਬ ਦਾ ਫਿਰ ਕੀ ਹਾਲਾਤ ਬਣਿਆ ਮੀਡੀਆ ਹੀ ਚੀਨੀ ਐਕਚੁਅਲ ਪੋਜੀਸ਼ਨ ਪੰਜਾਬ ਦੀ ਇਸ ਟਾਈਮ ਆਈ ਹੈ ਪਤਾ ਨਹੀਂ ਮੈਨੂੰ ਤਾਂ ਲੱਗਦਾ ਕਿਹੜਾ ਮਸੀਹਾ ਆਊਗਾ ਜਿਹੜਾ ਪੰਜਾਬ ਨੂੰ ਇਨਾਂ ਚੀਜ਼ਾਂ ਤੋਂ ਬਚਾਊਗਾ ਲਾਸਟ ਕੁਐਸਚਨ ਇਸ ਟੌਪਿਕ ਤੇ ਇਹਨੂੰ ਠੱਲ ਕਿਵੇਂ ਪਾ ਸਕਦੇ ਆ ਇਹਨੂੰ ਹਟਾਇਆ ਕਿਵੇਂ ਜਾ ਸਕਦਾ ਜੜੋਂ ਖਤਮ ਕਿਵੇਂ ਕਰ ਸਕਦੇ ਆ ਡਰਗਸ ਨੂੰ ਜਿੰਕੋ ਜੇ ਅਸੀਂ ਕਹੀਏ ਕਿ ਪੰਜਾਬ ਨੂੰ 2 ਮਹੀਨਿਆਂ ਵਿੱਚ ਜੀ ਨਸ਼ਾ ਮੁਕਤ ਹੋ ਜੂ ਜਾਂ 1 ਮਹੀਨੇ ਚ ਹੋ ਜੂ ਬਿਲਕੁਲ ਨਹੀਂ ਐਸਾ ਸਾਰਾ ਸਰ ਜਿਹੜਾ ਵੀ ਬੋਲੇਗਾ ਝੂਠ ਬੋਲੇਗਾ ਰਾਈਟ ਸਭ ਤੋਂ ਪਹਿਲੇ ਤਾਂ ਦੇਖੋ ਗਵਰਨਮੈਂਟ ਦੇ ਉਪਰਾਲੇ ਹੋਣੇ ਚਾਹੀਦੇ ਆ ਕਿ ਜਿਹੜੇ ਡੀ ਐਡਿਕਸ਼ਨ ਸੈਂਟਰ ਖੁੱਲਦੇ ਆ ਜਿੰਨੇ ਵੀ ਗਵਰਨਮੈਂਟ ਵੱਲੋਂ ਖੁੱਲੇ ਹੋਏ ਨੇ ਜੀ ਵੀ ਨਸ਼ਾ ਛਡਾਊ ਤੁਸੀਂ ਉੱਥੇ ਜਾ ਕੇ ਅਮਨ ਹਾਲਾਤ ਦੇਖਿਓ ਕਿ ਕੀ ਹੁੰਦੇ ਐ ਚਿੱਟੇ ਵਾਲਾ ਪੇਸ਼ੈਂਟ ਆਇਆ ਉਹਨੂੰ ਐਡਮਿਟ ਕੀਤਾ ਕਿਉਂਕਿ ਮੈਂ ਗਰਾਊਂਡ ਤੇ ਰਹਿ ਕੇ ਇਨਾਂ ਚੀਜ਼ਾਂ ਬਾਰੇ ਪੂਰੀ ਨੌਲੇਜ ਰੱਖਦੀ ਆ ਮੈਨੂੰ ਪਤਾ ਐ ਕੀ ਕਰ ਰਹੇ ਨੇ ਲੋ ਉਹਨੂੰ ਅਲਟਰਨੇਟਿਵ ਕੀ ਦਿੱਤਾ ਜਾ ਰਿਹਾ ਟਰਮੀਡੋਲ ਟਰਮੀਡੋਲ ਲੈ ਕੇ ਚਿੱਟਾ ਸੇਮ ਤੁਸੀਂ ਉਹਨੂੰ ਦਿਹਾੜੀ ਦੀਆਂ 3 3 ਟਰਮੀਡੋਲ ਦੇ ਰਹੇ ਹੋ ਉਹ ਬੰਦੇ ਨੇ ਸਮਝੋ ਕਿ ਚਿੱਟੇ ਦੀ ਡੋਜ਼ ਲਈ ਐ ਨੋ ਕਾਉਂਸਲਿੰਗ ਨਾਥਿੰਗ ਐਟ ਆਲ ਸਿਰਫ ਟਰਮੀਡੋਲ ਦੇ ਕੇ ਉਹਨੂੰ ਸੁਵਾਈ ਰੱਖੋ ਉਹ ਕੀ ਕਰਦੇ 4-5 ਦਿਨ ਹਫਤਾ ਉੱਥੇ ਲਗਾਇਆ ਬਾਹਰ ਗਿਆ ਉਹਨੇ ਫਿਰ ਉਹੀ ਕਰਨਾ ਕਿਉਂਕਿ ਉਹਦਾ ਸਰੀਰ ਜਿਹੜਾ ਮੰਗੇਗਾ ਤੁਸੀਂ ਤੁਹਾਨੂੰ ਫਿਰ ਨਸ਼ਾ ਹੀ ਦਿੱਤਾ ਨਾ ਅੰਦਰ ਰੱਖ ਕੇ ਜਦੋਂ ਨਸ਼ਾ ਦੇ ਰਿਓ ਹੁਣ ਉੱਥੇ ਜਾਂ ਤਾਂ ਕਾਬਿਲ ਡਾਕਟਰਸ ਬਿਠਾਓ ਕਾਉਂਸਲਿੰਗ ਹੋਵੇ ਬਕਾਇਦਾ ਤੁਸੀਂ ਉਹਨੂੰ ਟਰਮੀਡੋਲ ਦੀ ਜਗ੍ਹਾ ਕੋਈ ਹੋਰ ਉਹਦਾ ਟ੍ਰੀਟਮੈਂਟ ਹੋਵੇ ਤਾਂ ਫਿਰ ਹੈ ਉੱਥੇ ਮਤਲਬ ਕੁਝ ਵੀ ਨਹੀਂ ਹੈ ਜਸ ਤੁਸੀਂ ਇੱਕ ਟਾਈਮ ਟਪਾ ਰਹੇ ਹੋ ਕਿ ਗਵਰਨਮੈਂਟ ਵੱਲੋਂ ਦੀ ਡੀ ਐਡਿਕਸ਼ਨ ਸੈਂਟਰ ਖੁੱਲੇ ਹੋਇਆ ਕੁਝ ਨਹੀਂ ਹੈਗਾ ਡੀ ਐਡਿਕਸ਼ਨ ਸੈਂਟਰਸ ਦੇ ਅੰਦਰ ਅੱਛਾ ਪ੍ਰਾਈਵੇਟ ਜਿਹੜੇ ਖੋਲੇ ਨੇ ਉਹ ਜ਼ਬਰਦਸਤ ਬਿਜ਼ਨਸ ਹੈ ਡੇ ਕੇਅਰ ਕਰ ਕੋਈ ਜਿਹਦਾ ਨਸ਼ਾ ਕਰ ਰਿਹਾ ਬੱਚਾ ਅਗਲਾ ਲੈ ਕੇ ਆਇਆ ਸਵੇਰੇ ਲੈ ਕੇ ਆਇਆ ਉਹਨੂੰ ਐਡਮਿਟ ਕਰਾਇਆ ਸ਼ਾਮ ਨੂੰ ਉਹਨਾਂ ਨੇ ਘਰੇ ਲੈ ਜਾਣਾ ਉਹਨਾਂ ਨੇ 5-7000 ਰੁਪਏ ਲੈ ਲੈਣਾ ਕੋਈ ਅਫਰਟ ਕਰ ਸਕਦਾ ਕੋਈ ਨਹੀਂ ਕਰ ਸਕਦਾ ਦਿੱਲੀ ਦਾ 5-15000 ਰੁਪਏ 7-7000 ਰੁਪਿਆ ਸੋ ਫਿਰ ਫਸੇ ਰਹਿੰਦੇ ਨੇ ਇੱਕ ਤਾਂ ਗਵਰਨਮੈਂਟ ਹੈ ਕਰੇ ਕਿ ਡੀ ਐਡਿਕਸ਼ਨ ਫ੍ਰੀ ਜਿਹੜੇ ਫ੍ਰੀ ਆਫ ਕਾਸਟ ਸਭ ਕੋਲ ਪਹੁੰਚੇ ਪਿੰਡਾਂ ਪਿੰਡਾਂ 'ਚ ਜਾ ਕੇ ਇਸ ਚੀਜ਼ ਦਾ ਸਰਵੇ ਹੋਵੇ ਉਹਨਾਂ ਬੱਚਿਆਂ ਨੂੰ ਉਹਨਾਂ ਜੇ ਕੋਈ ਵੀ ਹੈ ਕਿਉਂਕਿ ਜਿਹੜਾ ਡਰਗੇਸਟ ਹੈ ਨਾ ਉਹ ਉਹਨੂੰ ਬਹੁਤ ਜ਼ਿਆਦਾ ਕਾਉਂਸਲਿੰਗ ਦੀ ਜ਼ਰੂਰਤ ਹੁੰਦੀ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ yes yes right ਇੱਕ ਮਾਨਸਿਕ ਬਿਮਾਰੀ ਹੈ ਤੁਹਾਡੇ ਮੈਂਟਲੀ ਰਿਲੇਟਡ ਹੈ ਘਰ ਘਰ ਜਾ ਕੇ ਕਾਉਂਸਲਿੰਗ ਕਰਵਾਓ ਉਹ ਬੱਚਿਆਂ ਨੂੰ ਤਿਆਰ ਕਰੋ ਕਿ ਉਹ ਨਸ਼ਾ ਛੱਡਣ ਫਿਰ ਉਹਨਾਂ ਨੂੰ ਖੇਡਾਂ ਵੱਲ ਉਹਨਾਂ ਦੀ ਰੁਚੀ ਹੋਣੀ ਚਾਹੀਦੀ ਹੈ ਜਗਾ ਜਗਾ ਤੁਸੀਂ ਗਵਰਨਮੈਂਟ ਦੇ ਉਪਰਾਲੇ ਨੇ ਤੁਸੀਂ ਸਟੇਡੀਅਮ ਬਣਾ ਕੇ ਦਿਓ ਤੁਸੀਂ ਬੱਚਿਆਂ ਦੇ ਟੂਰਨਾਮੈਂਟ ਕਰਵਾਓ ਬਹੁਤ ਕੁਝ ਕਰਨ ਵਾਲਾ ਹੈਗਾ ਪੰਜਾਬ 'ਚ ਪਰ ਅਸੀਂ ਕਰ ਕੀ ਰਹੇ ਹਾਂ ਬੇਸਲੈਸ ਪੋਲਿਟਿਕਸ ਜਿਹਦਾ ਕੋਈ ਪੰਜਾਬ ਨੂੰ ਇੰਟਰਸਟ ਨਹੀਂ ਹੈ ਜਿਹਦਾ ਕੋਈ ਪੰਜਾਬ ਨੂੰ ਫਾਇਦਾ ਨਹੀਂ ਹੈ ਪੰਜਾਬ ਦੇ ਜਵਾਨੀ ਰੂਲਰੀ ਬੱਚੇ ਰੂਲਰੀ ਬਰਬਾਦ ਹੋ ਰਿਹਾ ਲੇਕਿਨ ਸਿਆਸਤਦਾਨ ਕਹਿੰਦੇ ਸਾਨੂੰ ਕੁਰਸੀ ਦੇ ਦਿਓ ਕਿਸੇ ਕੀਮਤ ਤੇ ਵੀ ਰਾਈਟ ਉਹ ਨਹੀਂ ਹੋਣਾ ਚਾਹੀਦਾ ਫਿਰ ਪ੍ਰਸ਼ਾਸਨ ਜਿਹੜਾ ਵੀ ਕੋਈ ਇਦਾਂ ਕਰਦਾ ਫੜਿਆ ਜਾਂਦਾ ਨੂੰ ਉਸੇ ਵale ਸਸਪੈਂਡ ਕਰੋ ਜਦ ਤੱਕ ਜੇ ਸਾਡੇ ਰਖਵਾਲੇ ਇਸ ਕੰਮ 'ਚ ਇਨਵੋਲਵ ਹੋਣਗੇ ਜਿਨ੍ਹਾਂ ਨੂੰ ਰੋਕਣਾ ਤਾਂ ਕਿੱਦਾਂ ਠੱਲ ਪੈ ਜੂਗੀ ਸਭ ਤੋਂ ਪਹਿਲੇ ਐਸੇ ਜਿਹੜੇ ਕਰਪਟ ਪੁਲਿਸ ਦੇ ਵਿੱਚ ਲੋਕ ਨੇ ਉਹਨਾਂ ਨੂੰ ਬਿਲਕੁਲ ਸਸਪੈਂਡ ਕਰ ਦੋ ਕੱਢ ਦੋ ਬਾਅਦ ਪਹਿਲੇ ਤਾਂ ਇਹਨਾਂ ਦੇ ਵੀ ਡੋਪ ਟੈਸਟ ਕਰਵਾਓ ਅੱਗੇ ਤੋਂ ਜ਼ਿਆਦਾ ਤਾਂ ਪੁਲਿਸ ਵਾਲੇ ਖੁਦ ਡਰੱਗਸ ਲੈ ਰਹੇ ਫੀਮ ਖਾ ਖਾ ਕੇ ਬੈਠੇ ਹੁੰਦੇ ਨੇ ਸੋ ਬੜੀਆਂ ਸਾਰੀਆਂ ਪ੍ਰੋਬਲਮਸ ਆ ਜੇ ਡਰੱਗਸ ਆ ਚੁੱਕੇ ਦੀ ਮੈਂ ਕਹਾਂ ਦੂਸਰੀ ਪਾਰਟੀ ਆ ਕੇ ਕਹੇਗੀ ਅੱਜ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰਦਾ ਹਾਂ ਤੇ ਸਰਾ ਸਰ ਝੂਠ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਐਫਰਟਸ ਚਾਲੇ ਪਏ ਬਣੇ ਐਨੀ ਮੈਂ ਕਿੰਦੀ ਕਿਸੇ ਹੋਰ ਸਟੇਟ ਚ ਨਸ਼ਾ ਨਹੀਂ ਹੈਗਾ ਕਰਦੇ ਨੇ ਲੋਕ ਲੇਕਿਨ ਪੰਜਾਬ ਪੰਜਾਬ ਦਾ ਨਾਮ ਇੱਕ ਬੜਾ ਖੂਬਸੂਰਤ ਸੀ ਪੰਜਾਬ ਦੇ ਗੱਭਰੂ ਜਵਾਨ ਖੇਡਾਂ ਤੋਂ ਜਾਣੇ ਜਾਂਦੇ ਸੀ ਪੰਜਾਬ ਦੇ ਗੱਭਰੂ ਜਵਾਨ ਮਤਲਬ ਹਰ ਜਗ੍ਹਾ ਫਰੀडम फाइਟਰ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਨਾ ਮੰਨਦਾ ਪੰਜਾਬ ਦੇ ਮਤਲਬ ਜਿਹੜੇ ਸਾਡੇ ਫਰੀडम फाइਟਰ ਸੀ ਲੇਕਿਨ ਜੀਐਸਸੀ ਅੱਜ ਦੇਖੋ ਤੇ ਅੱਜ ਲੋਕ ਲੋਕ ਮਤਲਬ ਉੜਦਾ ਪੰਜਾਬ ਬਣਾ ਰਹੇ ਨੇ ਹਨਾ ਤੁਹਾਡੀ ਪੂਰੇ ਵਰਲਡ ਦੇ ਵਿੱਚ ਇਹ ਕਹੋ ਜਾ ਰਹੀ ਹੈ ਮੈਂ ਕਿ ਪੰਜਾਬ ਨਸ਼ੇ 'ਚ ਡੁੱਬਿਆ ਪੰਜਾਬ ਨਸ਼ੇ 'ਚ ਡੁੱਬਿਆ ਕਿੱਦਾਂ ਅਸੀਂ ਨਿਕਲਾਂਗੇ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੂੰ ਮੈਂ ਕਹਾਂਗੀ ਵੀ ਪਿਆਰ ਕਰਨਾ ਹੈ ਆਪਣੇ ਆਪ ਨੂੰ ਕਰੋ ਖੇਡਾਂ ਨੂੰ ਕਰੋ ਮਾਪੇ ਬਾਪ ਨੂੰ ਕਰੋ ਹਨਾ ਕੈਰੀਅਰ ਨੂੰ ਕਰੋ ਤੁਸੀਂ ਇਹ ਕਿਹੜੇ ਚੱਕਰਾਂ 'ਚ ਪੈ ਜਾਂਦੇ ਹੋ ਅੱਛਾ ਹੁਣ ਆਪਾਂ ਦੇਖੀਏ ਨਾ ਤੇ ਇੱਕ ਮਾਨਸਿਕ ਬਿਮਾਰੀ ਔਰ ਇੱਕ ਇਹਦਾ ਰੀਜ਼ਨ ਹੈ ਮੈਂ ਐਵੀ ਤੁਹਾਡੇ ਸ਼ੋਅ ਦੇ ਜ਼ਰੀਏ ਕਹਿਣਾ ਚਾਹਾਂਗੀ ਵੈਸੇ ਤਾਂ ਚੜ ਬੜਾ ਓਪਨ ਆ ਰੀਜ਼ਨ ਮੈਂ ਦੱਸ ਰਹੀ ਹਾਂ ਤੁਹਾਨੂੰ ਕਿਉਂਕਿ ਪਰ ਮੇਰੀ ਜਿਹੜੇ ਹੈਗੇ ਆਪਣੇ ਡਾਕਟਰ ਨੇ ਸਾਈਕੋਲੋਜੀ ਵਾਲੇ ਉਹਨਾਂ ਨਾਲ ਇਸ ਗੱਲ ਦੀ ਡਿਸਕਸ਼ਨ ਹੋਈ ਸੀ ਕਿ ਨਸ਼ਾ ਇੱਕ ਹੋਰ ਰੀਜ਼ਨ ਹੁੰਦਾ ਜਿਹਦੇ ਕਰਕੇ ਆਉਂਦਾ ਹੈ ਜਿਹੜੇ ਸਾਡੇ ਨੌਜਵਾਨਾਂ ਦੇ ਵਿੱਚ ਮੋਸਟਲੀ ਕੀ ਹੁੰਦਾ ਹੈ ਕਿ ਮਿਸ ਗਾਈਡੈਂਸ ਜਦੋਂ ਕੋਈ ਨਿਊਲੀ ਜਿਹਨੂੰ ਆਪਾਂ ਕਹਿੰਦੇ ਡਰੱਗਸ ਦੇ ਵਿੱਚ ਆਉਂਦਾ ਹੈ ਫਰੈਂਡ ਸਰਕਲ ਚ ਕਿਹਾ ਜਾਂਦਾ ਕਿ ਤੂੰ ਡਰੱਗਸ ਲੈ ਕੇ ਵੈਨ ਐਵਰ ਯੂ ਐਂਟੀਮੇਟ ਵਿਦ ਯੋਰ ਪਾਰਟਨਰ ਹਨਾ ਤੇ ਤੁਸੀਂ ਉਸ ਚੀਜ਼ ਨੂੰ ਜ਼ਿਆਦਾ ਇੰਜੋਏ ਕਰੋਗੇ ਬੱਚੇ ਉਹ ਲੈਂਦੇ ਨੇ ਸ਼ੁਰੂਆਤ ਕਰਦੇ ਨੇ ਈਵਨ ਉਹਨਾਂ ਨੂੰ ਇਹ ਸੱਚ ਹੀ ਨਹੀਂ ਪਤਾ ਕਿ ਇਹਨੂੰ ਤੁਸੀਂ ਜਦੋਂ ਲਗਾਤਾਰ ਲੈਣਾ ਉਸ ਤੋਂ ਬਾਅਦ ਆਲ ਇਜ਼ ਫਿਨਿਸ਼ ਆਲ ਇਜ਼ ਫਿਨਿਸ਼ ਜੇਸ ਮਕਸਦ ਨਾਲ ਤੁਸੀਂ ਲਿਆ ਉਹ ਮਕਸਦ ਹੀ ਨਹੀਂ ਤੁਹਾਡਾ ਰਹਿਣਾ ਸੋ ਵਰਡ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਆਓ ਔਰ ਮੈਂ ਕਹਾਂਗਾ ਜਿਹੜੇ ਕਰਦੇ ਨੇ ਤੁਸੀਂ ਜੇ ਤੁਹਾਡੇ ਘਰ ਚ ਵਾਈਗੁਰਜੀ ਨਾ ਕਰਨ ਕੋਈ ਤਾਂ ਦਾ ਹੈਗਾ ਉਹਦੀ ਕਾਉਂਸਲਿੰਗ ਕਰੋ ਘਰ ਦੇ ਅਨੁਸਾਰ ਦੇਣਾ ਪਏਗਾ ਸਾਹਮਣਾ ਪਏਗਾ ਬਾਕੀ ਇਹ ਚੀਜ਼ਾਂ ਜਿਹੜੇ ਸਾਡੇ ਬੱਚੇ ਗਰੋ ਅਪ ਹੋ ਰਹੇ ਨੇ ਨੌਜਵਾਨ ਉਹਨਾਂ ਨੂੰ ਇਹ ਚੀਜ਼ਾਂ ਦੱਸੋ ਫ੍ਰੈਂਡਲੀ ਦੱਸੋ ਕਿ ਇਹ ਚੀਜ਼ ਨਾਲ ਇਦਾਂ ਕੁਝ ਨਹੀਂ ਹੋਣਾ ਤੁਸੀਂ ਫਿਜ਼ੀਕਲੀ ਫਿਟ ਹੋਣੇ ਚਾਹੀਦੇ ਹੋ ਖਾਓ ਪੀਓ ਖਰਾਕਾਂ ਖਾਓ ਥੈਨ ਯੂ ਕੈਨ ਇੰਜੋਏ ਯਰ ਲਾਈਫ ਰਾਈਟ ਨਾ ਕਿ ਡਰੱਗਸ ਦੇ ਨਾਲ ਤੁਸੀਂ ਆਪਣੀ ਲਾਈਫ ਨੂੰ ਇੰਜੋਏ ਕਰ ਰਹੇ ਹੋ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਇਹ ਸਮਝਾਉਣ ਦੀਆਂ ਸਮਝਣ ਦੀਆਂ ਜ਼ਰੂਰਤਾਂ ਸੀ ਬਹੁਤ ਕੁਝ ਕਰ ਸਕਦੇ ਹਾਂ ਚੰਗੇ ਲੋਕ ਸਾਹਮਣੇ ਆਉਣ ਸੰਸ ਸਾਰਾ ਕੁਝ ਸਰਕਾਰਾਂ ਤੇ ਨਾ ਨਾ ਸੁਟੀ ਐ ਇਹਨਾਂ ਨੇ ਤੇ ਜਿੰਨਾ ਕਰਨਾ ਉਹਨਾਂ ਨੇ ਕੀ ਕਰਨਾ ਹਾਂਜੀ ਹਾਂ ਜੀ ਹਾਂ ਮੈਮ ਤੁਸੀਂ ਪੰਜਾਬੀ ਬਹੁਤ ਖੂਬਸੂਰਤ ਬੋਲਦੇ ਹੋ ਵੈਸੇ ਤਾਂ ਦੇਖੋ ਮੈਂ ਵੀ ਕਹਿ ਰਹੀ ਮੇਰਾ 베ਸ ਯੂਪੀ ਦਾ ਆ ਮੈਂ ਉਹੀ ਕਹਣਾ ਸੀ ਮਿਰਟ ਤੋਂ ਤੁਹਾਡੀ ਨਾ ਜਨਮ ਸਥਾਨ ਮਿਰਟ ਆ ਨਹੀਂ ਮੇਰਾ ਜਨਮ ਸਥਾਨ ਜੰਮੂ ਕਸ਼ਮੀਰ ਆ ਜੰਮੂ ਕਸ਼ਮੀਰ ਐ ਯੈਸ ਮੇਰੇ ਫਾਦਰ ਕਰਨਲ ਸੀ ਉਸ ਟਾਈਮ ਜੰਮੂ ਸੀ ਅਸੀਂ ਪੋਸਟਡ ਜੰਮੂ ਕਸ਼ਮੀਰ ਦੈਨ ਮਿਰਟ ਅ ਮਿਰਟ ਮੇਰੀ ਬਾਕੀ ਸਾਰੀ ਐਜੂਕੇਸ਼ਨ ਐਂਡ ਆਲ ਮਿਰਟ ਤੋਂ ਬਟ ਲੇਕਿਨ ਪੰਜਾਬੀ ਮੈਨੂੰ ਐਕਚੁਅਲੀ ਇਹ ਮੈਂ ਕਹਾਂਗੀ ਮੇਰੀ ਪਾਰਟੀ ਦੀ ਦੇਣਾ ਐਜ਼ ਅਸਪੋਕਸ ਪਰਸਨ ਮੈਨੂੰ ਪੰਜਾਬੀ ਬੋਲ ਬੋਲ ਕੇ ਮੈਂ ਬਹੁਤ ਪਰਫੈਕਟ ਹੋ ਗਈ ਪੰਜਾਬੀ ਬੋਲਣ ਛੇ ਐਸੇ ਮੈਨੂੰ ਕੋਈ ਨਹੀਂ ਕਹਿੰਦਾ ਕਿ ਮੇਰੀ ਪੰਜਾਬੀ ਮਾੜੀ ਹੈ ਹਾਂ ਮੈਂ ਉਹੀ ਮੈਂ ਕਹਾਂ ਇਹ ਪਰ ਇੱਕ ਰਾਜ਼ ਦੱਸਦੀ ਕਿ ਮੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਹੈ ਅੱਛਾ ਪੜ੍ਹਨੀ ਆਉਂਦੀ ਹੈ ਲਿਖਣੀ ਨਹੀਂ ਆਉਂਦੀ ਪੜ੍ਹ ਲੈਣੀ ਹੈ ਲਿਖਣੀ ਨਹੀਂ ਆਉਂਦੀ ਲਿਖਣੀ ਦੇ ਵਿੱਚ ਵੀ ਪੜ੍ਹਨ ਚ ਵੀ ਮੇਰੇ ਮਦਰ ਲਿਨ ਦਾ ਆਦਿਕਾ ਨੇ ਮੈਨੂੰ ਸਿਖਾਇਆ ਲਿਖਣੀ ਵੀ ਸਿਖਾਈ ਸੀ ਬਟ ਲੇਕਿਨ ਹਾਲੇ ਵੀ ਮੈਂ ਉਹ ਜਿਹੜੇ ਸਿਆਰੀ ਬਿਆਰੀ ਔਰ ਜਿਹੜੇ ਨੀਚੇ ਉਹ ਦਾਲਦੇ ਉਹਨਾਂ ਤੇ ਕਨਫਿਊਜ਼ ਹੁੰਨੀ ਆ ਵੈਸੇ ਲਿਖ ਲੂੰਗੀ ਲੇਕਿਨ ਉੱਥੇ ਕਨਫਿਊਜ਼ ਹੋ ਜਾਂਦੇ ਨੇ ਮੈਮ ਜਿੰਨੇ ਵੀ ਫੀਮੇਲ ਗੈਸਟ ਆਏ ਨੇ ਸਾਰਿਆਂ ਨੇ ਆਪਣੀ ਮਾਂ ਦਾ ਜ਼ਿਕਰ ਕੀਤਾ ਤੁਸੀਂ ਪਹਿਲੇ ਹੋ ਮੈਂ ਦੇਖਿਆ ਤੁਸੀਂ ਹਰ ਗੱਲ 'ਚ ਮੇਰੇ ਮਦਰ ਇਨ ਲਾ ਨੇ ਉਹਨਾਂ ਨੇ ਲਿਖਣਾ ਸਾਇਆ ਮਦਰ ਇਨ ਲਾ ਨੇ ਬਨੋ ਕਰਾਇਆ ਸੀਰੀਅਸਲੀ ਮੇਰੀ ਮਾਂ ਤਾਂ ਮਤਲਬ ਲੋਕਾਂ ਨੇ ਮਾਂ ਕਹਿੰਦੇ ਹੋਣਗੇ ਪਰ ਮੇਰੇ ਲਈ ਮੇਰੀ ਮਾਂ ਅਸਲੀ ਹੋਈ ਹੈ ਮੈਂ ਤਾਂ ਇਹ ਹੀ ਅਰਦਾਸ ਕਰਾਂਗੀ ਕਿ ਵਾਹਿਗੁਰੂ ਜੀ ਉਹਨਾਂ ਦੀ ਹੋਰ ਲੰਬੀ ਉਮਰ ਕਰਨ ਤੇ ਮੈਂ ਚਾਹਨੀ ਕਿ ਮੈਂ ਮਤਲਬ ਮੇਰੇ ਸਿਰ ਤੇ ਹਮੇਸ਼ਾ ਉਹਨਾਂ ਦਾ ਹੱਥ ਰਹੇ ਯਾ ਐਜ਼ ਅ ਮਦਰ ਮੈਂ ਪੁੱਛਣਾ ਚਾਹਾਂਗਾ ਤੁਸੀਂ ਮੈਂ ਤਾਂ ਬੌਸ ਲੜੀ ਕਹੂੰਗਾ ਤੁਹਾਨੂੰ ਵੀ ਜਿਹੜੇ ਐਜ਼ ਅ ਵਰਕ ਵੀ ਸੰਭਾਲਨਾ ਤੁਹਾਡੇ ਇੱਕ ਬੇਟਾ ਤੇ ਬੇਟੀ ਹੈ ਨਾ ਜੀ ਬੇਟਾ ਔਰ ਬੇਟੀ ਕਿੱਦਾਂ ਅਪ ਬ੍ਰਿੰਗਿੰਗ ਹੋਈ ਅਪ ਬ੍ਰਿੰਗਿੰਗ ਜਿਹੜੀ ਉਹਨਾਂ ਦੀ ਹੋਈ ਹੈ ਨਾ ਅਮਨ ਜੀ ਮੈਂ ਤਾਂ ਇਹ ਕਹੂੰਗੀ ਚਲੋ ਜੀ ਜੇ ਅਗਰ ਕੋਈ ਸਮਝ ਸਕਦਾ ਹੋਵੇ ਤਾਂ ਜਰੂਰ ਸਮਝੇ ਅچھے ਤਰੀਕੇ ਨਾਲ ਵੈਨ ਜਦੋਂ ਮੇਰੀ ਬੇਟੀਆ ਪਹਿਲੇ ਅਮਰitsar ਹੀ ਸੀ ਸਾਡੇ ਇੱਥੇ ਉਹਨੇ ਸਟੱਡੀ ਕੀਤੀ ਬਹੁਤ ਸਟੱਡੀਰ ਹੈ ਟੱਚਵੁੱਡ ਮੈਕਨਿਮਨੋਨ ਨੇ ਅੱਜ ਠਿੱਕਰ ਪ੍ਰਾਊਡਫੁੱਲ ਫੀਲ ਕਰਵਾਇਆ ਹੈ ਬੇਟੀਆਂ ਹੁੰਦੀਆਂ ਹੀ ਬੜੀਆਂ ਪਿਆਰੀਆਂ ਕਹਿੰਦੇ ਜਿਸ ਘਰ 'ਚ ਬੇਟੀ ਹੋਵੇ ਬੜਾ ਬlesed ਘਰ ਹੁੰਦਾ ਉਹ ਔਰ ਉਸ ਤੋਂ ਬਾਅਦ ਕੀ ਜਦੋਂ ਟੀਨੇਜ ਚ ਆਈ ਜਦੋਂ ਮੈਂ ਕਹਿਣਾ ਚਾਹਾਂਗੀ ਜਦੋਂ ਬੱਚਾ ਤੁਹਾਡਾ ਟੀਨੇਜ ਚ ਆਂਦਾ ਨਾ 15 ਤੋਂ ਲੈ ਕੇ 18 ਸਾਲ ਤੱਕ ਜਾਂ 16 ਤੋਂ ਲੈ ਕੇ 18 ਸਾਲ ਤੱਕ ਕਰਦੀ ਇਸ ਚ ਉਸ ਟਾਈਮ ਜਿਹੜਾ ਮਾਂ ਦਾ ਬੜਾ ਵੱਡਾ ਰੋਲ ਹੁੰਦਾ ਬੱਚੇ ਦੀ ਜ਼ਿੰਦਗੀ ਦੇ ਵਿੱਚ ਮੈਂ ਮੰਨਦੀ ਆ ਜੋ ਮੇਰਾ ਮੰਨਣਾ ਹੈ ਕਿਉਂਕਿ ਦੇਖੋ ਫਾਦਰ ਬਾਹਰ ਹੈ ਔਰਨਿੰਗ ਹੈ ਉਹ ਆਪਣਾ ਕਮਾਈ ਕਰਕੇ ਲਿਆ ਰਿਹਾ ਉਹਨੇ ਦੇਣਾ ਲੇਕਿਨ ਮਾਂ ਬੱਚੇ ਨਾਲ ਬਹੁਤ ਟਾਈਮ ਸਪੈਂਡ ਕਰਦੀ ਹੈ ਹੁੰਦਾ ਕਿ ਹੈ ਕਿ ਬੇਟੀ ਹੈ ਬੇਟੀ ਨੂੰ ਸੰਸਕਾਰ ਦੇਣੇ ਵੀ ਜ਼ਰੂਰੀ ਹੈ ਜਿਵੇਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ ਸਿਰਫ ਡਿਗਰੀਆਂ ਕੰਮ ਨਹੀਂ ਆਉਂਦੀਆਂ 올 ਰੌਂਡਰ ਕਿਉਂਕਿ ਪਤਾ ਨਹੀਂ ਇਨ-ਲॉज ਕਿੱਦਾਂ ਦੇ ਕਈ ਵਾਰ ਇਦਾਂ ਦਾ ਹਸਬੰਦ ਵੀ ਪਸੰਦ ਕਰਦਾ ਕਿ ਵੀ ਤੁਹਾਡੇ ਹੱਥ ਦੀ ਰੋਟੀ ਖਾਣੀ ਹੈ ਤੇ ਜੇ ਬਣਾਉਣਾ ਨਹੀਂ ਆਂਦਾ ਹੋਗਾ ਫਿਰ ਲੜਾਈ ਸ਼ੁਰੂ ਹੋ ਜਾਏਗੀ ਤੇ ਸੋ ਇਸ ਤੋਂ ਬੈਟਰ ਹੈ ਕਿ ਸਭ ਕੁਝ ਆਉਣਾ ਚਾਹੀਦਾ ਹੈ ਜਦੋਂ ਮੇਰੀ ਬੇਟੀ 13 ਸਾਲ ਦੀ ਸੀ ਮੈਂ ਉਹਨੂੰ ਕਿਚਨ ਸੈਂਟਰ ਕਰਵਾਇਆ ਮੈਨੂੰ ਉਸ ਟਾਈਮ ਉਸ ਟਾਈਮ ਸਮਝਾਇਆ ਕਿ ਸਿਰਤ ਆਪਾਂ ਨਾ 올 ਰੌਂਡਰ ਬੰਨਣਾ ਹੈ ਤੁਸੀਂ ਡਿਗਰੀਆਂ ਜਿੰਨੀਆਂ ਮਰਜ਼ੀ ਲੈ ਲਿਓ ਮੈਨੂੰ ਬੜੀ ਖੁਸ਼ੀ ਹੈ ਕਿ ਤੂੰ ਪੜਦੀ ਹੈ ਆਲਵੇਜ਼ ਫਰਸਟ ਇਨ ਕਲਾਸ ਹੈ ਨਾ ਮੈਂ ਬੜਾ ਪ੍ਰਾਊਡ ਫੀਲ ਕਰਦੀ ਪਰ ਮੈਂ ਚਾਹਨੀ ਕਿ ਮੇਰੇ ਬੱਚੇ ਨੂੰ ਕੋਈ ਇਹ ਕਹੇ ਕਿ ਹਾਂ ਆਲ ਰਾਊਂਡਰ ਹੈ ਇਹਨੂੰ ਸਾਰਾ ਕੁਝ ਆਉਂਦਾ ਹੈ ਅੱਛਾ ਉਹ 19-20 ਸਾਰਾ ਕੁਝ ਸਿੱਖਿਆ ਅੱਜ ਬਹੁਤ ਵਧੀਆ ਬੈਸਟ ਕੁੱਕ ਹੈ ਫਰਾਂਸ ਦੇ ਅੰਦਰ ਨਿਊਰੋਸਾਇੰਸ ਪ੍ਰੋਫੈਸਰ ਹੈ ਵਾਈ ਗੁਰਜੀ ਦੀ ਬੜੀ ਮੇਰ ਹੈ ਔਰ ਹੁਣ ਖੁਦ ਉੱਥੇ ਦਾ ਆਪ ਦਾ ਉੱਥੇ ਬਿਜ਼ਨਸ ਸਕੂਲ ਖੋਲਣ ਲੱਗੀ ਹੈ ਫਰਾਂਸ ਦੇ ਅੰਦਰ ਤੇ ਸੋ ਇਹ ਸਾਰਾ ਕੁਝ ਮੈਨੂੰ ਲੱਗਦਾ ਹੈ ਕਿ ਉਹਦੇ ਤੇ ਵੀ ਵ ਇਹ ਯਾ ਮੈਨੂੰ ਇਹ ਲੱਗਦਾ ਕਿ ਔਲਾਦ ਤੁਹਾਡਾ ਸਭ ਤੋਂ ਵੱਡਾ ਤਨ ਹੁੰਦਾ ਜਾਂ ਮੈਂ ਜੋ ਕੁਝ ਥੋੜਾ ਬਹੁਤ ਵੀ ਅੱਛਾ ਕਰ ਰਹੀ ਆ ਸ਼ਾਇਦ ਉਮਰ ਕਰਮਾਂ ਦਾ ਫਲ ਆ ਕਿ ਜੋ ਮੈਨੂੰ ਇਦਾਂ ਲੱਗਾ ਕਿ ਹੋਣਾ ਚਾਹੀਦਾ ਹੁਣ ਦੂਸਰੀ ਦੀ ਗੱਲ ਕਰ ਲੋ ਬੇਟੇ ਦੀ ਜਿਹੜੇ ਬੇਟੇ ਹੁੰਦੇ ਆ ਉਹ ਮਾਂ ਦੇ ਬੜੇ ਲਾਡਲੇ ਜੀ ਵੀ ਹੁੰਦੇ ਓਵਰ ਪੈਂਪਰਿੰਗ ਕਰਦੀਆਂ ਮਾਵਾਂ ਉਹ ਮੇਰਾ ਬਹੁਤ ਲਾਡਲਾ ਹੈ ਬੜੀ ਓਵਰ ਪੈਂਪਰਿੰਗ ਹੁੰਦੀ ਹੈ ਲੇਕਿਨ ਕਿੱਥੇ ਜਾ ਕੇ ਮੈਨੂੰ ਮਹਿਸੂਸ ਹੋਇਆ ਬਿਕੋਜ਼ ਕਿ ਅਸੀਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆ ਰਾਈਟ ਉਨ ਕੀ ਹੈ ਕਿ ਕੇਸ ਕਤਲ ਕਰਵਾਇ ਦੇਦੇ ਅਸੀਂ ਸ਼ੌਂਕ ਨਾ ਕਰਵਾ ਦਿੰਦੇ ਹਾਂ ਬੱਚਿਆਂ ਦੇ ਜਦੋਂ ਸਟਾਰਟਿੰਗ ਦੇ ਵਿੱਚ ਹੀ ਬੱਚੇ ਛੋਟੇ ਹੁੰਦੇ ਆ ਜਦੋਂ ਛੋਟਾ ਸੀ ਨਾ ਮੈਂ ਵੀ ਉਸ ਟਾਈਮ ਮੈਨੂੰ ਆ ਲੱਗਾ ਕਿ ਨਹੀਂ ਨਹੀਂ ਸਕੂਲ ਜਾਣਾ ਮੇਰੇ ਕੋਲ ਇਨਾ ਟਾਈਮ ਨਹੀਂ ਹੈਗਾ ਇਹਦੇ ਹੇਅਰ ਕਟੋ ਜਨ ਬੈਸਟ ਹੈ ਓਕੇ ਹੈ ਵੀ ਮੈਂ ਇਹਨੂੰ ਤਿਆਰ ਕਰੂੰਗੀ ਚਲਾ ਜਾਏਗਾ ਅੱਛਾ ਉਸ ਟਾਈਮ ਉਹਦੇ ਮਨ ਦੇ ਅੰਦਰ ਐ ਸੀ ਕਿ ਵੀ ਤੁਸੀਂ ਮੇਰੇ ਵਾਲ ਕਟਵਾ ਰਹੇ ਹੋ ਬਾਬਾ ਜੀ ਗੁੱਸੇ ਹੋਣਗੇ ਕਿਉਂ ਕਟਵਾ ਰਹੇ ਹੋ ਯੈਸ ਜਦੋਂ ਛੋਟਾ ਹੀ ਸੀ ਉਸ ਟਾਈਮ ਮੈਂ ਬਵਾਦਰ ਨਹੀਂ ਕੀਤਾ ਮੈਂ ਕਿ ਨਹੀਂ 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 ਤੂੰ ਸਕੂਲ ਜਾਣਾ ਹੁੰਦਾ ਟਾਈਮ ਨਹੀਂ ਹੁੰਦਾ ਇਦਾਂ ਉਦਾਂ ਜਿਵੇਂ ਜਿਵੇਂ ਉਹ ਵੱਡ ਜਦੋਂ 15 ਸਾਲ ਦਾ ਹੋਇਆ ਨਾ ਉਹ 16 ਦਾ ਹੋ ਹੁਣ ਸੋਨਾ 16 ਸਾਲ ਦਾ ਹੈ ਤੇ ਮੈਂ ਉਹਨੂੰ ਫਿਰ ਕਹਿਣਾ ਸ਼ੁਰੂ ਕੀਤਾ ਮੈਂ ਕਿ ਮਨਵੀਰ ਹੁਣ ਨਾ ਤੂੰ ਆਪਣੇ ਵਾਲ ਰੱਖ ਲੈ ਯਾਰ ਚੰਗਾ ਨਹੀਂ ਲੱਗਦਾ ਬਸ ਇੱਕ ਫੈਮਿਲੀ ਤੋਂ ਹੈ ਹੁਣ ਉਹ 15 ਸਾਲ ਤੋਂ ਉਸ ਬੱਚੇ ਨੇ ਕੱਟ ਰੱਖੇ ਹੁਣ ਹੇਅਰਸਟਾਈਲ ਬਣਾ ਰਿਹਾ ਹੈ ਸਕੂਲ ਦੇ ਅੰਦਰ ਜਾ ਰਿਹਾ ਹੈ ਉਹਨੇ ਮੈਨੂੰ ਪੁਟ ਆਫ ਕਰਨਾ ਨਹੀਂ ਮੈਂ ਨਾ ਦਸੰਬਰ ਚ ਰੱਖ ਲਾਂਗਾ ਛੁੱਟੀਆਂ ਆਣਗੀਆਂ ਉਦੋਂ ਵੱਡੇ ਹੋ ਜਾਣਗੇ ਮੈਂ ਹੁਣ ਰੱਖ ਲੂੰਗਾ ਮੈਂ ਨਾ ਰੱਖ ਲੂੰਗਾ ਤੇ ਮੈਂ ਐਕਚੁਅਲੀ ਨਾ ਵਾਈ ਗੁਰਜੀ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦੀ ਹਾਂ ਬਾਬਾ ਦੀਪ ਸਿੰਘ ਜੀ ਤੇ ਮੇਰੀ ਇੱਕ ਅਰਦਾਸ ਪਤਾ ਨਹੀਂ ਉਹਨਾਂ ਨੇ ਕਿਵੇਂ ਅਮਨ ਸੁਣੀ ਇੱਕ ਮਾਂ ਦੀ ਅਰਦਾਸ ਮੈਂ ਗੁਰਦੁਆਰਾ ਸਾਹਿਬ ਗਈ ਮੈਂ ਅਰਦਾਸ ਕੀਤੀ ਜੋ ਮੈਂ ਮਾਹੌਲ ਦੇਖਿਆ ਕਿਉਂਕਿ ਉਹਦੇ ਸਕੂਲ ਨਾਲ ਰੀਸੈਂਟਲੀ ਕੇਸ ਹੋਇਆ ਸੀ ਕਿ 9th ਕਲਾਸ ਦਾ ਬੱਚਾ ਸਕੂਲ ਚੈੱਕ ਕਰਦੇ ਕਿ ਮੋਬਾਈਲ ਤੇ ਨਹੀਂ ਬੱਚੇ ਲੈ ਕੇ ਆਏ ਉਹਦੀ ਸੌਕਸ ਰਿਮੂਵ ਕਰਵਾਈ ਉਹਦੀ ਸੌਕਸ ਦੇ ਅੰਦਰ ਉਹਨਾਂ ਨੂੰ ਅਫੀਮ ਤੇ ਚਿੱਟੇ ਦੀਆਂ ਪੁੜੀਆਂ ਨਿਕਲੀਆਂ ਨਾਮਿਕ ਰਾਮੀ ਸਕੂਲ ਆ ਮੈਂ ਨਾਮ ਨਹੀਂ ਉਹਨਾਂ ਮੈਂਸ਼ਨ ਕਰਨਾ ਖੈਰ ਜਿਹੜੇ ਸੁਣ ਰਹੇ ਹੋਣਗੇ ਜਿਨ੍ਹਾਂ ਨੂੰ ਪਤਾ ਹੋਊਗਾ ਮੇਰਾ ਬੇਟਾ ਕਿੱਥੇ ਪੜ ਰਿਹਾ ਉਹ ਸਮਝ ਜਾਣਗੇ ਉਸ ਉਸ ਬੱਚੇ ਦੀ ਜੁਰਾਬ ਚੋਂ ਨਿਕਲਿਆ ਇਹਨੇ ਮੈਨੂੰ ਜਦੋਂ ਘਰ ਆ ਕੇ ਦੱਸਿਆ ਮਤਲਬ ਮੈਂ ਬਹੁਤ ਵਰੀਡ ਇਸ ਗੱਲ ਨੂੰ ਲੈ ਕੇ ਕਿ ਵੀ ਜੇ ਐਡੇ ਵੱਡੇ ਸਕੂਲਾਂ ਦਾ ਮਾਹੌਲ ਆਇਆ ਤੇ ਕੱਲ ਨੂੰ ਕੀ ਬਣੂਗਾ ਮੈਂ ਇਹ ਚੀਜ਼ ਦੇ ਅਰਦਾਸ ਗੁਰੂ ਮਹਾਰਾਜ ਜੀ ਅੱਗੇ ਕੀਤੀ ਕਿ ਵੀ ਮੇਰੇ ਕੋਲ ਤਾਂ ਬਾਬਾ ਜੀ ਇਨਾ ਟਾਈਮ ਨਹੀਂ ਹੈਗਾ ਪਰ ਮੈਂ ਇਹਨੂੰ ਕਿਵੇਂ ਸਾਂਭਾਂ ਕਿ ਵੀ ਕੱਲ ਨੂੰ ਇਹ ਵੱਡਾ ਹੋ ਰਿਹਾ ਏ ਸੇਜ ਦੇ ਵਿੱਚ ਤਾਂ ਇਹਨੂੰ ਸਾਂਭਣਾ ਬਹੁਤ ਜ਼ਰੂਰੀ ਹੈ ਤਾਂ ਮੈਂ ਇਹ ਇਹ ਅਰਦਾਸ ਕੀਤੀ ਉਸ ਦਿਨ ਉਹ ਪਤਾ ਹੀ ਨਹੀਂ ਮੈਨੂੰ ਆਪੇ ਆ ਕੇ ਕਹਿੰਦਾ ਕਿ ਮੈਨੇ ਨਾ ਹੁਣ ਵਾਲ ਨਹੀਂ ਕਟਾਉਣੇ ਮੈਂ ਮੈਂ ਕਿਹਾ ਅਚਨ ਮਤਲਬ ਮੈਂ ਕਿ ਤੈਨੂੰ ਕਿੰਨੇ ਕਿਹਾ ਕਹਿੰਦਾ ਨਹੀਂ ਮੈਨੇ ਨਹੀਂ ਕਟਾਣੀ ਨਹੀਂ ਹੈ ਅੱਛਾ ਉਹਨੇ 1 ਮਹੀਨਾ ਗਏ 2 ਮਹੀਨੇ ਗਏ 3 ਮਹੀਨੇ ਉਹਨੂੰ ਖੁਦ ਹੀ ਕੇਸ ਰੱਖ ਲੈ ਖੁਦ ਹੀ ਉਹਨੇ ਟਰਬਨ ਲਗਾਨੀ ਸ਼ੁਰੂ ਕਰ ਦਿੱਤੀ ਔਰ ਵਾਹਿਗੁਰੂ ਜੀ ਕੋਲ ਜਾਣਾ ਸ਼ੁਰੂ ਹੋਇਆ ਸਿਰਫ ਉਹਦੇ ਵਿੱਚ ਮੇਰਾ ਰੋਲ ਇੰਨਾ ਕੁ ਸੀ ਕਿ ਮੈਂ 1 ਮਹੀਨਾ ਉਹਦੀ ਕਾਉਂਸਲਿੰਗ ਕਰਦੀ ਰਹੀ ਗੁਰੂ ਮਹਾਰਾਜ ਜੀ ਦੇ ਬੱਚਿਆਂ ਦੀ ਸ਼ਹਾਦਤਾਂ ਦੱਸਦੀ ਰਹੀ ਕਿ ਮੈਨੂੰ ਐ ਮੈਂ ਤੁਹਾਨੂੰ ਇਸ ਲਈ ਦੱਸ ਰਹੀ ਆ ਕਿ ਜਦੋਂ ਮਾਂ ਕੋਲ ਟਾਈਮ ਹੁੰਦਾ ਨਾ ਕਿਉਂਕਿ ਮੇਰੇ ਕੋਲ ਟਾਈਮ ਹੁੰਦਾ ਰਾਤ ਨੂੰ ਉਹਦੇ ਨਾਲ ਸਪੈਂਡ ਕਰਨ ਨੂੰ ਜਦੋਂ ਅਸੀਂ ਮਾਂ ਪੁੱਤ ਵੇਲੇ ਹੋ ਕੇ ਬੈਠ ਗਏ ਮਿਰਕ ਨੂੰ ਸੁੱਤਾ ਕਿ بجائے ਮੈਂ ਆਪਣਾ ਮੋਬਾਈਲ ਲੈ ਕੇ ਮੋਬਾਈਲ ਦੇਖਾਂ ਮੈਂ ਉਸ ਨੂੰ ਸਟੋਰੀਆਂ ਦਸੀਆਂ ਸਾਰਾ ਕੁਝ ਦੱਸਿਆ ਕਿ ਕਿਉਂ ਅਸੀਂ ਕਹਿ ਰਹੇ ਹਾਂ ਕਿ ਸਿੱਖੀ ਸਾਨੂੰ ਨਹੀਂ ਛੱਡਣੀ ਬੱਚਿਆਂ ਨੇ ਆ ਕੀਤਾ ਸੀ ਸਹਜਾ ਦੇ ਇਦਾਂ ਸ਼ਹੀਦ ਹੋਏ ਸੀ ਉਹ ਕਿਤੇ ਨਾ ਕਿਤੇ ਉਹਦੇ ਮੰਤ ਤੇ ਉਹ ਚੀਜ਼ਾਂ ਅਸਰ ਕੀਤੀਆਂ ਕਿ ਬਈ ਇਹ ਹੋਇਆ ਤੇ ਮੈਂ ਇਹ ਕਹਿਣਾ ਚਾਹਾਂਗੀ ਮਾਵਾ ਨੂੰ ਕਿ ਆਪਣੇ ਬੱਚਿਆਂ ਨੂੰ ਆਪਾਂ ਥੋੜਾ ਜਿਹਾ ਟਾਈਮ ਦੇ ਕੇ ਨਾ ਜਿਵੇਂ ਪਹਿਲੀਆਂ ਪੁਰਾਣੀਆਂ ਮਾਵਾ ਹੁੰਦੀਆਂ ਸੀ ਦਾਦੀਆਂ ਹੁੰਦੀਆਂ ਚੰਗੀਆਂ ਚੰਗੀਆਂ ਸਟੋਰੀਆਂ ਸੁਣਾਉਂਦੀਆਂ ਸੀ ਕਹਾਣੀਆਂ ਸੁਣਾਉਂਦੀਆਂ ਸੀ ਉਹ ਸੁਣਾਈਏ ਤਾਂ ਕਿ ਬੱਚੇ ਜਿਹੜੇ ਸਿੱਧੀ ਰਾਹ ਨੂੰ ਜਾਣ ਬਹੁਤ ਖੂਬ ਨਮ ਬਹੁਤ ਖੂਬ ਅਚ ਜ ਮੈਂ ਥੋੜੀ ਜਿਹੀ ਸਵਾਲ ਹੋਰ ਰਹਿ ਗਏ ਮੇਰੇ ਜਿਵੇਂ ਹਿਊਮਨ ਰਾਈਟਸ ਦੀ ਗੱਲ ਕਰਾਂ ਜਾਂ ਮੈਂ ਸੁਣਿਆ ਊਮਨ ਵਿੰਗ ਦੇ ਚੇਅਰਮੈਨ ਨੇ ਜੀ ਮੈਨੂੰ ਬਹੁਤ ਸਰਲ ਤਰੀਕੇ ਨਾਲ ਸਮਝਾਓ ਵੀ ਹਿਊਮਨ ਰਾਈਟਸ ਕੀ ਹੁੰਦੇ ਨੇ ਤੇ ਉਹਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਜਾਂਦੇ ਨੇ ਅ ਅਮਨ ਹਿਊਮਨਸ ਰਾਈਟਸ ਸਭ ਤੋਂ ਪਹਿਲਾਂ ਇਹਦੀ ਸਟਾਰਟਿੰਗ ਹੋਈ ਸੀ 1920 ਦੇ ਵਿੱਚ ਜਦੋਂ ਕਿ ਕੁਝ ਯੂਰੋਪੀਅਨ ਕੰਟਰੀਸ ਸੀ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੇ ਵੋਟ ਪਾਉਣ ਦਾ ਹੱਕ ਔਰਤ ਨੂੰ ਨਹੀਂ ਸੀ ਓਕੇ ਉਸ ਟਾਈਮ ਉੱਥੇ ਕੁਝ ਲੇਡੀਜ਼ ਨੇ 100 ਲੇਡੀਜ਼ ਉੱਠ ਕੇ ਇੱਕ ਸੰਘਰਸ਼ ਜਾਰੀ ਕੀਤਾ ਸੀ ਐਜੀਟੇਸ਼ਨ ਤੇ ਆਈਆਂ ਸੀ ਉਸ ਸਰਕਾਰ ਦੇ ਖਿਲਾਫ ਕਿ ਸਾਨੂੰ ਵੋਟ ਪਾਉਣ ਦਾ ਹੱਕ ਮਿਲਣਾ ਚਾਹੀਦਾ ਉਹਨਾਂ ਦੀ ਇਹ ਹੜਤਾਲ ਚੱਲੀ ਫਿਰ ਜਿਸ ਦਿਨ ਉਹਨਾਂ ਦੀ ਹੜਤਾਲ ਖਤਮ ਹੋਈ ਉਸ ਦਿਨ ਇੱਕ ਮਤਾ ਪਾਸ ਹੋਇਆ ਕਿ ਤੁਸੀਂ ਇਹਨੂੰ ਹਿਊਮਨ ਰਾਈਟਸ ਦੇ ਨਾਲ ਮਨਾ ਸਕਦੇ ਹੋ ਅੱਛਾ ਫਿਰ ਉਸ ਤੋਂ ਬਾਅਦ ਐਕਟ ਬਣ ਗਿਆ ਸਾਡੇ ਸੰਵਿਧਾਨ ਦੇ ਅੰਦਰ ਸੰਵਿਧਾਨ ਵਿੱਚ ਉਸ ਐਕਟ ਦੇ ਅਕੋਰਡਿੰਗ ਸਾਨੂੰ ਰਾਈਟਸ ਦਿੱਤੇ ਗਏ ਨੇ ਫੰਡਮੈਂਟਲ ਰਾਈਟਸ ਐਂਡ ਹਿਊਮਨ ਰਾਈਟਸ ਤੇ ਉਹ ਰਾਈਟ ਸਾਨੂੰ ਹੈਗੇ ਰਾਈਟ ਆਫ ਇਕੁਐਲਟੀ ਰਾਈਟ ਆਫ ਸਪੀਚ ਰਾਈਟ ਆਫ ਫਰੀडम ਹਨਾ ਕਿ ਅਸੀਂ ਆਪਣੀ ਗੱਲ ਨੂੰ ਸੁਤੰਤਰਤਾ ਨਾਲ ਕਰ ਸਕਦੇ ਸਾਨੂੰ ਫਰੀडम ਹੈਗੀ ਆ ਕਿ ਮੈਂ ਹੁਣ ਆਪਣਾ ਹੁਣ ਪੱਖ ਰੱਖ ਰਹੀ ਆ ਇਹ ਮੇਰੇ ਰਾਈਟਸ ਨੇ ਮੈਂ ਰੱਖ ਸਕਦੀ ਆ ਠੀਕ ਹੈ ਫਰੀडम ਆਫ ਸਪੀਚ ਫਿਰ ਫਰੀडम ਆਫ ਤੁਹਾਨੂੰ ਕਿ ਰਿਲੀਜੀਅਸ ਦੇ ਅਬਾਊਟ ਕੋਈ ਤੁਸੀਂ ਆਪਣੇ ਧਰਮ ਦੇ ਬਾਰੇ ਗੱਲ ਕਰ ਸਕਦੇ ਹੋ ਜਿਵੇਂ ਹੁਣ ਇੱਥੇ ਕਹਿੰਦੇ ਜੀ ਕੋਈ ਗੱਲ ਕਰਦਾ ਸਿੱਖ ਧਰਮ ਦੀ ਤਾਂ ਐਨਐਸਏ ਲਾ ਦਿੰਦੇ ਆ ਉਹ ਵੈਸੇ ਸਾਡਾ ਉਹ ਬਹੁਤ ਵੱਡੀ ਹਿਊਮਨ ਰਾਈਟ ਵਾਇਲੇਸ਼ਨ ਆ ਸਾਨੂੰ ਰਾਈਟ ਆਇਆ ਸੀ ਸਿੱਖਿਆ ਅਸੀਂ ਆਪਦੇ ਗੱਲ ਕਰ ਸਕਦੇ ਆ ਆਪਦੇ ਧਰਮ ਦੇ ਬਾਰੇ ਜਿੰਨਾ ਮਰਜੀ ਪ੍ਰਚਾਰ ਕਰੀਏ ਉਹ ਸਾਡੇ ਰਾਈਟ ਬੰਦੇ ਆ ਪਰ ਚਲੋ ਸਾਡੀ ਬਦਕਿਸਮਤੀ ਕਿ ਐਨਐਸ ਇਲਾਕੇ ਅੰਦਰ ਸਾਡ ਦਿੱਤਾ ਜਾਂਦਾ ਦੂਸਰੇ ਫਿਰ ਉਸ ਤੋਂ ਬਾਅਦ ਹੈਗੀ ਤੁਹਾਡੇ এডਿਕੇਸ਼ਨ ਦਾ ਹੱਕ ਹੁਣ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਗਰੀਬ ਬੱਚਿਆਂ ਨੂੰ এডਿਕੇਸ਼ਨ ਦਾ ਹੱਕ ਹੈ ਤੁਸੀਂ ਕਿਸੇ ਵੀ ਤੁਹਾਨੂੰ ਕਾਲਜ ਦੇ ਅੰਦਰ ਸਕੂਲ ਦੇ ਅੰਦਰ ਐਡਮਿਸ਼ਨ ਨਹੀਂ ਮਿਲਦਾ ਉੱਥੇ ਵੀ ਹਿਊਮਨ ਰਾਈਟ ਵਾਇਲੇਸ਼ਨ ਹੈ ਕਿਉਂ ਨਹੀਂ ਮਿਲ ਰਿਹਾ ਉਸ ਚੀਜ਼ ਨੂੰ ਰੋਕਣਾ ਪੈਂਦਾ ਮੈਂ ਐਦਾਂ ਦੇ ਕੇਸਿਸ ਕਰਦੀ ਰਹਿੰਦੀ ਆ ਮੰਨ ਲਓ ਕਿ ਕੋਈ ਪਿੱਛੇ ਸੀ ਕੋਈ ਨਰਸਿੰਗ ਕਾਲਜ ਸੀ Okay, ओके जी ਉੱਥੇ ਉਹਦਾ ਸਰਟੀਫਿਕੇਟ ਦੇਣ ਲਈ ਉਹਦੇ ਕੋਲੇ ਪੈਸੇ ਮੰਗੇ ਜਾ ਰਹੇ ਸੀ ਇਸ ਕੁੜੀ ਨੇ ਲੀਵ ਕਰਨਾ ਸੀ ਉੱਥਾਂ 30 ਕੀ 60000 ਰੁਪਇਆ ਮੈਂ ਉਧਰ ਜਾ ਕੇ ਉਹਨਾਂ ਨੂੰ ਅਦਵਾਇਆ ਮੈਂ ਕਿਹਾ ਤੇ ਤੇ ਰਾਈਟਸ ਬੰਦੇ ਕਿਵੇਂ ਨਹੀਂ ਦੋਗੇ ਤੁਸੀਂ ਫਿਰ ਜਿਵੇਂ ਹੁਣ ਲਤੀਫਪੁਰੇ ਸੀ ਕਿੰਨੇ ਪਰਿਵਾਰ ਉਜਾੜੇ ਹਿਊਮਨਸ ਰਾਈਟ ਵਾਇਲੇਸ਼ਨ ਸੀ ਵਿਦਆਊਟ ਐਨੀ ਨੋਟਿਸ ਵਿਦਆਊਟ ਉਹ ਤੁਸੀਂ ਜਿਹੜੀ ਉਹ ਕਰਦੇ ਨੇ ਨਿਸ਼ਾਨ ਦਈ ਕੁਝ ਵੀ ਨਹੀਂ ਕੀਤਾ ਆ ਕੇ ਬੁਲਡੋਜ਼ਰ ਲਿਆਂਦੇ ਘਰ ਉਜਾੜ ਦਿੱਤੇ ਹਿਊਮਨਸ ਰਾਈਟ ਵਾਇਲੇਸ਼ਨ ਲਾਈਕ ਇਹ ਜਿਹੜੀਆਂ ਚੀਜ਼ਾਂ ਹਿਊਮਨਸ ਰਾਈਟ ਵਾਇਲੇਸ਼ਨ ਦੇ ਅੰਡਰ ਆਉਂਦੀਆਂ ਜੀ ਬਠਿੰਡਾ ਦੇ ਵਿੱਚ ਪੁੱਡਾ ਨੇ ਕਹਿ ਦਿੱਤਾ ਜੀ ਕਿਉਂਕਿ ਉਹ ਜ਼ਮੀਨ ਜਿਹੜੀ ਸੀ 1200 ਪਰਿਵਾਰ ਦੀ ਪੋਸ਼ ਏਰੀਆ ਨਾਲ ਮਿਲਣ ਲੱਗੀ ਤੇ ਉਹ ਕਿਸੇ ਟਾਈਮ ਦੇ ਉੱਤੇ ਜ਼ੀਰੋ ਸੀ ਉਹ ਜ਼ਮੀਨ ਮਤਲਬ ਉੱਥੇ ਸਲਮ ਸਲਮ ਏਰੀਆ ਹੈ ਬਹੁਤ ਗਰੀਬ ਲੋਕ ਰਹਿੰਦੇ ਆ ਦਿਹਾੜੀਦਾਰ ਲੋਕ ਰਹਿੰਦੇ ਆ ਉਹਨਾਂ ਦਾ ਅਜ 1200 ਪਰਿਵਾਰ ਪੁੱਡਾ ਨੇ ਕਿਹਾ ਜੀ ਇਹਨੂੰ ਤੋੜ ਦੋ ਔਰ ਉੱਥੇ ਕੀ ਲਾਲਚ ਦਿੱਤਾ ਗਿਆ ਕਿਉਂਕਿ ਗਰੀਬ ਬੰਦੇ ਸੀ ਅਨਐਜੂਕੇਟਿਡ ਆ ਨਹੀਂ ਪਤਾ ਫਾਰਮ ਫਿਲ ਕਰਵਾਏ ਜਾ ਰਹੇ ਆ ਕਿ ਤੁਹਾਨੂੰ ਫਲੈਟ ਦਿੱਤਾ ਜਾਏਗਾ ਲਾਟਰੀ ਨਿਕਲੇਗੀ ਉੱਥੇ ਤੁਹਾਡਾ ਫਲੈਟ ਨਿਕਲੇਗਾ ਉਹ ਖਬਰ ਮੇਰੇ ਤੱਕ ਆਈ ਕਿ ਮੈਮ ਇੱਥੇ ਆ ਹੋ ਰਿਹਾ ਮੈਂ ਗਈ ਮੈਨੂੰ ਨਹੀਂ ਜ਼ਰੂਰਤ ਹੈ ਦੋ ਜਣਿਆਂ ਦੀ ਚਾਰ ਜਣਿਆਂ ਦੀ ਮੇਰੇ ਨਾਲ ਟੀਮ ਜਾਓ ਜਾਂ ਕੁਝ ਮੇਰੀ ਆਵਾਜ਼ ਵਾਹਿਗੁਰੂ ਜੀ ਦੀ ਮੇਰੇ ਨਾਲ ਕੱਲੀ ਦੀ ਹੈਗੀ ਮੈਂ ਬੁਲੰਦ ਕਰ ਦੂੰਗੀ ਜਿੱਥੇ ਕਿਸੇ ਗਰੀਬ ਨਾਲ ਤੱਕਾ ਹੁੰਦਾ ਮੈਂ ਗਈ ਉੱਥੇ ਜਾ ਕੇ ਰੋਲਾ ਪਾਤਾ ਮੈਂ ਕਿ ਵੀ ਜੇ ਤੁਹਾਡੇ ਘਰਾਂ ਤੇ ਬੁਲਡੋਜ਼ਰ ਚੱਲੇਗਾ ਤੇ ਸਭ ਤੋਂ ਮੂਰੇ ਮੈਂ ਖੜੀ ਹੋਵਾਂਗੀ ਪਹਿਲੇ ਮੇਰੇ ਤੇ ਚੜਾਉਣਗੇ ਤੁਹਾਡੇ ਘਰ ਟੁੱਟਣਗੇ ਨਹੀਂ ਤਾਂ ਮੈਂ ਨਹੀਂ ਟੁੱਟਣ ਦਊਂਗੀ ਇਸ ਗੱਲ ਦਾ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਸਾਰਿਆਂ ਨੂੰ ਕਿਹਾ ਕਿ ਕੋਈ ਫਾਰਮ ਨਹੀਂ ਫਿਲ ਕਰੇਗਾ ਇਹ ਤੁਹਾਡੇ ਨਾਲ ਧੋਖਾ ਹੋ ਰਿਹਾ ਜੇ ਅਗਰ ਪੁੱਡਾ ਨੇ ਸਾਡੇ ਨਾਲ ਡੀਲ ਕਰਨੀ ਹੈ ਅੱਜ ਦੇ ਭਾਅ ਨਾਲ ਤੁਹਾਨੂੰ ਜ਼ਮੀਨ ਦੇ ਭਾਅ ਦੇ ਤੁਹਾਡੇ ਇੱਕ ਇੱਕ ਘਰ ਦਾ ਮੁੱਲ ਜਿਹੜਾ ਕਰੋੜਾਂ ਚ ਹੈ ਤੁਸੀਂ ਆਪਣੇ ਘਰ ਇਦਾਂ ਨਹੀਂ ਛੱਡੋਗੇ ਉਹਨਾਂ ਨੂੰ ਸਟੇਜ ਦਵਾਇਆ ਉਹਨਾਂ ਦੇ ਘਰ ਟੁੱਟਣੋਂ ਬਚਾਏ ਚਲੋ ਮੈਂ ਕਿ ਬਚਾਏ ਵਾਹਿਗੁਰੂ ਜੀ ਨੇ ਬਚਾਏ ਲੇਕਿਨ ਮੈਨੂੰ ਆਵਾਜ਼ ਬਣਾਇਆ ਇਦਾਂ ਬੜੀਆਂ ਸਾਰੀਆਂ ਹਿਊਮਨ ਰਾਈਟ ਵਾਇਲੇਸ਼ਨ ਹੈ ਜਿਵੇਂ ਇੱਥੋਂ ਇੱਕ ਲੜਕੀ ਸੀ ਅੰਮ੍ਰਿਤਸਰ ਦੀ ਹਾਂਜੀ ਦੁਬਈ ਭੇਜ ਦਿੱਤਾ ਉਹਨੂੰ ਕਿਸੇ ਨੇ ਏਜੰਟ ਨੇ ਆ ਕੇ ਕਹਿ ਕੇ ਕਿ ਭਈ ਤੁਹਾਨੂੰ ਉੱਥੇ ਸੈਲਰੀ ਬੇਸਿਸ ਤੇ ਕਿਸੇ ਦੇ ਘਰ ਕੰਮ ਕਰਨ ਲਈ ਉੱਥੇ 30 ਕਿ 40 ਹਜ਼ਾਰ ਰੁਪਿਆ ਤੁਹਾਨੂੰ ਪੇ ਮਿਲੇਗੀ ਚਲੋ ਇੱਕ ਇੱਕ ਮਤਲਬ ਜਿਹਨੂੰ ਕਹਿ ਲੋ ਕਿ ਆਪਾਂ ਨੀਡੀ ਪਰਿਵਾਰ ਲਈ ਹੁੰਦਾ ਹੈ ਕਿ ਬੀ 30 40 ਹਜ਼ਾਰ ਬੇਟੀ ਕਮਾਏਗੀ ਉੱਥੇ ਸਾਨੂੰ 10 20 ਹਜ਼ਾਰ ਮਾਂ ਨੂੰ ਭੇਜ ਦੇਗੀ ਕੁਝ ਵੀ ਉਹਨਾਂ ਨੇ ਭੇਜ ਦਿੱਤਾ ਉੱਥੇ ਜਾ ਕੇ ਲੜਕੀ ਦਾ ਪਾਸਪੋਰਟ ਲੈ ਲਿਆ ਉਹਨਾਂ ਨੇ ਅੱਗੇ ਜਾ ਕੇ ਕਿਸੇ ਸ਼ੇਖ ਨੂੰ ਵੇਚ ਦਿੱਤੀ ਅੱਛਾ ਔਰ ਉਹਨੂੰ ਇੰਨਾ ਟਾਰਚਰ ਉੱਥੇ ਕੀਤਾ ਗਿਆ ਫਿਜ਼ੀਕਲੀ ਸੈਕਸ਼ੂਅਲੀ ਮਤਲਬ ਬਹੁਤ ਬੁਰਾ ਹਾਲ ਉਸ ਬੱਚੇ ਦਾ ਕੀਤਾ ਗਿਆ ਈਵਨ ਕਿ ਉਹਨੂੰ ਰੋਜ਼ ਡਰੱਗਸ ਦੇਣੀ ਡਰਿੰਕ ਕਰਵਾਨੀ ਉਹਨਾਂ ਨੇ ਇਹ ਸਭ ਕੁਝ ਉਹਦੇ ਨਾਲ ਹੋਇਆ ਤੇ ਉਹਦੀਆਂ ਦੋਨ ਔਰ ਲੜਕੀ ਦੀ ਏਜ ਵੀ ਆਈ ਥਿੰਕ ਕਿ ਹਾਰਡਲੀ ਹੋਣੀ 19 ਸਾਲ ਦੀ ਬਹੁਤ ਛੋਟੀ ਉਮਰ ਮੈਨੂੰ ਸਾਡੇ ਕੋਈ ਚੈਨਲ ਤੋਂ ਹੀ ਸੀ ਉਹਨਾਂ ਤੇ ਕਰੇ ਕੋਈ ਖਬਰ ਪਹੁੰਚੀ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਮਿੱਥੇ ਆ ਗੱਲ ਹੋਈ ਹੈ ਹਨਾ ਅੰਮ੍ਰਿਤਸਰ ਦੀ ਬੱਚੀ ਮੈਂ ਉਹਨਾਂ ਦੇ ਘਰ ਗਈ ਉਹਦੇ ਮਦਰ ਨਾਲ ਗੱਲ ਕੀਤੀ ਉਹ ਤਾਂ ਰੋਈ ਜਾਣ ਸਾਰੇ ਜਾਨੇ ਘਰ ਦੇ ਵੀ ਹਾਲਾਤ ਵੰਦੀ ਅਸੀ ਕਿ ਵਿਚਾਰਿਆਂ ਕੋਲ ਇੱਕ ਮਤਲਬ ਮੰਜੀ ਵੀ ਨਹੀਂ ਸੀ ਬੈਠਣ ਲਈ ਜਿੰਨੋਂ ਅਸੀਂ ਕੰਮ ਆ ਇਦਾਂ ਦਾ ਵਿਚਾਰਾ ਪਰਿਵਾਰ ਹੁਣ ਇਹਦੇ ਚ ਅਸੀਂ ਕੀ ਸਮਝੇਗੇ ਉਹ ਵਿਚਾਰੀ ਕਿਉਂ ਗਈ ਹੈ ਨਾ ਉੱਥੇ ਉਹਨੇ ਮਜਬੂਰੀ ਨੂੰ ਗਈ ਫਿਰ ਉਸ ਤੋਂ ਬਾਅਦ ਮੀਨਾਕਸ਼ੀ ਲੇਖੀ ਜਿਹਨੂੰ ਮੈਂ ਮਿਲੀ ਜਿਹੜੀ ਸਾਡੇ ਵਿਦੇਸ਼ ਮੰਤਰੀ ਸਾਹਿਬ ਨੇ ਮੈਮ ਨੇ ਮੀਨਾਕਸ਼ੀ ਲੇਖੀ ਜੀ ਨੇ ਇਸ ਚ ਮੇਰੀ ਹੈਲਪ ਕੀਤੀ ਹੈ ਨਾ ਫਿਰ ਇੱਕ ਦੁਬਈ ਤੋਂ ਅਬਰਾਏ ਮਿਸਟਰ ਅਬਰਾਏ ਨੇ ਉਹਨਾਂ ਨੂੰ ਵੀ ਅਸੀਂ ਮਿਲੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਤੇ ਅਸੀਂ ਉਸ ਬੱਚੇ ਨੂੰ ਇੱਥੇ ਲਿਆਂਦਾ ਅੰਮ੍ਰਿਤਸਰ ਲਿਆਂਦਾ ਫਿਰ ਉਹਦਾ ਟ੍ਰੀਟਮੈਂਟ ਹੋਣ ਜਾ ਰਹੀ ਹੈ ਫਿਰ ਜਿਹੜੀਆਂ ਸੰਸਥਾਵਾਂ ਕਰ ਰਹੀਆਂ ਨੇ ਚੰਗੇ ਕੰਮ ਅਸੀਂ ਸਾਰੇ ਰਲ ਮਿਲ ਕੇ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਉਸ ਬੱਚੇ ਲਈ ਕਰ ਰਹੇ ਹਾਂ ਤਾਂ ਕਿ ਉਹਦੀਆਂ ਕਿਡਨੀਜ਼ ਦਾ ਇਲਾਜ ਹੋ ਸਕੇ ਮoi ਸੋਚਦਾ ਕਿੰਨੇ ਸਾਰੇ ਕੇਸ ਇਧਰ ਸਾਹਮਣੇ ਆ ਗਿਆ ਬਹੁਤ ਸਾਰੇ ਕਿੰਨੇ ਸਾਰੇ ਕੇਸ ਹੋਣਗੇ ਜਿਹੜੇ ਸਾਹਮਣੇ ਨਹੀਂ ਆਏ ਕੇਸ ਤਾਂ ਮਨ ਬਹੁਤ ਹੀ ਨੇ ਆ ਮੇਰੇ ਕੋਲ 2 ਦਿਨ ਪਹਿਲੇ ਦੀ ਗੱਲ ਹੈ ਇੱਕ ਮੱਧ ਪ੍ਰਦੇਸ਼ ਤੋਂ ਲੜਕੀ ਹੈ ਜੇ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਕਿ ਸੋਸ਼ਲ ਮੀਡੀਆ ਜੋ ਹੈ ਚੰਗਿਆਈਲੀ ਵੀ ਹੈ ਤੇ ਬੁਰਾਈਲੀ ਵੀ ਹੈ ਦੋਨੋਂ ਹੀ ਪੱਖ ਹੈਗੇ ਇਹਦੇ ਹੁਣ ਕੀ ਉਹ ਲੜਕੇ ਨੇ ਇਨਸਟਾ ਤੇ ਜੋ ਉਸ ਕੁੜੀ ਨੇ ਮੈਨੂੰ ਦੱਸਿਆ ਹਾਂਜੀ ਇਨਸਟਾ ਤੇ ਉਹਦੇ ਨਾਲ ਫਰੈਂਡਸ਼ਿਪ ਕੀਤੀ ਇੰਸਟਾਗ੍ਰam ਤੇ ਦੋਨੋਂ ਦੋਸਤ ਬਣ ਗਏ ਉਸਨੇ ਉਹਨੂੰ ਕਿਹਾ ਕਿ ਵੀ ਮੈਂ ਤੈਨੂੰ ਪਿਆਰ ਕਰਦਾ ਹਾਂ ਤੂੰ ਇੱਥੇ ਆ ਜਾ ਅੰਮ੍ਰਿਤਸਰ ਤੇ ਅਸੀਂ ਲੜਕੀ 20 ਸਾਲ ਦੀ ਹੈ Madhya Pradesh ਤੋਂ ਉਹ ਲੜਕੀ ਇੱਥੇ ਆ ਗਈ ਉਹਨੇ ਅੰਮ੍ਰਿਤਸਰ ਦੇ ਵਿੱਚ ਇੱਕ ਹੋਟਲ ਲਿਆ ਹੋਟਲ ਲੈ ਕੇ 3 ਦਿਨ ਉਸ ਬੱਚੇ ਨੂੰ ਰੱਖਿਆ ਲੜਕੀ ਨੂੰ 3 ਦਿਨ ਰੱਖ ਕੇ ਉਹਨੇ ਉਹਦੇ ਨਾਲ ਮਿਸਯੂਜ਼ ਕੀਤਾ ਉਸ ਕੁੜੀ ਦਾ 3 ਦਿਨ ਬਾਅਦ ਉਹਨੇ ਉਹਨੂੰ ਇਹ ਕਹਿ ਕੇ ਕਿ ਵੀ ਮੈਂ ਤੇਰੇ ਨਾਲ ਹਲੇ ਵਿਆਹ ਨਹੀਂ ਕਰਵਾ ਸਕਦਾ ਤੂੰ ਵਾਪਸ ਚਲੀ ਜਾ ਕਿਉਂਕਿ ਮੇਰੇ ਮਦਰ ਫਾਦਰ ਹਲੇ ਮੰਨ ਨਹੀਂ ਰਹੇ ਮੈਂ ਤੈਨੂੰ ਫੇਰ ਬੁਲਾ ਲੂੰਗਾ ਪਿਆਰ ਜਿਹੜਾ ਕੁੜੀਆਂ ਅੱਜਕੱਲ ਸਮਝਦੀਆਂ ਬੜੀ ਗੱਲ ਹੈ ਪਰ ਮੈਨੂੰ ਲੱਗਦਾ ਹੈ ਕਿ ਗਲਤ ਹੈ ਓਨਲੀ ਫਿਜ਼ੀਕਲ ਐਟ੍ਰੈਕਸ਼ਨਸ ਹੈਗੀਆਂ ਔਰ ਕੁਝ ਨਹੀਂ ਹੈਗਾ ਪਿਆਰ ਬਹੁਤ ਪ੍ਰੀਸ਼ੀਅਸ ਚੀਜ਼ ਆ ਉਹਨੂੰ ਸਮਝਣ ਦੀ ਲੋੜ ਹੈ ਅੱਛਾ ਉਹ ਚਲੀ ਗਈ ਵਾਪਿਸ ਉਹ ਫੇਰ ਆ ਗਈ ਦੁਬਾਰਾ ਲੇਕਿਨ ਉਹ ਫੇਰ ਆਈ ਤੇ ਮੁੰਡਾ ਉਹਨੂੰ ਮਿਲਿਆ ਨਹੀਂ ਉਹ ਫੇਰ ਚਲੀ ਗਈ ਵਾਪਿਸ ਥੈਨ ਕੀ ਹੋਇਆ ਉਸ ਲੜਕੇ ਨੇ ਜਿਹੜਾ ਤਿੰਨ ਦਿਨ ਉਸ ਲੜਕੀ ਨੂੰ ਇੱਥੇ ਰੱਖਿਆ ਸੀ ਉਹਦੀਆਂ ਵੀਡੀਓਜ਼ ਬਣਾਈਆਂ ਸੀ ਰੂਮ 'ਚ ਕੈਮਰਾ ਲਗਾ ਕੇ ਉਹਨੂੰ ਨਹੀਂ ਸੀ ਪਤਾ ਉਸ ਲੜਕੀ ਨੂੰ ਕਿਉਂਕਿ ਉਹ ਪਿਆਰ ਦੇ ਚੱਕਰ 'ਚ ਸਪੋਇਲ ਹੋਈ ਉਹ ਲੜਕੇ ਨੇ ਉਹਨੂੰ ਵੀਡੀਓ ਕਾਲ ਕਰਨੀਆਂ ਸ਼ੁਰੂ ਕੀਤੀਆਂ ਕਿ ਮੇਰਾ ਫਰੈਂਡ ਹੈ ਮੇਰਾ ਦੋਸਤ ਹੈ ਇਹਦੇ ਸਾਹਮਣੇ ਤੂੰ ਸਾਰੇ ਕੱਪੜੇ ਉਤਾਰ ਅਦਰ ਨਹੀਂ ਬਲੈਕਮੇਲਿੰਗ ਨਹੀਂ ਉਤਾਰੇਗੀ ਤੇ ਮੈਂ ਤੇਰੀਆਂ ਵੀਡੀਓਜ਼ ਵਾਇਰਲ ਕਰ ਰਿਆਂ ਤੂੰ ਮੈਨੂੰ ਇੰਨੇ ਪੈਸੇ ਭੇਜ ਨਹੀਂ ਤੇ ਮੈਂ ਇਹ ਕਰ ਰਿਆਂ ਉਹ ਉਹਦੀ ਮਦਰ ਉੱਥੇ ਕਾਰਪੋਰੇਸ਼ਨ ਦੇ ਆਫਿਸ 'ਚ ਜੌਬ ਕਰਦੀ ਲੜਕੀ ਔਰ ਉਹਦੀ ਮਦਰ ਹੀ ਹੈ ਮੱਧ ਪ੍ਰਦੇਸ਼ 'ਚ ਉਹਨੇ ਕਿੱਦਾਂ ਕਿੱਦਾਂ ਕਰਕੇ ਉਹਨੂੰ ਉਹਨੇ ਮੈਨੂੰ ਈਵਨ ट्रांजੈਕਸ਼ਨਸ ਦਿਖਾਈਆਂ ਕਦੀ 2000 ਭੇਜਿਆ ਕਦੀ 4000 ਭੇਜਿਆ ਉਸ ਬੱਚੇ ਨੇ ਕੁੜੀ ਤਾਂ ਮੰਗਾਉਂਦਾ ਰਿਹਾ ਉਹ ਕੁੜੀ ਕੋ ਮੰਗਾਉਂਦਾ ਰਿਹਾ ਕੁੜੀਆਂ ਨੂੰ ਭੇਜਦੀ ਵੀ ਰਹੀ ਕਿਸੇ ਵਾਸਤੇ ਨਹੀਂ ਕਿ ਵੀ ਮੇਰੀਆਂ ਵੀਡੀਓਜ਼ ਵਾਇਰਲ ਨਾ ਕਰੇ ਇਸ ਚੱਕਰ ਦੇ ਵਿੱਚ ਫਿਰ ਉਸ ਤੋਂ ਬਾਅਦ ਉਹਨੇ ਨਾ ਜਦੋਂ ਥੋੜਾ ਦੇ ਦੇ ਕੇ ਥੱਕ ਗਈ ਵੀ ਹੁਣ ਮੈਂ ਕਿੱਥੋਂ ਇਹਨੇ ਪੈਸੇ ਦਵਾਂ ਮਾਂ ਵੀ ਕੱਲੀ ਐ ਜੌਬ ਕਰ ਰਹੀ ਲੜਕੀ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੁਸਾਈਡ ਨੋਟ ਲਿਖ ਲਿਆ ਉਹਦੇ ਚ ਸਾਰਾ ਕੁਝ ਉਹਦੇ ਮਦਰ ਨੇ ਦੇਖ ਲਿਆ ਰੱਬ ਵੱਲੋਂ ਜਿਵੇਂ ਹੋਇਆ ਉਹਦੇ ਮਦਰ ਨੇ ਉਹਨੂੰ ਰੋਕਿਆ ਫਿਰ ਉਹਨਾਂ ਨੇ ਉਹਨੂੰ ਹੌਸਲਾ ਦਿੱਤਾ ਕਿ ਤੂੰ ਲੜਾਈ ਕਰ ਤੂੰ ਫਾਈਟ ਕਰਨੀ ਐ ਤੂੰ ਹਾਰਨਾ ਨਹੀਂ ਐ ਹਨਾ ਤੂੰ ਅੰਮ੍ਰਿਤਸਰ ਜਾ ਲੜਕੀ ਅੰਮ੍ਰਿਤਸਰ ਆਈ ਉਹ ਆ ਕੇ ਇਥੇ ਕਮਿਸ਼ਨਰ ਕੋਲ ਪੇਸ਼ ਹੋ ਗਈ ਕਿ ਵੀ ਆ ਮੋਬਾਈਲ ਨੰਬਰ ਐ ਇਹ ਲੜਕਾ ਐ ਇਹ ਉਹਦਾ ਆਧਾਰ ਕਾਰਡ ਐ ਸਭ ਕੁਝ ਦਿਖਾਇਆ ਉਹਨੇ ਕਿ ਵੀ ਐ ਮੇਰੇ ਇਹਦੇ ਕੋਲੇ ਮੇਰੀ ਵੀਡੀਓਜ਼ ਨੇ ਇਹ ਮੈਨੂੰ ਇਦਾਂ ਬਲੈਕਮੇਲ ਕਰ ਰਹਾ ਹੈ ਸੀਪੀ ਨੇ ਬੁਲਾ ਲਿਆ ਉਸ ਲੜਕੇ ਨੂੰ ਉਹਦੀ ਫੈਮਿਲੀ ਨੂੰ ਉਹਦਾ ਮੋਬਾਈਲ ਚੈੱਕ ਕੀਤਾ ਗਿਆ ਵੀਡੀਓਜ਼ ਉਹਦੇ ਮੋਬਾਈਲ ਚ ਸੀ 376 ਦਾ ਪਰਚਾ ਕੱਟਣ ਲੱਗਾ ਤੇ ਲੜਕੇ ਦੇ ਫਾਦਰ ਨੇ ਲੜਕੀ ਦੇ ਸਿਰ ਤੇ ਹੱਥ ਰੱਖ ਦਿੱਤਾ ਨਹੀਂ ਟੂ ਸਾਡੀ ਤੀ ਆ ਅਸੀਂ ਤੇਰਾ ਵਿਆਹ ਕਰ ਦਿੰਨੇ ਆ 376 ਦੇ ਪਰਚੇ ਤੋਂ ਬਚਣ ਲਈ ਵਿਆਹ ਕਰ ਦਿੰਦੇ ਆ ਉਹ ਛੋਟੀ ਉਮਰ ਹੈ ਬੱਚੇ ਦੀ ਨਾਲ ਉਹਨੂੰ ਲੱਗਾ ਪਤਾ ਨਹੀਂ ਸੱਚੀ ਮੁੱਚੀ ਚੰਗੇ ਲੋਕ ਹੋਣਗੇ ਜਿਹੜਾ ਗੱਲ ਕਹਿ ਰਹੇ ਨੇ ਉਹ ਤਿਆਰ ਹੋ ਗਈ ਆਨੰਦ ਕਾਰਜ ਹੋਇਆ ਉਹਦੀਆਂ ਫੋਟੋਜ਼ ਹਨ ਮੈਨੂੰ ਸਾਰਾ ਕੇਸ ਦਿੱਤਾ ਮੈਂ ਉੱਤੇ ਹੁਣ ਸਟੱਡੀ ਕਰ ਰਹੀ ਹਾਂ ਉੱਤੇ ਕੰਮ ਕਰ ਰਹੀ ਹਾਂ ਫੋਟੋਜ਼ ਵੀ ਸੀ ਆਨੰਦ ਕਾਰਜ ਹੋਇਆ ਸਭ ਕੁਝ ਹੋਇਆ ਹੁਣ ਲੜਕੇ ਦੇ ਪੇਰੈਂਟਸ ਕਹਿ ਰਹੇ ਆ ਕਿ ਵੀ ਅਸੀਂ ਆਪਣੀ ਬੇਟੀ ਦਾ ਵਿਆਹ ਕਰਨਾ ਹੈ ਸੋ ਤੈਨੂੰ ਥੋੜੇ ਦਿਨ ਲਈ ਸੈਪਰੇਟ ਕਿਸੇ ਰੈਂਟਲ ਤੁਹਾਨੂੰ ਦੋਵਾਂ ਨੂੰ ਰੱਖ ਦਿੰਨੇ ਤੁਸੀਂ ਉੱਥੇ ਰਹੋ ਕਿ ਜਦੋਂ ਬੇਟੀ ਦਾ ਵਿਆਹ ਹੋ ਜਾਏਗਾ ਤੁਹਾਨੂੰ ਘਰ ਲੈ ਆਵਾਂਗੇ ਕਹਿੰਦੀ ਓਕੇ ਉੱਥੇ ਰਹਿ ਪਏ 15 ਦਿਨ ਲੜਕਾ ਉਹਦੇ ਨਾਲ ਰਿਹਾ ਰੋਜ਼ ਉਹਨੂੰ ਕੁੱਟਦਾ ਰਿਹਾ ਮਾਰਦਾ ਰਿਹਾ ਜਿਸ ਘਰ ਦੇ ਵਿੱਚ ਉਹ ਰਹੇ ਲੋਕਾਂ ਨੇ ਆ 15 ਦਿਨ ਬਾਅਦ ਉਹ ਭੱਜ ਗਿਆ ਅੱਜ ਲਗਾਤਾਰ 2 ਮਹੀਨੇ ਹੋ ਗਏ ਨਾ ਤਾਂ ਉਹ ਆਇਆ ਲੜਕੀ ਨੇ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅੱਗੋਂ ਉਹਦੇ ਫਾਦਰ ਨੇ ਲੜਕੀ ਨੂੰ ਗਾਲਾਂ ਕੱਢੀਆਂ ਕਿ ਤੈਨੂੰ ਅਸੀਂ ਘਰ ਨਹੀਂ ਵਾੜਨਾ ਜੇ ਤੂੰ ਘਰ ਆਈ ਅਸੀਂ ਤੈਨੂੰ ਜਾਨ ਤੋਂ ਮਾਰ ਦਾਂਗੇ ਧਮਕੀਆਂ ਦਿੱਤੀਆਂ ਉਹਨੇ ਸਿਰ ਵੀ ਹਿੰਮਤ ਨਹੀਂ ਹਾਰੀ ਔਰ ਉਹ ਜਾ ਕੇ ਦਰਬਾਰ ਸਾਹਿਬ ਗੋਲਡਨ ਟੈਂਪਲ ਸਰਾਂ ਦੇ ਵਿੱਚ ਰਹਿਣਾ ਸ਼ੁਰੂ ਕਰਤਾ ਉੱਥੇ ਉੱਥੇ ਸੇਵਾ ਕਰ ਰਹੀ ਉੱਥੇ ਰਹਿ ਰਹੀ ਹੈ ਉਹ ਵੀ ਮੈਨੂੰ ਕਿਸੇ ਚੈਨਲ ਰਾਹੀਂ ਪਤਾ ਲੱਗਾ ਕਿ ਜਿਵੇਂ ਇੱਥੇ ਆ ਇਸ ਲੜਕੀ ਨਾਲ ਬੀਤੇ ਆ ਤੇ ਤੁਸੀਂ ਇਹਦੀ ਮਦਦ ਕਰੋ ਫਿਰ ਉਹਨੂੰ ਬੱਚੇ ਨੂੰ ਮੈਂ ਬੁਲਾਇਆ ਉਹਦੀ ਕਾਉਂਸਲਿੰਗ ਕੀਤੀ ਉਹਨੂੰ ਸਮਝਾਇਆ ਫਿਰ ਉਹਨੂੰ ਮੈਂ ਕਿਹਾ ਤੂੰ ਮੈਨੂੰ ਆਪਣਾ ਸਾਰਾ ਕੁਝ ਜੋ ਵੀ ਤੇਰੇ ਕੋਲ ਹੈਗਾ ਉਹ ਦੋ ਮੈਨੂੰ ਹਨਾ ਉਹਨੇ ਸਾਰੀ ਡਾਕੂਮੈਂਟ ਫਾਈਲ ਬਣਾ ਕੇ ਦਿੱਤੀ ਹੈ ਹੁਣ ਕੀ ਹੋਇਆ ਕਿ ਉਹਨੇ ਫਿਰ ਪਿੱਛੇ ਵੀ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਸ਼ਾਇਦ ਇੱਕ ਵੀਡੀਓ ਵੀ ਵਾਇਰਲ ਹੋਇਆ ਹੋਗਾ ਜ ਮੇ ਸਰ ਤੋ ਤੁਸੀਂ ਦੇਖਿਆ ਵੀ ਹੋਣਾ ਸੀਪੀ ਦੇ ਆਫਿਸ ਚ ਜਾ ਕੇ ਉਹਨੇ ਉੱਪਰੋ ਛਲਾਂਗ ਲਗਾਉਣ ਦੀ ਕੋਸ਼ਿਸ਼ ਕੀਤੀ ਉਸ ਲੜਕੀ ਨੇ ਮਾਈਟ ਬੀ ਮੈਂ ਵੀਡੀਓਜ਼ ਹਾਂ ਰੀਲਸ ਵਗੈਰਾ ਤੇ ਤਾਂ ਉਹੀ ਲੜਕੀ ਆ ਉਹ ਤੇ ਫਿਰ ਉਹਨੂੰ ਬੁਲਾ ਕੇ ਹੁਣ ਅਸੀਂ ਕੀ ਕੀਤਾ ਕਿ ਇੱਕ ਪੀਸੀ ਕੀਤੀ ਹੈ ਪੀਸੀ ਕਰਕੇ ਮੇਰਾ ਸਿਰਫ ਹੈ ਇਹ ਕਿਉਂਕਿ ਦੇਖੋ ਉੱਤੇ ਲੜਕੇ ਤੇ ਹੁਣ ਅਸੀਂ ਕੋਈ ਪਰਚਾ ਨਹੀਂ ਕਰਵਾ ਸਕਦੇ ਕਿਉਂਕਿ ਵਿਆਹ ਹੋ ਗਿਆ ਬਾਈ ਲਾ ਪਰ ਲੇਕਿਨ ਉਹਦੇ ਰਾਈਟਸ ਹੈ ਬੰਦੇ ਆ ਜੋ ਹਿਊਮਨਸ ਰਾਈਟਸ ਚਾਹੁੰਦੇ ਆ ਕਿ ਹੁਣ ਉਹਦੇ ਜਿਹੜੇ ਇਨ ਲਾਜ਼ ਹੈ ਉਹਨਾਂ ਨੂੰ ਉਹਨੂੰ ਆਪਣੇ ਘਰ ਰੱਖਣਾ ਪੈਣਾ ਉਹਨੂੰ ਖਰਚਾ ਦੇਣਾ ਪੈਣਾ ਕਿਉਂਕਿ ਉਹਨਾਂ ਦੇ ਬੱਚੇ ਦੇ ਨਾਲ ਵਿਆਹੀ ਹੋਈ ਹੈ ਆਨੰਦ ਕਾਰਜ ਹੋਏ ਉਹਨਾਂ ਦੇ ਹੱਥੀ ਹੋਏ ਹੈ ਜੋ ਉਹਦਾ ਹੱਕ ਬਣਦਾ ਹੈ ਮੈਂ ਇਸ ਚੀਜ਼ ਲਈ ਆਵਾਜ਼ ਚੁੱਕੀ ਆ ਹੁਣ ਮੈਂ ਸਿੱਪੀ ਨੂੰ ਇਹੀ ਕਿਹਾ ਸਾਡੇ ਸ਼ਰਧ ਜਿਹੜੇ ਨੇ ਕਿ ਇਸ ਲੜਕੀ ਨੂੰ ਐ ਜਸਟਿਸ ਮਿਲਣਾ ਚਾਹੀਦਾ ਆ ਅਦਰਵਾਈਜ਼ ਅਗਰ ਨਹੀਂ ਮਿਲਦਾ ਫਿਰ ਮੈਂ ਜਿਹੜਾ ਹੈ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਜਾਵਾਂਗੀ ਇਹਦੇ ਕੇਸ ਨੂੰ ਲੈ ਕੇ ਕਿਉਂਕਿ ਇਹਦੇ ਹੱਕਬੰਦੇ ਨੂੰ ਦਵਾਓ ਸੋ ਇਦਾਂ ਦੇ ਬੜੇ ਸਾਰੇ ਇਨਸੀਡੈਂਟ ਨੇ ਜਿਹੜਾ ਕੁੜੀਆਂ ਨਾਲ ਹੁੰਦੇ ਆ ਤਾਂ ਮੈਂ ਤਾਂ ਇਹ ਵੀ ਕਹਾਂਗੀ ਜਿਹੜੀਆਂ ਲੜਕੀਆਂ ਨੇ ਕਿ ਵੀ ਬਈ ਅਵੇਅਰ ਰਹਾ ਕਰੋ ਐਵੇਂ ਨਹੀਂ ਕਿ منہ ਚੱਕ ਕੇ ਕਿਸੇ ਨਾਲ ਵੀ ਦੋਸਤੀ ਕਰ ਲੋ ਔਰ ਪਿਆਰ ਦੇ ਚੱਕਰ ਚ ਪੈ ਕੇ ਆਪ ਦੇ ਆਪ ਨੂੰ ਸਪੋਇਲ ਕਰ ਲੋ ਤੁਸੀਂ ਦੇਖੋ ਅਗਰ ਉਸ ਲੜਕੀ ਨੇ ਆਪਣੀ ਲਾਈਫ ਸਪੋਇਲ ਨਾ ਕੀਤੀ ਉਸ ਲੜਕੇ ਨਾਲ ਤੇ ਅੱਜ ਉਹਨੂੰ ਆ ਦਿਨ ਨਾ ਦੇਖਣੇ ਪੈਂਦੇ ਉੱਥੇ ਧੱਕੇ ਖਾ ਰਹੀ ਹੈ ਅਮਰਸਰ ਦੇ ਅੰਦਰ ਸੋ ਸੋਸ਼ਲ ਮੀਡੀਆ ਦਾ ਸਹੀ ਯੂਜ਼ ਹੋਣਾ ਚਾਹੀਦਾ ਗਲਤ ਨਹੀਂ ਹੋਣਾ ਚਾਹੀਦਾ ਕਿੱਥੋਂ ਇੱਕ ਸਿਰਫ ਸੋਸ਼ਲ ਮੀਡੀਆ ਤੋਂ ਕਿਤੇ ਮੈਸਸ ਇੰਟੈਕਸਟ ਹੋਏ ਪੂਰੀ ਜ਼ਿੰਦਗੀ ਜ਼ਿੰਦਗੀ ਤਬਾਹ ਸਿਰਫ ਉਹਦੀ ਨਹੀਂ ਉਹਦੇ ਪਰਿਵਾਰ ਦੀ ਵੀ ਪਰਿਵਾਰ ਦੀ ਵੀ ਔਰ ਕੰਨੀ ਮਾਂ ਹੈ ਔਰ ਸੋਚੋ ਮਾਂ ਕੀ ਕਰ ਰਹੀ ਹੋਏਗੀ ਵਿਚਾਰੀ ਉਹ ਤੱਕੀ b3 ਹੋਏਗੀ ਔਰ ਫਿਰ ਇਦਾਂ ਦੀ ਬੱਚੀ ਦੇ ਵੀਡੀਓਜ਼ ਐ ਸਭ ਕੁਝ ਐ ਫਿਰ ਲੜਕੀ ਨੂੰ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਹੁਣ ਉਹਨਾਂ ਦਾ ਲੜਕਾ ਮਾਈਟ ਬੀ ਕਿ ਉਹਨਾਂ ਨੇ ਬਾਰੀਕ ਫੇਸ ਦਿੱਤਾ ਹੋਵੇ ਕੋਈ ਵੱਡੀ ਗੱਲ ਨਹੀਂ ਐ ਜਿਹਨੂੰ 2 ਦਿਨ ਮਹੀਨੇ ਹੋ ਗਏ ਨਹੀਂ ਆਇਆ ਪਰ ਸਪੋਇਲ ਕੌਣ ਹੋਇਆ ਲੜਕੀ ਹੋਈ ਨਾ ਫਿਰ ਇਸ ਕਰਕੇ ਲੜਕੀਆਂ ਨੂੰ ਸਮਝਦਾਰ ਬੰਨਣਾ ਚਾਹੀਦਾ ਪਿਆਰ ਪਿਓਰ ਜਿਹੜਾ ਹੈ ਮੇਰੇ ਮੇਰੇ ਖਿਆਲ ਨਾਲ ਅੱਜ ਦੀ ਦੁਨੀਆ 'ਚ ਬਹੁਤ ਘੱਟਕੁੱਟ ਵਾਲੇ ਕੇਸ ਹੀ ਮੈਂ ਦੇਖੇ ਐ ਪਿਆਰ ਬਹੁਤ ਪ੍ਰੀਸ਼ੀਅਸ ਚੀਜ਼ ਐ ਸਮਝਣ ਦੀ ਲੋੜ ਐ ਤੇ ਸੋ ਅਵੇਅਰ ਰਹੋ ਪਿਆਰ ਪਿਉਰ ਦੇ ਚੱਕਰਾਂ ਚ ਕਿਉਂਕਿ ਆ ਤਾਂ ਦੂਜੇ ਦਿਨ ਹੀ ਪਿਆਰ ਹੋ ਜਾਂਦਾ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਛੱਡੋ ਇਸ ਗੱਲ ਨੂੰ ਹੁਣ ਤਾਂ ਬਹੁਤ ਜ਼ਿਆਦਾ ਉਹ ਮਤਲਬ ਹੋ ਗਈਆਂ ਚੀਜ਼ਾਂ ਕਿ ਬਹੁਤ ਬਹੁਤ ਅੱਜ ਕੱਲ ਤਾਂ ਜਿਹੜਾ ਇਹ ਸੋਸ਼ਲ ਮੀਡੀਆ ਵਾਲਾ ਪਿਆਰ ਹੈ ਤੇ ਦੋ ਦਿਨ ਹੀ ਚੱਲਦਾ ਹੈ ਤੀਸਰੇ ਦਿਨ ਖਤਮ ਹੈ ਦੇਖੋ ਜਦੋਂ ਕੋਈ ਤੁਹਾਡੇ ਇਮੋਸ਼ਨਸ ਨਹੀਂ ਸਮਝਦਾ ਕੁਝ ਅੱਛਾ ਇਹਦੇ ਚ ਨੁਕਸਾਨ ਜ਼ਿਆਦਾ ਕੁੜੀਆਂ ਦਾ ਹੀ ਹੁੰਦਾ ਕਿਉਂਕਿ ਕੁੜੀਆਂ ਜਿਹੜੀਆਂ ਇਮੋਸ਼ਨਲ ਫੂਲ ਬਹੁਤ ਜਲਦੀ ਬਣਦੀਆਂ ਔਰ ਬਹੁਤ ਜਲਦੀ ਅਟੈਚ ਹੁੰਦੀਆਂ ਬॉयਜ਼ ਦਾ ਕੁਝ ਨਹੀਂ ਜਾਂਦਾ ਉਹ ਸੋਚੋਗੇ ਕਿ ਦੇ 1% ਹੋਗਾ ਜਿਹੜਾ ਹ ਉਹ ਆਪਣਾ ਮਤਲਬ ਯੂਜ਼ ਕਰਨ ਤੋਂ ਬਾਅਦ ਉਹ ਕਹਿੰਦੇ ਓਕੇ ਆ ਫਿਰ ਮਜਬੂਰੀਆਂ ਗਨਾਨੀਆਂ ਸ਼ੁਰੂ ਹੋ ਜਾਂਦੇ ਐ ਅੱਜ ਮੇਰੀ ਆ ਮਜਬੂਰੀ ਐ ਅੱਜ ਮੇਰੇ ਪੇਰੈਂਟਸ ਦੀ ਮਜਬੂਰੀ ਐ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਮੈਂ ਆ ਨਹੀਂ ਕਰ ਸਕਦਾ ਤੇ ਉਸ ਤੋਂ ਬਾਅਦ ਉਹ ਸੁਸਾਈਡ ਕਰਨ ਨੂੰ ਤਰਪਿੰਦੀਆਂ ਹੂੰ ਸੋ ਸੋਸ਼ਲ ਮੀਡੀਆ ਦਾ ਯੂਜ਼ ਬਾਰਬਾਰ ਆਈ ਕਹਾਂਗੇ ਸਹੀ ਕਰੋ ਪਿਆਰ ਜਿਹੜਾ ਹੈ ਕਰਨਾ ਹੈ ਬਾਅਦ ਚ ਕਰੋ ਪਹਿਲੇ ਆਪਣੇ ਪੈਰਾਂ ਤੇ ਖੜੇ ਹੋ ਜਾਓ ਪੈਰਾਂ ਤੇ ਖੜੇ ਹੋ ਕੇ ਇੰਨੇ ਕੁ ਤੁਸੀਂ ਸક્ષਮ ਹੋ ਜਾਓ ਅਰਨਿੰਗ ਹੈਂਡ ਹੋ ਜਾਓ ਕਿ ਤੁਹਾਨੂੰ ਕੱਲ ਨੂੰ ਕੋਈ ਰੱਬ ਨਾ ਕਰੇ ਤੁਹਾਡੇ ਸਿਰ ਤੇ ਐਸੀ ਕੋਈ ਮੁਸੀਬਤ ਆਂਦੀ ਐ ਤੁਸੀਂ ਉਹ ਨਾਲ ਲੜਨ ਚੁੱਕੇ ਹੋ ਸੋ ਹਜੇ ਵੀ ਮੈਂ ਇਹ ਕਹਣਾ ਹੁਣ ਕਿ ਊਮੈਨਸ ਦਾ ਵੀ ਲੜਾਈ ਬਹੁਤ ਪਿਛਲੇ ਸਾਲਾਂ ਤੋਂ ਚੱਲਦੀ ਆ ਰਹੀ ਆ ਹਜੇ ਵੀ ਮੈਨੂੰ ਲੱਗਦਾ 50 ਸਾਲ ਹੋਰ ਲੱਗਣਗੇ 100 ਸਾਲ ਕੋਈ ਨਹੀਂ ਜੇ ਅਸੀਂ 15ਵੀਂ ਸਦੀ ਦੀ ਗੱਲ ਕਰੀਏ ਗੁਰੂ ਨਾਨਕ ਪਾਸ਼ਾ ਨੇ ਪਹਿਲੀ ਵਾਰੀ ਔਰਤ ਨੂੰ ਸਭ ਤੋਂ ਪਹਿਲੇ ਦਰਜਾ ਸਮਾਜ ਦੇ ਵਿੱਚ ਉਹਨਾਂ ਨੇ ਦਿੱਤਾ ਸੀ ਜਦੋਂ ਔਰਤ ਦੀ ਦਸ਼ਾ ਆਇਆ ਸੀ ਕਿ ਉਹਨੂੰ ਸਤੀ ਕਰ ਦਿੱਤਾ ਜਾਂਦਾ ਸੀ ਤੇ ਗੁਰੂ ਮਹਾਰਾਜ ਜੀ ਨੇ ਜਗ ਜਨਨੀ ਕਹਿ ਕੇ ਔਰਤ ਨੂੰ ਉਹਦਾ ਹੱਕ ਦਿੱਤਾ ਸੀ ਕਿ ਇਹ ਜਗ ਜਨਨੀ ਹੈ ਸੋ ਕੋ ਮੰਦਾ ਕੇ ਜ ਜੰਮੇ ਰਾਜਨ ਉਸ ਟਾਈਮ ਗੁਰੂ ਮਹਾਰਾਜ ਜੀ ਇੱਕ ਹਿਊਮਨ ਰਾਈਟ ਐਕਟੀਵਿਸਟ ਸੀ ਇੱਕ ਬੈਸਟ ਸੋਸ਼ਲ ਵਰਕਰ ਸੀ ਗੁਰੂ ਨਾਨਕ ਪਾਸ਼ਾ ਤੇ ਉਹਨਾਂ ਨੇ ਔਰਤ ਨੂੰ ਉਹ ਦਰਜਾ ਦੇ ਕੇ ਸੀ ਬੇਬੀ ਨਾਨਕੀ ਨੂੰ ਉਹਨਾਂ ਨੇ ਸਭ ਤੋਂ ਪਹਿਲੇ ਦਰਜਾ ਦਿੱਤਾ ਸੀ ਸੋ ਔਰਤ ਦੇ ਹਾਲ ਉਸ ਟਾਈਮ ਤੋਂ ਲੜਦੀ ਆ ਰਹੀ ਤੇ ਅੱਜ ਵੀ ਸਮਾਜ ਦੇ ਵਿੱਚ ਅਸੀਂ ਜਿੰਨਾ ਮਰਜ਼ੀ ਕਹਿ ਲਈਏ ਲੋਕ ਵੂਮਨਸ ਡੇ ਸੈਲੀਬ੍ਰੇਟ ਕਰਦੇ ਕੁਝ ਵੀ ਕਾਗ ਜਾਂਚਿਆ ਅੱਜ ਵੀ ਔਰਤ ਦੀ ਆਵਾਜ਼ ਬੁਲੰਦ ਨਹੀਂ ਹੁੰਦੀ ਔਰਤ ਕਿਤੇ ਨਾ ਕਿਤੇ ਉਹਦਾ ਸ਼ੋਸ਼ਣ ਹੋ ਰਿਹਾ ਹੈ ਚਾਹੇ ਆ ਜੋ ਅਰਨਿੰਗ ਹੈ ਕਿਸੇ ਫੀਲਡ ਚ ਹੈ ਉੱਥੇ ਵੀ ਉਹਨੂੰ ਸਪੋਇਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਸ਼ੋਸ਼ਣ ਕੀਤਾ ਜਾਂਦਾ ਹੈ ਬੇਟੀਆਂ ਤੁਸੀਂ ਆ ਹੁਣ ਰੀਸੈਂਟਲੀ ਦੇਖ ਲਓ 6 ਸਾਲ ਦੀ ਬੱਚੀ ਨਾਲ ਬਲਦਕਾਰ ਹੋਇਆ ਬੇਰਹਿਮੀ ਨਾਲ ਕਤਲ ਹੋ ਗਿਆ ਕਿੱਥੇ ਬੇਟੀਆਂ ਸੇਫ ਨੇ ਕਹਿ ਦਈਦਾ ਬਰਾਬਰ ਨੇ ਤੁਸੀਂ ਅੱਜ ਦੇ ਮਾਹੌਲ ਚ ਮੈਨੂੰ ਦੱਸੋ ਕਿ 12 ਵਜੇ ਆਪਣੀ ਬੇਟੀ ਨੂੰ ਕੱਲਿਆਂ ਘਰੋਂ ਬਾਹਰ ਕੱਢ ਸਕਦੇ ਨਹੀਂ ਕੱਢ ਸਕਦੇ ਕਿਵੇਂ ਬੇਟੀਆਂ ਦੇ ਬਰਾਬਰ ਹੋ ਗਿਆ ਬੇਟੇ ਤੇ 12 ਵਜੇ ਵੀ ਆ ਜਾਂਦੇ ਸੋ ਉਹਦੇ ਵਿੱਚ ਵੀ ਗੱਲ ਉੱਥੇ ਆ ਜਾਂਦੀ ਹੈ ਕਿ ਪਰਵਰਿਸ਼ ਬੇਟੇ ਨੂੰ ਇਹ ਜਿਹੜੀ ਹੈ ਸਿੱਖਿਆ ਦਿਓ ਕਿ ਤੁਹਾਡੇ ਨਾਲ ਪੜਨ ਵਾਲੀ ਤੁਹਾਡੇ ਨਾਲ ਤੁਹਾਡੀ ਸਾਥੀ ਵਟ ਐਵਰ ਸਮਾਜ ਦੇ ਵਿੱਚ ਕੋਈ ਵੀ ਲੜਕੀ ਜਿਹੜੀ ਤੁਹਾਡੇ ਨਾਲ ਹੈ ਉਹਨੂੰ ਇੱਜ਼ਤ ਦਿਓ ਉਹਦਾ ਸਤਿਕਾਰ ਕਰੋ ਜੇ ਸਾਡੇ ਮੁੰਡੇ ਇਸ ਚੀਜ਼ ਨੂੰ ਸਮਝਦੇ ਆ ਬੇਟੇ ਸਮਝਦੇ ਆ ਤੇ ਫਿਰ ਮੈਨੂੰ ਲੱਗਦਾ ਰੇਪ ਰੂਫ ਦੇ ਕੇਸਿਸ ਜਾਂ ਇਹ ਚੀਜ਼ਾਂ ਬਹੁਤ ਘੱਟ ਜਾਣਗੇ ਜੀ ਮੈਮ ਤੁਹਾਡੀ ਐਨਜੀਓ ਆ ਆਪਕੇ ਸਾਥ ਜੀ ਉਹਦੇ ਵਿੱਚ ਕੀ ਕੀ ਵਰਕ ਹੁੰਦੇ ਨੇ ਤੇ ਕਿਸ ਉਹਨਾਂ ਦਾ ਆਬਜੈਕਟਿਵ ਕੀ ਹੈ ਆਪਕੇ ਸਾਧਾ ਆਪਕੇ ਸਾਧਾ ਹੈਲਪਿੰਗ ਹੈਂਡ ਮਤਲਬ ਹੀ ਇਹ ਹੈ ਕਿ ਦਾ ਕਿ ਤੁਹਾਡੇ ਨਾਲ ਆ ਸਾਡੇ ਹੱਥ ਨੇ ਰਾਈਟ ਇਸ ਦੇ ਵਿੱਚ ਮੈਂ ਕਦੀ ਆ ਨਹੀਂ ਕਹਿੰਦੀ ਕਿ ਕੋਈ ਗਰੀਬ ਪਰਿਵਾਰ ਗਰੀਬ ਨਹੀਂ ਕੋਈ ਵੀ ਹੁੰਦਾ ਜ਼ਰੂਰਤ ਹੁੰਦੀ ਕਿਸੇ ਨੂੰ ਵੀ ਇਹਦੇ ਵਿੱਚ ਜ਼ਰੂਰਤਮੰਦ ਪਰਿਵਾਰ ਜਿਹੜੇ ਬੱਚੇ ਪੜਨਾ ਚਾਹੁੰਦੇ ਐ ਉਹਨਾਂ ਦੀ ਐਜੂਕੇਸ਼ਨ ਤੇ ਕੰਮ ਕੀਤਾ ਜਾਂਦਾ ਅਗਰ ਉਹ ਵਟਐਵਰ ਕਿ ਉਹਨਾਂ ਨੂੰ ਫੀਸ ਦੀ ਦਿੱਕਤ ਹੈ ਉਹਨਾਂ ਦੀ ਫੀਸ ਜੋ ਜਿੰਨੇ ਜੋਗੇ ਸੀ ਹੈਗੇ ਸਾਡੀ ਸੰਸਥਾ ਕਰ ਰਹੀ ਹੈ ਯਾਂ ਸਕੂਲ ਕਾਲਜਿਸ ਚ ਜਾ ਜਾ ਕੇ ਜਾਂ ਗਵਰਨਮੈਂਟ ਸਕੂਲਸ ਦੇ ਅੰਦਰ ਕਿਉਂਕਿ ਪਿੰਡਾਂ ਤੋਂ ਬੱਚੇ ਆਏ ਹੁੰਦੇ ਆ ਸਟੇਸ਼ਨਰੀ ਬੈਗਸ ਜੋ ਵੀ ਉਹਨਾਂ ਦੀ ਨੀਡਸ ਹੈਗੀਆਂ ਮਤਲਬ ਐਜੂਕੇਸ਼ਨਲ ਸੰਬੰਧਿਤ ਕਿਸੇ ਨੂੰ ਐਡਮਿਸ਼ਨ ਨਹੀਂ ਮਿਲ ਰਿਹਾ ਕੁਝ ਨਹੀਂ ਹੋ ਰਿਹਾ ਸਭ ਕੁਝ ਕਰਾਉਣਾ ਮੈਨੂੰ ਇਹ ਲੱਗਦਾ ਕਿ ਬੱਚਿਆਂ ਨੂੰ ਕਿਤਾਬਾਂ ਤੇ ਪੈਨ ਫੜਾ ਕੇ ਅਸੀਂ ਅੱਛੇ ਇੱਕ ਨਾਗਰਿਕ ਬਣਾ ਸਕਦੇ ਆ ਤੇ ਬੱਚੇ ਜਿਹੜਾ ਐਜੂਕੇਸ਼ਨ ਦਾ ਹੱਕ ਹੈ ਉਹ ਤੋਂ ਵਾਂਝੇ ਨਾ ਰਹਿ ਜਾਣ ਕਿਉਂਕਿ ਜੇ ਸਾਡੇ ਬੱਚੇ ਪੜੇ ਲਿਖੇ ਹੋਣਗੇ ਤਾਂ ਹੀ ਸਮਾਜ ਸੋਨਾ ਬਣ ਸਕਦਾ ਸੋ ਮੇਰਾ ਮੇਨ ਫੋਕਸ ਜਾਂ ਮੇਰਾ ਮੇਨ ਅਜੰਡਾ ਮੇਰੇ ਐ এনਜੀਓ ਦਾ ਇਹ ਹੈਗਾ ਕਿ ਬੱਚਿਆਂ ਦੀ ਐਜੂਕੇਸ਼ਨ ਤੇ ਕੰਮ ਕੀਤਾ ਜਾਵੇ ਉਹ ਮੈਂ ਕਰ ਰਹੀ ਹਾਂ ਉਸ ਤੋਂ ਇਲਾਵਾ ਅਸੀਂ ਬਹੁਤ ਸਾਰੀਆਂ ਸੋਸ਼ਲ ਸਰਵਿਸਿਜ਼ ਜੋ ਵੀ ਹੁੰਦੀਆਂ ਅਸੀਂ ਕਰ ਰਹੇ ਹਾਂ ਕੁਝ ਮੈਂ ਅਵਰਧ ਆਸ਼ਰਮ ਨੇ ਜਿਹੜੇ ਅਡਾਪਟ ਕੀਤੇ ਹੋਏ ਨੇ ਕਿਉਂਕਿ ਉੱਥੇ ਵੀ ਜਾ ਕੇ ਦੇਖੀਦਾ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੂੰ ਇਸ ਉਮਰ 'ਚ ਜ਼ਰੂਰਤ ਹੁੰਦੀ ਸਭ ਤੋਂ ਜ਼ਿਆਦਾ ਆਪਣਿਆਂ ਦੀ ਤੇ ਉਹ ਇਕੱਲੇ ਹੁੰਦੇ ਨੇ ਬੜੀਆਂ achhi achhiyan families ਦੇ ਜਿਹੜੇ ਲੋਕ ਨੇ ਬੱਚੇ ਉਹਨਾਂ ਨੂੰ ਉੱਥੇ ਛੱਡ ਜਾਂਦੇ ਨੇ ਉਹ ਵੀ ਮੈਨੂੰ ਬਹੁਤ ਦੁੱਖ ਲੱਗਦਾ ਅਮਨ ਸੀਰੀਅਸਲੀ ਕਿ ਜਿਹੜੇ ਮਾਪੇ ਨੇ ਇੰਨਾ ਵੱਡਾ ਤੁਹਾਨੂੰ ਕੀਤਾ ਹੁੰਦਾ ਜਦੋਂ ਉਹ ਤੁਹਾਡੇ ਮਤਲਬ ਟਾਈਮ ਹੁੰਦਾ ਕਿ ਤੁਹਾਨੂੰ ਹਾਜ਼ਦਾ ਖੇਡਦਾ ਵੇਖਣ ਪੁੱਤਰੇ ਪੁੱਤਰੀਆਂ 'ਚ ਰਹਿਣ ਤੁਸੀਂ ਉਸ ਟਾਈਮ ਤੁਹਾਡੇ ਕੋਲ ਟਾਈਮ ਨਾ ਹੋਣ ਕਰਕੇ ਵੀ ਕਈ ਉੱਥੇ ਛੱਡ ਗਏ ਨੇ ਉਹ ਉੱਥੇ ਮੰਥਲੀ ਪੇ ਕਰਦੇ ਨੇ ਆ ਕੇ ਜੇ ਅਸੀਂ ਮੰਥਲੀ ਪੇ ਕਰ ਦਾਂਗੇ ਪਰ ਤੁਸੀਂ ਰਿਸ਼ਤਿਆਂ ਤੋਂ ਤੇ ਦੂਰ ਕਰਤਾ ਉਹਨਾਂ ਨੂੰ ਔਰ ਰੋਂਦੇ ਨੇ ਉਹਨਾਂ ਨੂੰ ਰੋਂਦੇ ਹੋਇਆ ਅਸੀਂ ਦੇਖਦੇ ਆਂ ਔਰ ਤੁਸੀਂ ਮੰਨੋ ਕਿ ਉਹ ਕਹਿੰਦੇ ਕਿ ਤੁਸੀਂ ਲੋਕ ਆਂਦੇ ਹੋ ਸਾਨੂੰ ਬਹੁਤ ਖੁਸ਼ੀ ਹੈ ਬਟ ਲੇਕਿਨ ਸਾਡਾ ਦਿਲ ਕਰਦਾ ਪੁੱਤਰੇ ਹੋਣ ਪੁੱਤਰੀਆਂ ਹੋਣ ਉਹਨਾਂ 'ਚ ਖੇਡੀਏ ਪਰ ਬੜੀਆਂ ਸਾਰੀਆਂ ਐਸੀਆਂ ਸਮਾਜ ਦੀਆਂ ਗੱਲਾਂ ਸੀ ਉਹਨਾਂ ਨੂੰ ਦੇਖ ਕੇ ਬਹੁਤ ਦੁੱਖ ਵੀ ਲੱਗਦਾ ਔਰ ਮੈਨੂੰ ਲੱਗਦਾ ਹੋਣਾ ਨਹੀਂ ਚਾਹੀਦਾ ਅਸੀਂ ਵੀ ਕੱਲ ਨੂੰ ਮਾਵਾ-ਬਾਪ ਬਣੇ ਆਂ ਕੱਲ ਨੂੰ ਅੱਗੇ ਜਨਰੇਸ਼ਨਸ ਨੇ ਵੀ ਬੰਨਾ ਪਰ ਅਸੀਂ ਰੋਲ ਮਾਡਲ ਹੁੰਨੇ ਆਂ ਤੇ ਜੋ ਅਸੀਂ ਬੀਜਦੇ ਆਂ ਉਹ ਸਾਨੂੰ ਕਟਣਾ ਜ਼ਰੂਰ ਪੈਂਦਾ ਰਾਈਟ ਤੇ ਆਪਣੇ ਪੇਰੈਂਟਸ ਦਾ ਸਤਿਕਾਰ ਕਰੋ ਤੁਹਾਨੂੰ ਜੰਮਿਆ ਪਾਲਿਆ ਔਰ ਮਾਵਾ-ਬਾ ਕੋਈ ਵੈਲਿਊਸ਼ਨ ਨਹੀਂ ਹੋ ਸਕਦਾ ਦੁਨੀਆ ਦੇ ਵਿੱਚ ਤੁਹਾਡਾ ਡੈਫੀਨਿਟਲੀ ਮੈਂ ਤੇ ਸੋ 올ਡੇਜ਼ ਹੋਮ ਹੈਗੇ ਅਡਾਪਟ ਕੀਤੇ ਹੋਏ ਉਸ ਤੋਂ ਇਲਾਵਾ ਕੁਝ ਪਿੰਗਲਵਾੜਾ ਵਗੈਰਾ ਇੱਥੇ ਜਿਹੜੇ ਸਪੈਸ਼ਲ ਚਾਈਲਡ ਹੁੰਦੇ ਆ ਮੈਨੂੰ ਉਹਨਾਂ ਨਾਲ ਮਿਲਣਾ ਬਹੁਤ ਅੱਛਾ ਲੱਗਦਾ ਹੈ ਔਰ ਮੇਰੀ ਬੜੀ ਅਟੈਚਮੈਂਟ ਉੱਥੋਂ ਦੇ ਬੱਚਿਆਂ ਨਾਲ ਉੱਥੇ ਇੱਕ ਬੱਚਾ ਹੈ ਜਿਹਨੂੰ ਮੈਂ ਲਗਾਤਾਰ 3 ਸਾਲ ਤੋਂ ਮਿਲ ਰਹੀ ਹਾਂ ਜਦੋਂ ਛੋਟੀ ਜੀ ਸੀਦਾ ਨਾਮ ਹਰਮਨ ਹੈ ਨਾਉ ਸੁਣ ਸਕਦੀ ਹੈ ਨਾਉ ਬੋਲ ਸਕਦੀ ਹੈ ਨਾ ਹੀ ਉਹਦਾ ਦਿਮਾਗ ਦਾ ਕੋਈ ਵਰਕ ਹੈਗਾ ਸ਼ੀ ਇਸ ਸਟਿਲ ਔਨ ਬੈਡ ਰਾਈਟ ਲੇਕਿਨ ਮੈਂ ਜਦ ਵੀ ਅਮਨ ਜਾਂਦੀ ਆ ਉਹ ਬੱਚਾ ਮੇਰੇ ਕੋਲ ਮੇਰੇ ਕੋਲ ਪਿਕਚਰਸ ਹੈਗੇ ਆ ਮੈਂ ਤੁਹਾਨੂੰ ਦਿਖਾ ਸਕਦੀ ਆ ਉਹ ਮੈਂ ਜਦੋਂ ਵੀ ਜਾਵਾਂਗੀ ਮੇਰੇ ਕੋਲ ਉਹਦੀ ਲਗਾਤਾਰ 3 ਸਾਲ ਦੀਆਂ ਪਿਕਚਰਸ ਨੇ ਮੈਂ ਜਦੋਂ ਜਾਂਦੀ ਉਹ ਬੈੱਡ ਤੋਂ ਉੱਠ ਕੇ ਨਾ ਮੈਨੂੰ ਹੱਕ ਕਰ ਲੇਗੀ ਔਰ ਉਹ ਐਸੇ ਕਰੇਗੀ ਔਰ ਮੈਂ ਫਿਰ 3 ਦਿਨ ਮੇਰੇ ਦਿਮਾਗ 'ਚੋਂ ਹਰਮਨ ਨਹੀਂ ਜਾਏਗੀ ਜਦੋਂ ਉਹਨੂੰ ਮੈਂ ਮਿਲ ਕੇ ਆਉਂਗੀ ਕਿਉਂਕਿ ਮੈਨੂੰ ਲੱਗਦਾ ਇਹ ਮੈਨੂੰ ਕੀ ਕਹਿਣਾ ਚਾਹੁੰਦੀ ਹੈ ਨਾ ਤੋਂ ਸੁਣ ਸਕਦੀ ਨਾ ਬੋਲ ਸਕਦੀ ਨਾ ਉਹਦਾ ਦਿਮਾਗ ਵਰਕ ਕਰ ਰਿਹਾ ਬਟ ਉਹਦਾ ਮੇਰੇ ਨਾਲ ਪਤਾ ਨਹੀਂ ਕੀ ਕਨੈਕਸ਼ਨ ਹੈ ਆਈ ਡੋਨਟ ਨੋ ਮੈਂ ਹੁਣ ਵੀ ਉਹਨੂੰ ਪਿੱਛੇ ਮਿਲ ਕੇ ਆਈ ਆ ਮੇਰਾ ਬਰਥਡੇ ਸੀ ਉਸ ਦਿਨ ਮੈਂ ਸੈਲੀਬ੍ਰੇਟ ਉਹਨਾਂ ਨਾਲ ਹੀ ਸਭ ਤੋਂ ਪਹਿਲੇ ਕਰਦੀ ਆ ਤੇ ਉਸ ਦਿਨ ਵੀ ਸੇਮ ਉਹੀ ਰਿਪੀਟ ਮੈਂ ਉਹਨਾਂ ਨੂੰ ਮਿਲਣ ਗਈ ਉਹਦੇ ਰੂਮ 'ਚ ਉਹ ਉੱਠ ਕੇ ਫਿਰ ਮੇਰੇ ਨਾਲ ਇਦਾਂ ਹੀ ਪਤਾ ਨਹੀਂ ਕੁਝ ਹੁੰਦੇ ਰਿਸ਼ਤੇ ਇਦਾਂ ਦੇ ਜਿਨ੍ਹਾਂ ਦਾ ਕੋਈ ਨਾਮ ਨਹੀਂ ਹੁੰਦਾ ਲੇਕਿਨ ਰੂਹ ਨਾਲ ਕਨੈਕਟਡ ਹੁੰਦੇ ਨੇ ਵਾਹ ਮੈਨੂੰ ਤੁਹਾਨੂੰ ਇਨੀ ਬਲੇਸਿੰਗਸ ਐਨਾ ਪਿਆਰ ਮਿਲਦਾ ਮੈਂ ਸੱਚੀ ਸੀਰੀਅਸਲੀ ਤੁਹਾਡੀ ਚੈਨਲ ਰਹੀ ਆ ਇਹ ਵੀ ਕਹਿਣਾ ਚਾਹਾਂਗੀ ਸਾਰੇ ਜਿੰਨੇ ਵੀ ਜਾਣੇ ਜਿਹੜੇ ਮੈਨੂੰ ਪਿਆਰ ਕਰਦੇ ਐ ਸੱਚ ਗੱਲ ਆ ਕਿ ਮੈਂ ਉਹਨਾਂ ਦੀ ਬਹੁਤ ਰਣੀ ਆ ਕਰਜ਼ਦਾਰਾਂ ਮੈਨੂੰ ਸੀਰੀਅਸਲੀ ਬਹੁਤ ਮਾਨ ਸਤਕਾਰ ਤੇ ਪਿਆਰ ਮਿਲਿਆ ਮੈਂ ਇਵਨ ਕਿਸੇ ਸਿਟੀ ਚ ਚਲ ਜਾਾਂਗੀ ਕਿਸੇ ਨੂੰ ਪਤਾ ਹੁੰਦਾ ਕਿ ਮੈਂ ਆ ਰਹੇ ਨੇ ਮੈਨੂੰ ਕਾਲਿੰਗ ਸ਼ੁਰੂ ਹੋ ਜਾਈਂਦੀਆਂ ਘਰੋਂ ਹੋ ਕੇ ਜਾਣਾ ਇਦਾਂ ਨਹੀਂ ਜਾਣਾ ਕੱਲ ਮੈਂ ਲੁਧਿਆਣੇ ਗਈ ਮੈਂ ਤਿੰਨ ਪਰਿਵਾਰ ਮਿਲ ਕੇ ਆਈ ਔਰ ਮੈਨੂੰ ਇੰਨਾ ਕੁ ਉਹਨਾਂ ਨੇ ਪਿਆਰ ਮਾਨ ਸਤਕਾਰ ਦਿੱਤਾ ਤੇ ਸੋ ਮੈਂ ਸਾਰਿਆਂ ਦੀ ਬਹੁਤ ਥੈਂਕਸਫੁਲ ਆ ਔਰ ਮੈਨੂੰ ਇਹ ਲੱਗਦਾ ਜੋ ਉਮੀਦਾਂ ਮੇਰੇ ਤੋਂ ਰੱਖ ਰਹੇ ਨੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਮੈਂ ਉੱਤੇ ਫੁੱਲਫਿਲ ਹੋਵਾਂ ਯੈਸ ਮੈਮ ਲਾਸਟ ਦੋ ਦੋ ਸਵਾਲ ਨੇ ਮੇਰੇ ਜੀ ਫਸਟ ਮੈਂ ਪੁੱ ਵੇ ਪਰਟੀਕੂਲਰ ਗੋਲ ਕੀਆ ਹੂੰ ਲਾਈਫ ਦਾ ਮੇਰਾ ਗੋਲ ਹੈਗਾ ਸਿਰਫ ਔਰ ਸਿਰਫ ਪੰਜਾਬ ਦੀ ਸੇਵਾ ਕਰਨੀ ਸਿਰਫ ਔਰ ਸਿਰਫ ਔਰ ਉਹਨਾਂ ਜ਼ਰੂਰਤਮੰਦਾਂ ਦੀ ਜਿਨ੍ਹਾਂ ਕੋਲ ਕੋਈ ਨਹੀਂ ਪਹੁੰਚਦਾ ਮੈਂ ਆਪਣੀ ਲਾਈਫ ਨੂੰ ਇਸੇ ਗੋਲ ਨੂੰ ਲਾ ਕੇ ਆਪਣਾ ਫੋਕਸ ਰੱਖਿਆ ਔਰ ਮੈਂ ਇਹਨਾਂ ਮੈਨੂੰ ਪਤਾ ਹੈ ਕਿ ਮੈਂ ਬਾਬਾ ਜੀ ਦੀ ਮੇਰੇ ਨਾਲ ਅਗਰ ਮੈਂ ਕੋਈ ਚੀਜ਼ ਆਪਣਾ ਗੋਲ ਬਣਾਉਣੀ ਆ ਬਾਇ ਹੁੱਕ ਬਾਇ ਕਰੁੱਕ ਮੈਂ ਉਸ ਚੀਜ਼ ਨੂੰ ਅਚੀਵ ਕਰਦੀ ਆ ਪਰ ਮੈਕੈਨਿਕ ਕਰਨਾ ਚਾਹੀਦਾ ਤੁਸੀਂ ਆਪਣਾ 100% ਦੇ ਦਿਓ ਪੂਰੇ ਡਿਵਰਟਡ ਹੋ ਜਾਓ ਉਸ ਚੀਜ਼ ਨੂੰ ਔਰ ਮੈਂ ਹੈਗੀ ਆ ਮੈਨੂੰ ਇਹ ਕਿ ਮੈਂ ਇਹਨਾਂ ਦੀ ਸੇਵਾ ਕਰਨੀ ਹੈ ਉਹ ਜਿਨ੍ਹਾਂ ਕੋ ਕੋਈ ਨਹੀਂ ਪਹੁੰਚਦਾ ਉਹਨਾਂ ਕੋ ਪਹੁੰਚੂੰਗੀ ਜੇ ਮੈਨੂੰ ਕਿਤੇ ਵਾਹਿਗੁਰੂ ਜੀ ਨੇ ਅੱਗੇ ਉਸ ਮਕਾਮ ਤੇ ਪਹੁੰਚਾਇਆ ਜਾਂ ਮੈਨੂੰ ਮੇਰੇ ਪਿਆਰ ਕਰਨ ਵਾਲਿਆਂ ਨੇ ਉੱਥੋਂ ਤੱਕ ਰੱਖਿਆ ਤਾਂ ਮੇਰੇ ਖਿਆਲ ਨਾਲ ਜੋ ਆਸਤੇ ਕਰ ਹਿਸਟਰੀ ਚ ਕਾਇਮ ਨਹੀਂ ਹੋਇਆ ਹੋਗਾ ਮੈਂ ਉਹ ਕਰਨ ਦੀ ਕੋਸ਼ਿਸ਼ ਕਰੂੰਗੀ। ਕੀ ਆਵਾਜ਼ ਹੈਮ ਜ਼ਰੂਰ ਜ਼ਰੂਰ ਹੋਊਗਾ ਤੇ ਲਾਸਟ ਕੁਐਸਚਨ ਮੈਮ ਮੇਰਾ ਵੀ ਕੁਐਸਚਨ ਨਹੀਂ ਐਕਚੁਅਲੀ ਮੈਂ ਚਾਹੁੰਨਾ ਵੀ ਜਿਹੜੇ ਜਿਹੜੇ ਤੁਹਾਨੂੰ ਲੱਗਦੇ ਆ ਵੀ ਕੁਝ ਮੁੱਦੇ ਹੈਗੇ ਨੇ ਜਾਂ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਪਾਰਟਿਕੂਲਰ ਯੂਥ ਨੂੰ ਤੁਸੀਂ ਪਰਟੀਕੂਲਰ ਯੂਥ ਨੂੰ ਮੈਂ ਆਈ ਮੈਸੇਜ ਦੇਣਾ ਚਾਹਾਂਗੀ ਖੈਰ ਅਸੀਂ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਨਾ ਅਬਾਊਟ ਡਰੱਗਸ ਵੀ ਕਿ ਭਈ ਤੁਸੀਂ ਜਿੰਨਾ ਕਰਕੇ ਡਰੱਗਸ ਅਡਾਪਟ ਕਰਦੇ ਹੋ ਉਹਦੇ ਲਈ ਪ੍ਰੋਪਰ ਜਿਹੜੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਉਹ ਲਵੋ ਔਰ ਦੂਸਰੀ ਜਿਹੜੀ ਗੱਲ ਹੈ ਕਿ ਪੇਰੈਂਟਸ ਨੂੰ ਜੋ ਮੈਸੇਜ ਦਿੱਤਾ ਹੈ ਕਿ ਆਪਣੇ ਬੱਚਿਆਂ ਨੂੰ ਜਦੋਂ ਤੁਸੀਂ ਜਿਹੜੀ ਪਰਵਰਿਸ਼ ਦੇ ਰਹੇ ਹੋ ਉਹ ਬਹੁਤ ਵਧੀਆ ਦਿਓ ਕਿ ਉਹਨਾਂ ਨਾਲ ਹੀ ਕਿਉਂਕਿ ਕੱਲ ਨੂੰ ਸਮਾਜ ਬਣਨਾ ਇੱਕ ਚੰਗਾ ਇਨਸਾਨ ਅਸੀਂ ਬਣਾਣਾ ਉਹਨਾਂ ਨੂੰ ਤੇ ਉਹਦੇ ਵਿੱਚ ਮਾਪੇ ਦਾ ਬਹੁਤ ਵੱਡਾ ਯੋਗਦਾਨ ਹੈ। ਬਾਕੀ ਬੱਚਿਆਂ ਨੂੰ ਮੈਂ ਕਹਿਣਾ ਚਾਹਾਂਗੀ ਇੱਕ ਚੀਜ਼ ਮੈਂ ਬਹੁਤ ਨੋਟਿਸ ਕੀਤੀ ਹੈ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਮੈਂ بڑے بڑے ਸਕੂਲਸ ਦੇ ਅੰਦਰ ਗਈ ਔਰ ਈਵਨ ਅੱچھے ਸਕੂਲਸ ਦੇ ਅੰਦਰ ਗਈ। ਬੱਚੇ ਜਿਹੜੇ ਨੇ ਟੀਚਰ ਦੇ ਸਾਹਮਣੇ ਜਿਹੜਾ ਐਟੀਟਿਊਡ ਹੈ ਨਾ ਇੱਕ ਗੁਰੂ ਔਰ ਸ਼ਿਸ਼ਿਆ ਵਾਲਾ ਜਿਹੜਾ ਇੱਕ ਹੁੰਦਾ ਸੀ ਮਾਹੌਲ ਉਹ ਨਹੀਂ ਹੁਣ ਰਹਿ ਗਿਆ। ਅੱਖ ਦੇ ਅੱਖ ਪਾ ਕੇ ਗੱਲ ਕਰਨਗੇ। ਕੋਈ ਹਿਲ ਰਿਹਾ ਕੋਈ ਜੁਲ ਰਿਹਾ ਕੋਈ ਟੀਚਰ ਸਾਹਮਣੇ ਨਾ ਐਟੀਟਿਊਡ ਹੈ ਬੱਚਿਆਂ ਦਾ। ਹਾਂ ਹਾਂ। ਕਿਉਂ? ਉਹ ਤੁਹਾਡੇ ਗੁਰੂ ਨੇ ਉਹਨਾਂ ਕੋਲ ਬਹੁਤ ਕੁਝ ਪਲੀਜ਼ ਇੱਜ਼ਤ ਕਰੋ ਆਪਣੇ ਗੁਰੂਆਂ ਦੀ ਕਿਉਂਕਿ ਉਹਨਾਂ ਨੇ ਤੁਹਾਨੂੰ ਅੱਗੇ ਵੀ ਜਿਹੜੇ ਰਾਹ ਦਿਖਾਉਣੇ ਔਰ ਜਦੋਂ ਬੱਚਾ ਕਾਮਯਾਬ ਹੁੰਦਾ ਕੁਝ ਬੰਦਦਾ ਨਾ ਟੀਚਰ ਬੜੀ ਪ੍ਰਾਊਡਲੀ ਦੱਸਦਾ ਇਹ ਮੇਰਾ ਪੜਾਇਆ ਬੱਚਾ ਹੈ ਐਸ ਡਾਕਟਰ ਹੈ ਮਤਲਬ ਕਿ ਮਾਪੇਬ ਤਾਂ ਜ਼ਿਆਦਾ ਖੁਸ਼ੀ ਟੀਚਰ ਨੂੰ ਹੁੰਦੀ ਹੈ ਕਿ ਇਹਨੂੰ ਮੈਂ ਪੜਾਇਆ ਸੀ ਅੱਜ ਇਸ ਮੁਕਾਮ ਤੇ ਹੈ ਤੇ ਸੋ ਟੀਚਰ ਦੀ ਇੱਜ਼ਤ ਜ਼ਰੂਰ ਕਰੋ ਗੁਰੂ ਨੇ ਤੁਹਾਡੇ ਕਿਉਂਕਿ ਮੈਂ ਦੇਖਿਆ ਮੈਂ ਬੱਚਿਆਂ ਨੂੰ ਡਾਂਟਿਆ ਵੀ ਹੈ ਤੁਹਾਡੇ ਤੁਹਾਡੇ ਸਕੂਲ ਦੇ ਟਾਈਮ ਮਤਲਬ ਉਦੋਂ ਮੇਰੇ ਮਾਹੌਲ ਆਈ ਸੀ ਮੈਂ ਇਹੀ ਦੱਸਦੀ ਹੁੰਨੀ ਆ ਕਿ ਜੇਸ ਅਕੈਡਮੀ ਚ ਅਸੀਂ ਪੜੇ ਆ ਸਾਡੇ ਅਗਰ ਟੀਚਰ ਦੇ ਫਰਸਟ ਆਫ ਆਲ ਤਾਂ ਸਾਡੇ ਹੱਥ ਜਿਹੜੇ ਪਿੱਛੇ ਬੰਨੇ ਹੋਣੇ ਆ ਜਿਹੜੀ ਸਾਡੀ ਗਰਦਨ ਨੀਚੇ ਹੈ ਅਸੀਂ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ ਅੱਜ ਬੱਚੇ ਖੜੇ ਹੁੰਦੇ ਐਦਾਂ ਐਦਾਂ ਹਿਲ ਰਹੇ ਆ ਹਾਂ ਮਤਲਬ ਕੋਈ ਪਤਾ ਹੀ ਨਹੀਂ ਕਿ ਪ੍ਰਿੰਸੀਪਲ ਦੇ ਸਾਹਮਣੇ ਖੜੇ ਹੋ ਜਾਂ ਟੀਚਰ ਦੇ ਸਾਹਮਣੇ ਜੇ ਟੀਚਰ ਨੇ ਕੋਈ ਕੁਐਸਚਨ ਕੀਤਾ ਉਹ ਪੂਰੀ ਐਦਾਂ ਕਰਕੇ ਗੱਲ ਕਰ ਰਹੇ ਨੂੰ ਗੁਰੂ ਹੈ ਗੁਰੂ ਦੀ ਇੱਜ਼ਤ ਕਰੋ ਔਰ ਪੇਰੈਂਟਸ ਵੀ ਬੱਚਿਆਂ ਨਾਲ ਸਿਖਾਉਣ ਔਰ ਮੈਂ ਦੇਖਿਆ ਪੇਰੈਂਟਸ ਦੀ ਬੜੀ ਵੱਡੀ ਗਲਤੀ ਹੈ ਕਿ ਜਦੋਂ ਸਕੂਲ ਜਾਂਦੇ ਨੇ ਨਾ ਬੱਚਿਆਂ ਦੇ ਪੀਟੀ ਮੀਟਸ ਤੇ ਜਾਂਦੇ ਆ ਟੀਚਰ ਵਿਚਾਰੀ ਦਾ ਨੁਕਸ ਕੱਢ ਕੇ ਰੱਖਦੇ ਆ ਸਪੈਲਿੰਗ ਕਿਤੇ ਇੱਕ ਅਦਾ ਕੋਈ ਟੀਚਰ ਕੋ ਮਿਸਟੇਕ ਹੋ ਗਿਆ ਕਰਸਿਵ ਰਾਈਟਿੰਗ ਜਾ ਰਹੀ ਹੈ ਕੋਈ ਐਂ ਦੀ ਐ ਹੋ ਗਈ ਤੇ ਉਹ ਜਿਹੜੀਆਂ ਮਾਵਾਂ ਕਹਿਣਗੀਆਂ ਅਸੀਂ ਪੜੇ ਲਿਖੇ ਆ ਟੀਚਰ ਤੁਸੀਂ ਪੜਾ ਰਹੇ ਤੁਸੀਂ ਬੇਵਕੂਫੋ ਮਤ ਕਰੋ ਟੀਚਰਸ ਦੇ ਨਾਲ ਇਦਾਂ ਉਹਨਾਂ ਨੇ ਤੁਹਾਡੇ ਬੱਚਿਆਂ ਨੂੰ ਚੰਗੇ ਰਾ ਦਿਖਾਉਣਾ ਆ ਕਿਉਂਕਿ ਅਗੇਸੇ ਟੀਚਰਸ ਨਾਲ ਇਦਾਂ ਕਰਦੇ ਹੋ ਵਿਚਾਰੇ ਕੀ ਕਰਨਗੇ ਦੇਖੋ ਪ੍ਰਾਈਵੇਟ ਜੌਬਸ ਕਰ ਰਹੇ ਨੇ ਅੱਛੇ ਸਕੂਲਾਂ ਦੇ ਉਹ ਚੁੱਪ ਕਰਕੇ ਬੈਠ ਜਾਣਗੇ ਉੱਚ ਲਾਸ ਤੁਹਾਡਾ ਹੋਣਾ ਤੁਹਾਡੇ ਬੱਚੇ ਨੂੰ ਅਟੈਨਸ਼ਨ ਮਿਲਣੀ ਬੰਦ ਹੋ ਜਾਣੀ ਆ ਸੋ ਪੇਰੈਂਟਸ ਨੂੰ ਸਮਝਦਾਰ ਬੰਨਾ ਚਾਹੀਦਾ ਤੁਹਾਨੂੰ ਦੋਬੋ ਤੁਹਾਡੇ ਟਾਈਮ ਤੇ ਸਕੂਲ ਵੈਸੇ ਵੀ ਕਹਿੰ ਉਹ ਮੇਰੇ ਟਾਈਮ ਤੇ ਮੈਮ ਜਿਹੜੇ ਮੈਂ ਸਕੂਲ ਪੜਿਆ ਵਾਂ ਸਾਨੂੰ ਤਾਂ ਕੁੱਟ-ਕੁੱਟ ਦਿੰਦੇ ਸੀ ਥੋੜਾ ਬਹੁਤ ਨਹੀਂ ਅੱਛੀ ਗੱਲ ਹੈ ਨਾ ਸਾਡੇ ਵੀ ਸੀ ਪਰ ਸਾਡੇ ਨਾ ਟੀਚਰ ਜਿਹੜੇ ਸਾਡੇ ਜੈਂਟਸ ਟੀਚਰ ਹੁੰਦੇ ਸੀ ਉਹ ਲੜਕੀਆਂ ਨੂੰ ਨਹੀਂ ਸੀ ਕਹਿੰਦੇ ਕਿ ਲੜਕੀਆਂ ਨੂੰ ਸਲੈਪ ਵੀ ਕਰਨਾ ਤੇ ਟੂ ਫਿੰਗਰਸ ਇੱਦਾਂ ਹੁੰਦੀਆਂ ਸੀ ਲੇਕਿਨ ਲੜਕੀਆਂ ਦੀ ਪੂਰੇ ਮੁੱਕੀ ਵੱਜਦੀ ਸੀ ਉਹਨਾਂ ਦੇ ਹੱਥ ਬੈਂਡ ਕਰਕੇ ਮਤਲਬ ਲੜਕੀਆਂ ਦੀ ਖੂਬ ਪਤਾ ਨਹੀਂ ਹੁਣ ਆਫੈਂਡ ਹੋ ਜਾਂਦੇ ਨੇ ਬੱਚੇ ਪਰ ਸਾਡੇ ਵੀ ਪੈਂਦੀਆਂ ਸੀ ਸਾਨੂੰ ਡਰ ਹੁੰਦਾ ਸੀ ਪਰ ਸਾਨੂੰ ਐ ਨਹੀਂ ਸੀ ਸਾਨੂੰ ਹੇਟ ਹੋ ਜਾਂਦੀ ਸੀ ਨਹੀਂ ਹੇਟ ਹੋਣੀ ਨਹੀਂ ਚਾਹੀਦੀ ਟੀਚਰਸ ਅਸੀਂ ਕੱਲ ਮਿਲਣਾ ਸਰ ਤੂੰ ਇਹ ਗੱ ਉਹ ਇਹ ਤਾਂ ਗੱਲੇ ਦੀ ਪਿਆਰ ਵੀ ਹੁੰਦਾ ਸੀ ਪਿਆਰ ਵੀ ਹੁੰਦਾ ਜਿਵੇਂ ਵੀ ਯੋਗਰਾਜ ਦੇ ਪਾਪਾ ਯੋਗਰਾਜ ਬਾਈ ਜੀ ਇੱਕ ਵਾਰੀ ਉਹਨਾਂ ਨੂੰ ਮਿਲਣ ਦਾ ਸਬਬ ਬਣਿਆ ਖੈਰ ਮੇਰੇ ਬੜੇ ਸਤਕਾਰਯੋਗ ਨੇ ਤਾਂ ਉਹ ਸਟੇਡੀਅਮ ਦੇ ਵਿੱਚ ਇੱਕ ਸਟਿਕ ਲੈ ਕੇ ਘੁੰਮ ਰਹੇ ਸੀ ਤੇ ਉਹ ਬੱਚਿਆਂ ਨੂੰ ਉਸੇ ਨਾਲ ਸਟੇਡੀਅਮ ਉਹ ਜਿਹੜੇ ਜਿਸ ਬੱਚੇ ਨੂੰ ਵੀ ਟ੍ਰੇਨ ਕਰਦੇ ਐ ਉਹ ਬੱਚਾ ਮਤਲਬ ਬਹੁਤ ਸਕਸੈਸਫੁਲ ਕ੍ਰਿਕਟਰ ਬਣਦਾ ਅੱਗੇ ਜਾ ਕੇ ਬਾਈ ਜੀ ਉਹ ਸਟਿਕ ਨੂੰ ਪੁੱਛਿਆ ਕਿ ਇਹ ਸਟਿਕ ਦਾ ਬਾਈ ਜੀ ਕੀ ਕਰ ਰਹੇ ਹੋ ਕਿਉਂ ਰੱਖੀ ਆ ਕਹਿੰਦੇ ਜੀ ਇਹ ਗਦੇ ਨੂੰ ਨਾ ਮੈਂ ਘੋੜਾ ਬਣਾਇਆ ਇਸ ਸਟਿਕ ਨਾਲ ਮੈਂ ਕਿਹਾ ਜੀ ਉਹ ਕੌਣ ਕਹਿੰਦੇ ਜੀ ਯੋਗਰਾਜ ਇਸ ਨਾਲ ਇਹਨੂੰ ਕੁੱਟ ਪੈਂਦੀ ਰਹੀ ਹੈ ਤੇ ਅੱਜ ਦੇਖੋ ਅੱਜ ਯੁਵਰਾਜ ਕਿਸੇ ਮੁਕਾਮ ਤੇ ਹੈ ਬਿਕਾਜ਼ ਆਫ ਹਿਸ ਫਾਦਰ ਯੈਸ ਰਾਈਟ ਬਾਈ ਬਾਈ ਜੀ ਦੀ ਬਹੁਤ ਜ਼ਿਆਦਾ ਮਿਹਨਤ ਲੱਗੀ ਉਹਨੂੰ ਇਸ ਮੁਕਾਮ ਤੇ ਪਹੁੰਚਾਉਣ ਲਈ ਸੋ ਬੜਾ ਵੱਡਾ ਯੋਗਦਾਨ ਹੁੰਦਾ ਮਾਪੇ ਦਾ ਬੱਚਿਆਂ ਦੀ ਜ਼ਿੰਦਗੀ ਚ ਟੀਚਰ ਦਾ ਤੇ ਬੱਚੇ ਵੀ ਰਿਸਪੈਕਟ ਕਰਨ ਤੇ ਮਾਪੇ ਵੀ ਅੱਛੀ ਪਰਵਰਿਸ਼ ਦਿੰਦੇ ਹਨ ਮੈ ਮੱਝ ਗੱਲ ਕਰਕੇ ਬਹੁਤ ਮਜ਼ਾ ਆਇਆ ਬਹੁਤ ਇਨਫੋਰਮੇਸ਼ਨ ਵੀ ਮਿਲੀ ਤੇ ਗਰਾਊਂਡ ਲੈਵਲ ਦੀਆਂ ਚੀਜ਼ਾਂ ਹੁੰਦੀਆਂ ਨਾ ਕੋਈ ਖੁੱਲਕੇ ਨਹੀਂ ਬੋਲਦਾ ਤੁਸੀਂ ਟਰਾਂਸਪੇਰੈਂਸੀ ਨਾਲ ਬੜੇ ਹੀ ਮਤਲਬ ਵਧੀਆ ਢੰਗ ਨਾਲ ਤੁਸੀਂ ਸਾਰਾ ਬਰੀਫ ਦਿੱਤਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਹੋਪ ਮੈਂ ਕਰਦਾ ਵੀ ਜਿਹੜੇ-ਜਿਹੜੇ ਦੇਖਦੇ ਨੇ ਤੁਹਾਨੂੰ ਵੀ ਐਪੀਸੋਡ ਵਧੀਆ ਲੱਗਿਆ ਹੋਊਗਾ ਮੈਂ ਉਹ ਹੀ ਕਹਿਣਾ ਵੀ ਮੇਰੇ ਕੋਲ ਜ਼ਿਆਦਾ ਐਂਟਰਟੇਨਮੈਂਟ ਫੀਲਡ ਦੇ ਹੁੰਦੇ ਨੇ ਲੇਕਿਨ ਇਹ ਜਿਹੜਾ ਐਪੀਸੋਡ ਵੀ ਜ਼ਰੂਰੀ ਨੇ ਨਹੀਂ ਐਂਟਰਟੇਨਮੈਂਟ ਦੇ ਨਾਲ-ਨਾਲ ਐਂਟਰਟੇਨ ਕਰੀ ਲੋਕਾਂ ਨੂੰ ਕਰਨਾ ਕੁਝ ਸਮਾਜਿਕ ਜਿਹੜੀਆਂ ਬੁਰਾਈਆਂ ਸਮਾਜ ਦੀਆਂ ਜਿਹੜੀਆਂ ਅਛਾਈਆਂ ਉਹ ਵੀ ਰੂਬਰੂ ਕਰਾਈਏ ਹੈ ਨਾ ਮੈਂ ਮੈਂ ਜ਼ਰੂਰ ਗਾਉਂਗਾ ਕੋਈ ਇੱਕ ਅੱਧੀ ਮੂਵੀ ਤਾਂ ਕਰਿਓ ਤੁਸੀਂ ਮੂਵੀ ਮਤਲਬ ਮੈਮ ਤੁਹਾਡਾ ਔਰਾ ਮਤਲਬ ਪਰਸਨੈਲਿਟੀ ਵੀ ਬਾਈਬੋਰਡ ਵੀ ਅਸੀਂ ਬਾਲੀਵੁੱਡ ਮੂਵੀਆਂ ਦੇਖਦੇ ਆ ਜਿਹੜੀ ਮੂਵੀਜ਼ ਬਾਲੀਵੁੱਡ ਵਿੱਚ ਜਿੱਦਾਂ ਵੀ ਬਾਹੂਬਲੀ ਚ ਕਰੈਕਟਰ ਸੀਗਾ ਇੱਕ ਮਦਰ ਦਾ ਜਾਂ ਅਮਿਤਾਬਚਨ ਦੀਆਂ ਮੂਵੀਆਂ ਹੈਗੀਆਂ ਨੇ ਤਾਂ ਮੈਨੂੰ ਉਹ ਚੀਜ਼ਾਂ ਬਾਰ ਬਾਰ ਵੀ ਤੁਸੀਂ ਇੱਧਰ ਰੱਖਦੇ ਹੋ ਰੁਚੀ ਥੋੜੀ ਨਹੀਂ ਨਹੀਂ ਰੁਚੀ ਨਹੀਂ ਮੇਰੇ ਬਹੁਤ ਸਾਰੇ ਫਰੈਂਡ ਜਿਹੜੇ ਰਾਈਟਰ ਨੇ ਡਾਇਰੈਕਟਰ ਨੇ ਔਰ ਮੈਨੂੰ ਹਨਾ ਪਿੱਛੇ ਗੁਰਮੀਤ ਸਾਜਨ ਜੀ ਦਾ ਪਤਾ ਹੀ ਹੈ ਤੁਹਾਨੂੰ ਹਾਂਜੀ ਹਾਂਜੀ ਬਹੁਤ ਮੇਰੇ ਅੱਛੇ ਦੋਸਤ ਨੇ ਅਬ ਮੇਰੀ ਦੋ ਦਿਨ ਪਹਿਲੀ ਗੁਰਮੀਤ ਨਾਲ ਗੱਲ ਹੋ ਰਹੀ ਸੀ ਤੇ ਉਹ ਪਿਕਚਰ ਦੀ ਗੱਲ ਚੱਲ ਰਹੀ ਸੀ ਰੋਲ ਦੀ ਕਿ ਤੁਸੀਂ ਕੁਝ ਕਰੋ ਮੈਂ ਕਿਹਾ ਵੀ ਬਾਈ ਜੀ ਇਦਾਂ ਹੈ ਕਿ ਮੇਰੇ ਲਈ ਨਾ ਕੋਈ ਫਿਰ ਸਟੋਰੀ ਜਿਹੜੀ ਹੈ ਕੋਈ ਰਾਜਨੀਤੀ ਤੇ ਲੱਭੋ ਮੈਂ ਉਹਦੇ ਤੇ ਕੰਮ ਕਰਨਾ ਚਾਹੁੰਦੀ ਕੋਈ ਸਮਾਜ ਨੂੰ ਸੇਧ ਦੇ ਸਕੀਏ ਅਗਰ ਮੈਂ ਕੁਝ ਕਰਨਾ ਚਾਹੂੰਗੀ ਤਾਂ ਮੈਂ ਜ਼ਰੂਰ ਕਰੂੰਗੀ ਮੈਂ ਕਰਨਾ ਹੈ ਮੇਰਾ ਹਰ ਇੱਕ ਸ਼ੌਂਕ ਹੈਗਾ ਕਿਹੜਾ ਹੈਗਾ ਕਰੂੰਗੀ ਫੁੱਲਫਿਲ ਹਾਂ ਹਮ ਤਾਂ ਤੁਸੀਂ ਕਹੇ ਤਾਂ ਮੈਂ ਜ਼ਰੂਰ ਸੋਚੂੰਗੀ ਜੀ ਮੈਮ ਬਸ ਥੋੜਾ ਇਦਾਂ ਹਾਸਦਾ ਚਿਹਰਾ ਰਵੇ ਹਮੇਸ਼ਾ ਥੈਂਕ ਯੂ ਸੋ ਮਚ ਤੇ ਠੀਕ ਹੈ ਗਾਇਸ ਦੱਸਿਓ ਮੈਨੂੰ ਐਪੀਸੋਡ ਕਿਵੇਂ ਦਾ ਲੱਗਿਆ ਜਿਹੜੇ ਜਿਹੜੇ ਪਲੈਟਫਾਰਮ ਤੇ ਦੇਖ ਰਹੇ ਹੋ ਉੱਥੇ ਆਪਣੀ ਓਪੀਨੀਅਨ ਦੇ ਦਿਓ ਓਪੀਨੀਅਨ ਵੀ ਕਮੈਂਟ ਰਾਹੀਂ ਦੇ ਸਕਦੇ ਹੋ ਜਾਂ ਸਪੋਟੀਫਾਈ 'ਚ ਸੁਣ ਰਹੇ ਹੋ ਤਾਂ ਉੱਥੇ ਵੀ ਤੁਸੀਂ ਰੇਟਿੰਗ ਵਗੈਰਾ ਕਰ ਸਕਦੇ ਹੋ ਅਸੀਂ ਦੋਨੇ ਵਾਲੇ ਇਜਾਜ਼ਤ ਲੈਨੇ ਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਐਪੀਸੋਡ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ